اعوذ باللہ من الشیطان الرجیم بسم اللہ الرحمن الرحیم الف لام می یہ کتاب اللہ دی کچھ شک نہیں اس وچ راہ دس دی اے بچ کے ٹرن والیاں نو جڑے مان دے نے ان ڈٹی چیز نو تے درست پڑھ دے نے نماز تے اس وچوں جو دتا اسا انہاں نو خرچ دے نے ਜਿਹੜੇ ਮੰਨਦੇ ਨੇ ਜੋ ਉਤਰਿਆ ਤੇਰੇ ਵੱਲ ਤੇ ਜੋ ਉਤਰਿਆ ਪੈਦੇ ਤੈਥੋਂ ਤੇ ਆਖਰਤ ਨੂੰ ਉਹ ਸੱਚ ਜਾਣਦੇ ਨੇ ਉਹ ਲੋਕ ਨੇ ਆਪਣੇ ਰੱਬ ਦੇ ਦੱਸੇ ਰਾਹ ਉਤੇ ਤੇ ਉਹ ਹੀ ਨਿਹਾਲ ਹੋਏ ਨੇ ਜਿੰਨਾ ਨਹੀਂ ਮੰਨਿਆ ਉਹਨਾਂ ਨੂੰ ਜ਼ਰੂਰ ਇੱਕੋ ਜਿਆ ਹੈ ਤੇਰਾ ਉਹਨਾਂ ਨੂੰ ਡਰਾਣਾ ਜਾਂ ਨਾ ਡਰਾਣਾ ਉਹਨਾਂ ਨਹੀਂ ਮੰਨਣਾ ਕਿਉਂਕਿ ਉਹਨਾਂ ਜ਼िद ਬੱਦੀ ਹੈ ਤਦੇ ਮੋਰ ਲਾਈ ਅੱਲਾਹ ਉਹਨਾਂ ਦੇ ਦਿਲਾਂ ਉੱਤੇ ਨਾਲੇ ਉਹਨਾਂ ਦੇ ਕੰਨਾਂ ਉੱਤੇ ਤੇ ਉਹਨਾਂ ਦੀਆਂ ਅੱਖੀਆਂ ਉੱਤੇ ਪਰਦਾ ਹੈ ਕਿ ਉਹਨਾਂ ਨੂੰ ਬੜੀ ਮਾਰ ਹੈ ਤੇ ਲੋਕਾਂ ਵਿੱਚੋਂ ਉਹ ਵੀ ਹੈ ਜਿਹੜਾ ਆਖਦਾ ਹੈ ਅਸਾਂ ਮੰਨਿਆ ਅੱਲਾ ਨੂੰ ਤੇ ਦਿਨ ਆਖਰਤ ਨੂੰ ਤੇ ਨਹੀਂ ਉਹ ਮੰਨਣ ਵਾਲੇ ਠੱਗਦੇ ਨੇ ਅੱਲਾ ਨੂੰ ਤੇ ਇਮਾਨ ਵਾਲਿਆਂ ਨੂੰ ਪਰ ਨਹੀਂ ਠੱਗਦੇ ਕਿਸੇ ਨੂੰ ਆਪਣੇ ਆਪ ਦੇ ਸਿਵਾ ਤੇ ਨਹੀਂ ਸਮਝਦੇ ਉਹਨਾਂ ਦੇ ਦਿਲਾਂ ਵਿੱਚ ਰੋਗ ਹੈ ਫਿਰ ਬਤਾਇਆ ਉਹਨਾਂ ਦਾ ਅੱਲਾ ਨੇ ਰੋਗ ਤੇ ਉਹਨਾਂ ਨੂੰ ਦੁੱਖ ਦੀ ਮਾਰ ਏ ਬਦਲੇ ਉਸ ਦੇ ਜੋ ਝੂਠ ਬੋਲਦੇ ਸਨ ਜਦ ਕੋਈ ਆਖੇ ਉਹਨਾਂ ਨੂੰ ਨਾ ਵਿਗਾੜ ਪਾਓ ਮੁਲਕ ਵਿੱਚ ਆਖਦੇ ਨੇ ਅਸੀਂ ਤੇ ਨਿਰੇ ਸਵਾਰੂ ਆ ਸੁਣਨਾ ਹੈ ਜ਼ਰੂਰ ਉਹੋ ਨੇ ਵਿਗਾੜੂ ਪਰ ਨਹੀਂ ਸਮਝਦੇ ਤੇ ਜਦ ਕੋਈ ਆਖੇ ਉਹਨਾਂ ਨੂੰ ਮੰਨੋ ਜਿਉ ਮੰਨੇ ਲੋਕਾਂ ਨੇ ਆਖਦੇ ਨੇ ਅਸੀਂ ਕਿਉ ਮੰਨੀਏ ਜੋ ਮੰਨੇ ਮੂਰਖਾਂ ਨੇ ਸੁਣਨਾ ਹੈ ਜ਼ਰੂਰ ਉਹੋ ਹੀ ਨੇ ਮੂਰਖ ਪਰ ਨਹੀਂ ਜਾਣਦੇ ਤੇ ਜਦ ਮਿਲਦੇ ਨੇ ਮੰਨਣ ਵਾਲਿਆਂ ਨੂੰ ਆਖਦੇ ਨੇ ਅਸੀਂ ਬੰਨਿਆਏ ਤੇ ਜਦ ਵੱਖਰੇ ਹੁੰਦੇ ਨੇ ਆਪਣੀ ਛਤੂਗੜਿਆ ਕੋਲ ਆਖਦੇ ਨੇ ਅਸੀਂ ਜ਼ਰੂਰ ਤੇ ਸਾਡੇ ਨਾਲ ਆ ਅਸੀਂ ਇਹਨਾਂ ਲੋਕਾਂ ਨਾਲ ਨੀਰਾ ਠੱਠਾ ਕਰਨੇ ਹੁੰਨੇ ਆ ਅੱਲਾ ਠੱਠਾ ਕਰਦਾ ਉਹਨਾਂ ਨੂੰ ਤੇ ਮੁੱਲ ਦਿੰਦਾ ਉਹਨਾਂ ਨੂੰ ਉਹਨਾਂ ਦੇ ਹੱਦੋਂ ਟਪਣੇ ਵਿੱਚ ਹੈਰਾਨ ਹੁੰਦਿਆਂ ਨੂੰ ਉਹ ਲੋਕ ਨੇ ਜਿੰਨਾ ਮੁੱਲ ਲੈ ਕੋਰਾ ਬਦਲੇ ਰਾ ਦੇ ਸੋ ਨਫਾ ਨਾ ਦਿੱਤਾ ਉਹਨਾਂ ਦੇ ਸੌਦੇ ਨੇ ਤੇ ਨਾ ਹੋਏ ਰਾਹ ਪੈਣ ਵਾਲੇ ਹਾਲ ਉਹਨਾਂ ਦਾ ਉਹਦੇ ਹਾਲ ਵਾਂਗੂ ਏ ਜਿਸ ਬਾਲੀ ਅੱਗ ਫਿਰ ਜਦ ਚਾਨਣ ਕੀਤਾ ਦਿਵਾਲੀ ਉਹਦੇ ਲੈ ਗਿਆ ਅੱਲਾ ਚਾਨਣ ਉਹਨਾਂ ਦੀਆਂ ਅੱਖੀਆਂ ਦਾ ਤੇ ਛੱਡਿਆ ਉਹਨਾਂ ਨੂੰ ਹਨੇਰਿਆਂ ਵਿੱਚ ਕੁਝ ਵੇਖ ਨਹੀਂ ਸਕਦੇ ਉਹ ਬੋਲੇ ਗੂੰਗੇ ਅੰਨੇ ਨੇ ਸੋ ਉਹਨਾਂ ਹੁਣ ਨਹੀਂ ਮੁਰਨਾ ਇਹ ਹਾਲ ਉਹਨਾਂ ਦਾ ਮੀ ਵਾਂਗੂ ਏ ਜੋ ਵਰਦਾ ਆਸਮਾਨੋਂ ਉਸ ਵਿੱਚ ਨੇਹ ਨੇਰੇ ਤੇ ਆਵਾਜ਼ ਗਜਣ ਦੀ ਤੇ ਲਿਸ਼ਕ ਦੀ ਪਾਉਂਦੇ ਨੇ ਆਪਣੀਆਂ ਉਂਗਲੀਆਂ ਆਪਣੇ ਕੰਨਾਂ ਵਿੱਚ ਕਲਕਦੇ ਸਬਬੋਂ ਡਰ ਤੋਂ ਮੌਦ ਦੇ ਤੇ ਅੱਲਾ ਨਹੀਂ ਘੇੜਿਆ ਹੋਇਆ ਹੈ ਬੇਈਮਾਨਾਂ ਨੂੰ ਨੇੜੇ ਆ ਗਈ ਹੈ ਲਿਸ਼ਕ ਜੇ ਛੋਟਾ ਮਾਰ ਲੈ ਜਾਏ ਉਹਨਾਂ ਦੀ ਨਜ਼ਰ ਜਿਸ ਵਾਰੀ ਚਾਨਣ ਕਰਦੀ ਏ ਉਹਨਾਂ ਨੂੰ ਤੁਰਦੇ ਨੇ ਉਸ ਵਿੱਚ ਤੇ ਜਾਦਾ ਹਨੇਰਾ ਕਰਦੀਏ ਉਹਨਾਂ ਉਤੇ ਖਲੋ ਜਾਂਦੇ ਨੇ ਤੇ ਜੇ ਕਦੇ ਚਾਹਦਾ ਹਲਾ ਤਾਂ ਲੈ ਜਾਂਦਾ ਕੰਨ ਉਹਨਾਂ ਦੇ ਤੇ ਅੱਖੀਆਂ ਉਹਨਾਂ ਦੀਆਂ ਅੱਲਾ ਜ਼ਰੂਰ ਸਭ ਕੁਝ ਕਰਨ ਜੋਗਾ ਹੈ ਇਹ ਲੋਕੋ ਪੂਜੋ ਆਪਣੇ ਪਾਲਣ ਮਾਲੇ ਨੂੰ ਜਿਨੇ ਪੈਦਾ ਕੀਤਾ ਤੁਸਾਂ ਨੂੰ ਤੇ ਤੁਸਾਂ ਤੋਂ ਪਹਿਲਿਆਂ ਨੂੰ ਤਾਂ ਜੇ ਤੁਸੀਂ ਬਚੋ ਜਿਨੇ ਬਣਾਈ ਤੁਸਾਂ ਦੀ ਜ਼ਮੀਨ ਮਿਛਾਉਣਾ ਤੇ ਆਸਮਾਨ ਛੱਤ ਤੇ ਵਸਾਇਆ ਆਸਮਾਨੋਂ ਪਾਣੀ ਫਿਰ ਉਗਾਏ ਉਸ ਨਾਲ ਹਰ ਕਿਸਮ ਦੇ ਮੇਵੇ ਤੇ ਸਾਡੀ ਖੁਰਾਕ ਸੋ ਨਾ ਜਾਣੋ ਹੋਰ ਨਾ ਨੂੰ ਅੱਲਾਹ ਦੇ ਬਰਾਬਰ ਤੇ ਤੁਸੀਂ ਜਾਣਦੇ ਵੀ ਹੋ ਤੇ ਜੇ ਤੁਸਾਂ ਨੂੰ ਸ਼ੱਕ ਹੈ ਉਸ ਕਲਾਮ ਵਿੱਚ ਜੋ ਉਤਾਰੀ ਅਸਾਂ ਆਪਣੇ ਬੰਦੇ ਉੱਤੇ ਤਾਂ ਲਿਆਓ ਇੱਕ ਸੂਰਤ ਹੋ ਜਾਈ ਤੇ ਸਦੋ ਸਾਰੇ ਮਦਦਗਾਰ ਆਪਣੇ ਸਵਾਲ ਅੱਲਾਹ ਦੇ ਜੇ ਤੁਸੀਂ ਸੱਚੇ ਹੋ ਕੰਮ ਕਰ ਵਿਖਾਓ ਫਿਰ ਜੇ ਕੰਮ ਨਾ ਕਰ ਸਕੇ ਜੋ ਉੱਕਾ ਨਾ ਕਰ ਸਕੋਗੇ ਤਾں بچੋ ਅਗਤੋਂ ਜਿਸ ਦਾ ਬਾਲਣ ਆਦਮੀ ਤੇ ਪੱਥਰ ਨੇ ਤਿਆਰ ਹੋਈ ਏ ਬੇਈਮਾਨਾਂ ਵਾਸਤੇ ਇਹ ਹਦੀਬ ਖੁਸ਼ਖਬਰੀ ਸੁਣਾਓ ਉਹਨਾਂ ਨੂੰ ਜਿੰਨਾ ਮੰਨਿਆ ਏ ਕਿ ਕੀਤੀਆਂ ਨੇ ਬੜੀਆਂ ਆਇਆਂ ਭਈ ਜ਼ਰੂਰ ਉਹਨਾਂ ਲਈ ਬੇਇਸ਼ਤ ਦੇ ਬਾਗ ਨੇ ਵਗਦੀਆਂ ਨੇ ਹੀਠ ਉਹਨਾਂ ਦੇ ਨਹਿਰਾਂ ਜਦ ਵੀ ਮਿਲੇਗਾ ਉਥੋਂ ਕੋਈ ਮੇਵਾ ਖਾਣ ਨੂੰ ਆਖਣਗੇ ਇਹ ਬਦਲਾਏ ਉਸ ਦਾ ਜੋ ਮਿਲਿਆ ਸੀ ਸਾਨੂੰ ਪਹਿਲੇ ਦੁਨੀਆ ਵਿੱਚ ਵੀ ਤੇ ਉਹ ਮੇਰੇ ਗਾਉਂ ਨਾਲ ਨੂੰ ਰਲਦੀ ਮਿਲਦੀ ਸ਼ਕਲ ਦਾ ਤੇ ਉਹਨਾਂ ਲਈ ਉੱਥੇ ਵੋਟੀਆਂ ਨੇ ਸੁਤਰੀਆਂ ਤੇ ਉਹਨਾਂ ਉੱਥੇ ਸਦਾ ਰਹਿਣਾ ਅੱਲਾ ਕਦੀ ਨਹੀਂ ਸੰਗਦਾ ਕੋਈ ਆਖਣ ਤੋਂ ਮਿਸਾਲ ਭਾਵੇਂ ਮੱਛਰ ਜਿੰਨੀ ਜਾਂ ਹੋਵੇ ਉਸ ਤੋਂ ਵੀ ਹਕੀਰ ਫਿਰ ਜਿਨ੍ਹਾਂ ਨੇ ਮੰਨਿਆ ਸੋ ਜਾਣਦੇ ਨੇ ਭਈ ਜ਼ਰੂਰ ਠੀਕ ਏ ਉਹਨਾਂ ਦੇ ਰੱਬ ਦਾ ਆਖਿਆ ਤੇ ਜਿਨ੍ਹਾਂ ਨਹੀਂ ਮੰਨਿਆ ਸੋ ਆਖਦੇ ਨੇ ਕੀ ਕੋਈ ਚਾਇਆ ਸੀ ਅੱਲਾ ਨੇ ਇਸ ਆਖਣ ਤੋਂ ਰਾਉ ਪੁਲਾੰਦਾ ਇਸ ਨਾਲ ਬਤਿਹਰਿਆਂ ਨੂੰ ਤੇ ਰਾਹ ਪਾੰਦਾ ਇਸ ਨਾਲ ਬਤਿਹਰਿਆਂ ਨੂੰ ਤੇ ਨਹੀਂ ਪੁਲਾੰਦਾ ਇਸ ਨਾਲ ਸવાય ਦੇ ਫਰਮਾਨਾਂ ਦੇ ਜਿਹੜੇ ਤੋੜਦੇ ਨੇ ਇਕਰਾਰ ਅੱਲਾ ਦਾ ਪਿੱਛੇ ਉਸ ਦੇ ਪੱਕਾ ਹੋਣ ਦੇ ਨਾਲੇ ਤੋੜਦੇ ਨੇ ਜਿਸ ਦਾ ਹੁਕਮ ਕੀਤਾ ਅੱਲਾ ਨੇ ਜੋੜਨੇ ਦਾ ਨਾਲੇ ਵਿਗਾੜ ਪਾੰਦੇ ਨੇ ਮੁਲਕ ਵਿੱਚ ਉਹੋ ਹੀ ਨੇ ਕਾਟੇ ਵਾਲੇ ਕੀ ਕਰਨਾ ਮੰਨੋਗੇ ਅੱਲਾ ਨੂੰ ਹਾਲਾਂਕਿ ਤੁਸੀਂ ਤੇ ਬੇਜਾਨ ਸੋ ਫਿਰ ਉਸ ਨੇ ਜੁਆਇਆ ਤੁਹਾਨੂੰ ਫਿਰ ਮਾਰੇਗਾ ਤੁਹਾਨੂੰ ਫਿਰ ਜੋ ਆਏਗਾ ਤੁਹਾਨੂੰ ਫਿਰ ਉਸੇ ਹੀ ਬਲ ਮੁਰਨਾ ਜੇ ਉਹ ਹੈ ਜਿਹਨੇ ਪੈਦਾ ਕੀਤਾ ਤੁਸਾਂ ਦੀ ਜੋ ਕੁਛ ਜ਼ਮੀਨ ਵਿੱਚ ਸਾਰੇ ਦਾ ਸਾਰਾ ਫਿਰ ਧਿਆਨ ਕੀਤਾ ਅਸਮਾਨ ਵੱਲ ਫਿਰ ਬਣਾਏ ਸਵਾਰੇ ਸਤ ਅਸਮਾਨ ਤੇ ਉਹ ਹਰ ਸ਼ਾਇਦ ਜਾਣੂ ਹੈ ਤੇ ਜਦ ਆਖਿਆ ਤੇਰੇ ਰੱਬ ਨੇ ਫਰਿਸ਼ਤਿਆਂ ਨੂੰ ਪਈ ਮੈਂ ਜ਼ਰੂਰ ਬਣਾਉਣਾ ਜ਼ਮੀਨ ਵਿੱਚ ਇੱਕ ਖਲੀਫਾ ਫੜੀ ਸ਼ਕਰ ਲਗੇ ਤੂੰ ਬਣਾਏਗਾ ਉਹ ਦੇ ਵਿੱਚ ਜਿਹੜਾ ਲੜਾਈ ਝਗੜਾ ਪਾਏ ਤੇ ਖੂਨ ਖਰਾਬਾ ਕਰੇ ਤੇ ਅਸੀਂ ਤੇਰਾ ਨਾਮ ਜਪਣਾ ਤੇਰੀਆਂ ਸਿਫਤਾਂ ਨਾਲ ਤੇਰੀ ਸੋਭਾ ਕਰਦੇ ਰਹਿਣੇ ਆ ਫਰਮਾਇਆ ਮੈਂ ਜ਼ਰੂਰ ਜਾਣਨਾ ਜੋ ਤੁਸੀਂ ਨਹੀਂ ਜਾਣਦੇ ਤੇ ਇਹ ਤੋਂ ਬਾਅਦ ਸਿਖਾਏ ਆਦਮ ਨੂੰ ਨਾਮ ਸਾਰੇ ਫਿਰ ਸਾਹਮਣੇ ਕੀਤੀਆਂ ਉਹ ਚੀਜ਼ਾਂ ਫਰਿਸ਼ਤਿਆਂ ਦੇ ਫਿਰ ਆਖਿਆ ਦੱਸੋ ਮੈਨੂੰ ਨਾਮ ਇਹਨਾਂ ਦੇ ਜੇ ਤੁਸੀਂ ਸੱਚੇ ਹੋ ਕਿਹਤਿਆਂ ਆਖਿਆ ਤੂੰ ਵਿਆਹ ਵੇ ਸਾਨੂੰ ਕੁਝ ਖਬਰ ਨਹੀਂ ਪਰ ਜਿੰਨਾ ਸੁਖਾਇ ਹੀ ਸਾਨੂੰ ਜ਼ਰੂਰ ਤੂੰ ਹੀ ਜਾਣੂ ਹੈ ਹਕਮਤਾ ਵਾਲਾ ਫਰਮਾਇਆ ਐ ਆਦਮ ਦੱਸੇ ਇਹਨਾਂ ਨੂੰ ਨਾਮ ਇਹਨਾਂ ਚੀਜ਼ਾਂ ਦੇ ਫਿਰ ਜਦ ਦੱਸੇ ਉਹਨਾਂ ਨੂੰ ਨਾਮ ਉਹਨਾਂ ਦੇ ਫਰਮਾਇਆ ਕਿਉਂ ਨਹੀਂ ਆਖਿਆ ਸੀ ਮੈਂ ਤੁਹਾਨੂੰ ਭਈ ਮੈਂ ਜ਼ਰੂਰ ਜਾਣਨਾ ਹਰ ਲੁਕੀ ਚੀਜ਼ ਅਸਮਾਨਾ ਤੇ ਜ਼ਮੀਨ ਦੀ ਨਾਲੇ ਜਾਣਨਾ ਜੋ ਜ਼ਾਹਿਰ ਕਰ ਦਿਓ ਤੇ ਜੋ ਤੁਸੀਂ ਲੁਕਾਉਂਦੇ ਹੋ ਤੇ ਜਦ ਆਖਿਆ ਸਾਂ ਫਰਿਸ਼ਤਿਆਂ ਨੂੰ ਸਜਦਾ ਕਰੋ ਆਦਮ ਨੂੰ ਤੇ ਸਭ ਨੇ ਸਜਦਾ ਕੀਤਾ ਸਵਾ ਸ਼ੈਤਾਨ ਦੇ ਉਸ ਨੇ ਆਪਣੀ ਵਿਢਾਈ ਦਾ ਕਮਾਂਡ ਕੀਤਾ ਤੇ ਹੋ ਗਿਆ ਬੇਈਮਾਨਾ ਵਿੱਚ ਤੇ ਆਖਿਆ ਸਾਂ ਇਹ ਆਦਮ ਵਸ ਤੂੰ ਨਾਲੇ بیوی ਤੇਰੀ ਬਹਿਸ਼ਤ ਵਿੱਚ ਤੇ ਖਾਓ ਉਥੋਂ ਖੁੱਲਾ ਜਿੱਥੋਂ ਚਾਓ ਤੇ ਨੇੜੇ ਨਾ ਜਾਣਾ ਇਸ ਦਰਖਤ ਦੇ ਨਹੀਂ ਤੇ ਹੋ ਜਾਓਗੇ ਜ਼ਾਲਮਾ ਵਿੱਚੋਂ ਫਿਰ ਤਿਲਕਾ ਦਿੱਤਾ ਉਹਨਾਂ ਨੂੰ ਸ਼ੈਤਾਨ ਨੇ ਉਥੋਂ ਫਿਰ ਕੱਢਿਆ ਉਹਨਾਂ ਨੂੰ ਉਹ ਸਾਰਾ ਮੋਹ ਜਿਸ ਵਿੱਚ ਹੈ ਸਨ ਤੇ ਆਖਿਆ ਅਸਾਂ ਉੱਤਰ ਜਾਓ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਤੇ ਕੋਈ ਕਿਸੇ ਦਾ ਦੁਸ਼ਮਣ ਰਹੇਗਾ ਤੇ ਤੁਸਾਂ ਦੇ ਜ਼ਮੀਨ ਵਿੱਚ ਰਹਿਣਾ ਤੇ ਫਾਇਦਾ ਪਾਉਣਾ ਹੈ ਕੁਝ ਚਿਰ ਤੀਕ ਫਿਰ ਸਿੱਖ ਲਈ ਆਦਮ ਨੇ ਆਪਣੇ ਰੱਬ ਤੋਂ ਕੁਝ ਗੱਲਾਂ ਫਿਰ ਕਬੂਲ ਕੀਤੀ ਤੋਬਾ ਹੋਦੀ ਜ਼ਰੂਰ ਉਹ ਹੀ ਮੁਰਮੁਰ ਤੋਬਾ ਕਬੂਲ ਕਰਨ ਵਾਲਾ ਬੜੀ ਮਿਹਰਬਾਨਾ ਕਿਆਸਾਂ ਉਤਲੇ ਰਹੋ ਇਥੋਂ ਸਾਰੇ ਫਿਰ ਜੇ ਪਹੁੰਚੇਗੀ ਤੁਹਾਨੂੰ ਮੇਰੇ ਵੱਲੋਂ ਰਾਹ ਦੀ ਖਬਰ ਫਿਰ ਜਿਹੜਾ ਤੁਰਿਆ ਮੇਰੇ ਦੱਸੇ ਰਾਹ ਉੱਤੇ ਤਾਂ ਨਹੀਂ ਕੁਝ ਡਰੋਂ ਨੂੰ ਤੇ ਨਾ ਉਹ ਚੁਰਨਗੇ ਜਿਨ੍ਹਾਂ ਨਾ ਮੰਨਿਆ ਤੇ ਛੁੱਟਿਆਈਆਂ ਸਾਡੀਆਂ ਨਿਸ਼ਾਨੀਆਂ ਉਹਨੇ ਰਹਿਣ ਵਾਲੇ ਅੱਗ ਦੇ ਉਹਨਾਂ ਉੱਤੇ ਸਦਾ ਰਹਿਣਾ ਹੈ ਤਾਂ ਇਹ ਜਾਣਦੇ ਨਹੀਂ ਭਈ ਅੱਲਾਹ ਜ਼ਰੂਰ ਜਾਣਦਾ ਹੈ ਜੋ ਛੁਪਾਉਂਦੇ ਨੇ ਤੇ ਜੋ ਜ਼ਾਹਿਰ ਕਰਦੇ ਨੇ ਕੁਝ ਉਹਨਾਂ ਵਿੱਚੋਂ ਅਨਪੜ੍ਹ ਨੇ ਨਹੀਂ ਜਾਣਦੇ ਇਲਮ ਕਿਤਾਬ ਦਾ ਪਰ ਸਖਣੀਆਂ ਉਮੀਦਾਂ ਲਈ ਬੈਠੇ ਨੇ ਤੇ ਨਹੀਂ ਉਹ ਪਰ ਜਨ ਕਰਦੇ ਨੇ ਸੋ ਬੁਰਾ ਹਾਲ ਹੈ ਉਹਨਾਂ ਦਾ ਜਿਹੜੇ ਲਿਖਦੇ ਨੇ ਮਸਲਾ ਆਪਣੇ ਹੱਥੀ ਫਿਰ ਆਖਦੇ ਨੇ ਇਹ ਅੱਲਾਹ ਹੀ ਵੱਲੋਂ ਹੈ ਤਾਂ ਖਰੀਦਨ ਬਦਲੇ ਉਸ ਦੇ ਫਾਇਦਾ ਥੋੜਾ ਜਿਹਾ ਸੋ ਬੁਰਾ ਹਾਲ ਹੈ ਉਹਨਾਂ ਦਾ ਉਸ ਬਬੋਂ ਜੋ ਲਿਖਿਆ ਥਾ ਉਹਨਾਂ ਦੇ ਨੇ ਤੇ ਬੁਰਾ ਹਾਲ ਏ ਉਹਨਾਂ ਦਾ ਉਸ ਬੱਬੋ ਜੋ ਕਮਾੰਦੇ ਨੇ ਤੇ ਆਖਿਓ ਨੇ ਸਾਨੂੰ ਅਗ ਚੂਣੀ ਨਹੀਂ ਪਰ ਥੋੜੇ ਦਿਨ ਗਿਨੇ ਹੋਏ ਤੂੰ ਆਖ ਤਸਾਂ ਲੈ ਲਿਆ ਅੱਲਾ ਕੋਲੋਂ ਕੋਈ ਇਕਰਾਰ ਤਾਂ ਉਲਟ ਨਹੀਂ ਕਰੇਗਾ ਅੱਲਾ ਆਪਣੇ ਇਕਰਾਰ ਦਾ ਜੇ ਅੱਲਾ ਦੇ ਨਾਮ ਲਾਂਦੇ ਹੋ ਜੋ ਨਹੀਂ ਜਾਣਦੇ ਹੋ ਆਖਰ ਤੁਹਾਨੂੰ ਦੋਸਖ ਦੀ ਅਗ ਕਿਉਂ ਛੂਣਨੀ ਲਗੀ ਜਿੰਨੇ ਕਮਾਈ ਬੁਰੀਾਈ ਤੇ ਕੇਰ ਲਿਆ ਉਹਨੂੰ ਉਹਦੇ ਗੁਨਾਹ ਨੇ ਸੋ ਉਹਨੇ ਅਗ ਦੇ ਰਹਿਣ ਵਾਲੇ ਉਹਨਾਂ ਉੱਥੇ ਸਦਾ ਰਹਿਣਾ ਹੈ ਤੇ ਜਿੰਨਾ ਮੰਨਿਆ ਹੈ ਤੇ ਕੀਟੀਆਂ ਨੇ ਬੁਲਾਈਆਂ ਉਹੋ ਨੇ ਬਿਸਤੇ ਦੇ ਰਹਿਣ ਵਾਲੇ ਉਹਨਾਂ ਉੱਥੇ ਸਦਾ ਰਹਿਣਾ ਹੈ ਤੇ ਜਦ ਲਿਆ ਅਸਾਂ ਇਕਰਾਰ ਬਣੇ ਇਸਰਾਇਲ ਦਾ ਪਈ ਅੱਲਾਹ ਬਾਝੋਂ ਕਿਸੇ ਨੂੰ ਨਾ ਪੂਜੋਗੇ ਤੇ ਮਾਂ ਪਿਓ ਨਾਲ ਇਹਸਾਨ ਕਰਨਾ ਨਾਲੇ ਸਾਖ ਸੈਨਾ ਨਾਲ ਤੇ ਯਤੀਮਾਂ ਤੇ ਭੁੱਖਿਆਂ ਨਾਲ ਵੀ ਤੇ ਆਖੋ ਲੋਕਾਂ ਨੂੰ ਸੋਹਣੀ ਗੱਲ ਹੱਸਦੇ ਮੱਥੇ ਤੇ ਦਰੁਸਤ ਪੜੋ ਨਮਾਜ਼ ਤੇ ਦੇਵ ਜ਼ਕਾਤ ਫੇਰ ਤੁਸੀਂ ਫੇਰ ਗਏ ਪਰ ਥੋੜੇ ਤੁਸਾਂ ਥੀ ਤੇ ਤੁਸੀਂ ਫੇਰ ਤੋ ਯਾਨੀ ਤੁਹਾਡੀ ਆਦਤ ਇਕਰਾਰ ਕਰਕੇ ਫੇਰ ਜਾਣ ਦੀ ਤੇ ਜਦ ਲਿਆ ਅਸਾਂ ਇਕਰਾਰ ਤੁਹਾਡਾ ਭਈ ਖੂਨ ਨਾ ਕਰਿਓ ਆਪਸ ਵਿੱਚ ਤੇ ਨਾ ਕੱਢਿਓ ਆਪਣਿਆਂ ਨੂੰ ਉਹਨਾਂ ਦੇ ਘਰੋਂ ਫੇਰ ਇਕਰਾਰ ਕੀਤਾ ਜੇ ਤੇ ਤੁਸੀਂ ਖੁਦ ਮੰਨਦੇ ਹੋ ਭਈ ਅਸਾਂ ਇਕਰਾਰ ਕੀਤਾ ਸੀ ਫੇਰ ਅੱਜ ਤੁਸੀਂ ਉਹ ਲੋਕ ਉਹ ਜੋ ਖੂਨ ਕਰਦੇ ਹੋ ਆਪਸ ਵਿੱਚ ਤੇ ਕੱਢ ਦਿੰਦੇ ਹੋ ਇਕਨਾਂ ਨੂੰ ਆਪਣੇ ਵਿੱਚੋਂ ਉਹਨਾਂ ਦੇ ਘਰੋਂ ਚੜਾਈ ਚੜਾਈ ਕਰਦੇ ਹੋ ਉਹਨਾਂ ਉੱਤੇ ਗੁਨਾਹ ਤੇ ਜ਼ੁਲਮ ਨਾਲ ਤੇ ਜੇ ਆਉਣ ਤੁਸਾਂ ਕੋਲ ਕੈਦ ਹੋ ਕੇ ਛੁਡਵਾਈ ਦਿੰਦੇ ਹੋ ਉਹਨਾਂ ਦੀ ਤੇ ਉਹ ਹਰਾਮ ਸੀ ਸਿਰੋਂ ਤੁਸਾਂ ਉੱਤੇ ਉਹਨਾਂ ਦਾ ਕੱਢਣਾ ਭਲਾ ਫੇਰ ਮੰਨਦੇ ਹੋ ਕੁਝ ਕਿਤਾਬ ਤੇ ਨਹੀਂ ਮੰਨਦੇ ਹੋ ਕੁਝ ਸੋਹੋਰ ਕੁਝ ਸਜ਼ਾ ਨਹੀਂ ਹੋਦੀ ਜੜਾ ਕਰੇ ਇਹ ਕੰਮ ਤੁਸੀਂ ਵਿੱਚੋਂ ਪਰ ਭੰਡੀ ਇਹ ਵਿੱਚ ਜਿਉਨੇ ਦੁਨੀਆ ਦੇ ਤੇ ਦਿਨ ਕਿਆਮਤ ਦੇ ਮੋੜੇ ਜਾਣਗੇ ਸਖਤ ਤੋਂ ਸਖਤ ਅਜ਼ਾਬ ਵਾਲ ਤੇ ਅੱਲਾ ਨੂੰ ਕੁਝ ਭੁੱਲਾ ਹੋਇਆ ਨਹੀਂ ਜੋ ਕਰਦੇ ਹੋ ਉਹ ਨਹੀਂ ਜਿੰਨਾ ਖਰੀਦੇ ਆ ਜਿਉਣਾ ਦੁਨੀਆ ਦਾ ਬਦਲੇ ਆਖਰਤ ਦੇ ਸੋ ਨਾ ਹਲਕਾ ਹੋਵੇਗਾ ਉਹ ਨਾ ਤੋਂ ਆਜ਼ਾਦ ਤੇ ਨਾ ਉਹਨਾਂ ਨੂੰ ਕੋਈ ਮਦਦ ਮਿਲੇਗੀ ਤੇ ਜ਼ਰੂਰ ਅਸਾਂ ਦੇਤੀ موسی ਨੂੰ ਕਿਤਾਬ ਤੇ ਉットਰੀਤੀ पे जे अस पीछे होदे पैगंबर ते जितते अस आसा पुत्र मरियम दे नूर रोशन निशानियां ते जोर देता अस उनू रूह पाक नाल ਭਲਾ ਫਿਰ ਜਿਸ ਵਾਰੀ ਲਿਆਇਆ ਤੁਸਾਂ ਕੋਲ पैगंबर ਜੋ ਨਹੀਂ ਪਹੁੰਦਾ ਤੁਹਾਡਿਆਂ ਦਿਲਾਂ ਨੂੰ ਆਪਣੇ ਆਪ ਨੂੰ ਬੜਾ ਜਾਤੋ ਨੇ ਫਿਰ ਇਕਲਾ ਨੂੰ ਛੁੱਟ ਲਿਆ ਓ ਜੇ ਤੇ ਇਕਲਾ ਦਾ ਖੂਨ ਕਰਦੇ ਹੋ ਤੇ ਆਖਿਓ ਨੇ ਸਾਡੇ ਦਿਲਾਂ ਉੱਤੇ ਗਲਾਫ ਨੇ یہودی ਆਪਣੀ ਵਿੜਾਈ ਵਿੱਚ ਆਖਦੇ ਸਨ ਭਾਈ ਸਾਡੇ ਦਿਲਾਂ ਉੱਤੇ ਗਲਾਫ ਨੇ ਯਾਨੀ ਸਵਾ ਆਪਣੇ دین ਦੇ ਕਿਸੇ ਦੀ ਗੱਲ ਸਾਨੂੰ ਅਸਰ ਨਹੀਂ ਕਰਦੀ ਅੱਲਾਹ تعالی ਨੇ ਫਰਮਾਇਆ ਸੱਚੀ ਗੱਲ ਦਾ ਅਸਰ ਨਾ ਕਰਨਾ ਫਟਕਾਰ ਦੀ ਨਿਸ਼ਾਨੀ ਹੈ ਸਗੋ ਫਟਕਾਰਿਆ ਉਹਨੂੰ ਉਹਨਾਂ ਨੂੰ ਅੱਲਾਹ ਨੇ ਉਹਨਾਂ ਦੀ ਬੇਫਰਮਾਨੀ ਦੇ ਸਬੂਤ ਫਿਰ ਉਹ ਬਹੁਤ ਥੋੜਾ ਈਮਾਨ ਲਿਆਉਂਦੇ ਨੇ ਤੇ ਜਦ ਪਹੁੰਚਿਓ ਉਹਨਾਂ ਕੋਲ ਕਿਤਾਬ ਅੱਲਾਹ ਕੋਲੋਂ ਸੱਚ ਆਕਦੀ ਏ ਜੇ ਉਹਨਾਂ ਦੇ ਕੋਲ ਪਹਿਲੇ ਏ ਯਾਨੀ ਤורה ਤੇ ਪਹਿਲੇ ਉਸ ਦੇ ਖੁਦ ਦਵਾਵਾ ਮੰਗਦੇ ਸਨ ਫਤਾਂ ਦੀਆਂ ਨਾ ਮੰਨਣ ਵਾਲਿਆਂ ਉੱਤੇ ਫਿਰ ਜਦ ਪਹੁੰਚਿਆ ਉਹਨਾਂ ਨੂੰ ਜਿਸ ਨੂੰ ਪਛਾਤੋ ਨੇ ਨਾ ਮੰਨਿਓ ਨੇ ਉਸ ਨੂੰ ਸੋ ਫਟਕਾਰ ਏ ਅੱਲਾਹ ਦੀ ਨਾ ਮੰਨਣ ਵਾਲਿਆਂ ਉੱਤੇ ਕਈ ਬੁਰੀ ਵਸਤੇ ਯੇਜ਼ਦੀ ਖਾਤਰ ਵੇਚਿਓ ਨੇ ਜਾਣਾ ਆਪਣੀਆਂ ਉਹ ਬੁੜੀ ਵਸਤ ਕੀ ਏ ਨਾ ਮੰਨਣਾ ਅੱਲਾ ਦੀ ਉਤਾਰੀ ਕਲਾਮ ਦਾ ਤੇ ਨਾ ਮੰਨਿਓ ਨੇ ਅੱਲਾ ਦੀ ਉਤਾਰੀ ਕਲਾਮ ਨੂੰ ਇਸ ਦੁੱਖ ਨਾਲ ਜੋ ਉਤਾਰਦਾ ਏ ਅੱਲਾ ਆਪਣੇ ਫਜ਼ਲ ਨਾਲ ਜਿਸ ਉੱਤੇ ਚਾਹਂਦਾ ਏ ਆਪਣੇ ਬੰਦਿਆ ਵਿੱਚੋਂ ਸੋ ਲੈ ਮੁਰੇ ਉਸੇ ਉੱਤੇ ਗੋਸਾ ਤੇ ਨਾ ਮੰਨਣ ਵਾਲਿਆਂ ਨੂੰ ਬੇਇੱਜ਼ਤੀ ਦੀ ਮਾਰ ਏ ਤੇ ਜਦ ਕੋਈ ਆਖੇ ਉਹਨਾਂ ਨੂੰ ਮੰਨੋ ਜੋ ਉਤਾਰਿਆ ਅੱਲਾ ਨੇ ਆਖ ਦੇ ਨੇ ਅਸੀਂ ਮੰਨਿਆ ਜੋ ਉਤਰੇ ਸਾਡੇ ਉੱਤੇ ਤੇ ਨਹੀਂ ਮੰਨਦੇ ਨੇ ਜੋ ਉਹਦੇ ਸਿਵਾਏ ਹਾਲਾਂਕਿ ਉਹ ਸੱਚ ਸੱਚਾ ਆਖਦਾ ਏ ਜੋ ਉਹਨਾਂ ਦੇ ਕੋਲ ਹੈ ਯਾਨੀ ਤורה ਤੁਸੀਂ ਆਖੋ ਫਿਰ ਕਿਉਂ ਖੂਨ ਕਰਦੇ ਰਹੇ ਹੋ ਅੱਲਾ ਦੇ ਪੈਗੰਬਰਾਂ ਦਾ ਪਹਿਲੇ ਜੇ ਤੁਸੀਂ ਮੰਨਣ ਵਾਲਿਓ ਇਹ ਜ਼ਰੂਰ ਹੀ ਲਿਆਇਆ ਤੁਸਾਂ ਕੋਲ موسی ਸਾਬ ਨਿਸ਼ਾਨੀਆਂ ਫਿਰ ਪਕੜਿਓ ਜੇ ਬੱਚਾ ਪੂਜਣਾ ਪਿੱਛੇ ਉਹਦੇ ਤੇ ਤੁਸੀਂ ਜ਼ਾਲਿਮ ਹੋ જરા યાદ કરો जद लिया असै اقرار ਤੁਹਾਡਾ ਤੇ ਚੁਕਿਆ ਅਸਾਂ ਤੁਹਾਡੇ ਸਿਰਾਂ ਉੱਤੇ ਤੂਰ ਪਹਾੜ ਪਗੜੋ ਮਜ਼ਬੂਤ ਜੋ ਦਿੱਤਾ ਅਸਾਂ ਤੁਸਾਨੂੰ ਤੇ ਸੁਣੋ ਵੀ ਆਖਿਓ ਨੇ ਅਸਾਂ ਸੁਣਿਆ ਏ ਤੇ ਮੰਨਿਆ ਨਹੀਂ ਨਹੀਂ ਮੰਨਿਆ ਦਿਲ ਵਿੱਚ ਆਖਿਓ ਨੇ ਤੇ ਰਚ ਗਿਆ ਉਹਨਾਂ ਦੇ ਦਿਲਾਂ ਵਿੱਚ ਬੱਚਾ ਉਹਨਾਂ ਦੇ ਨਾਮ ਮੰਨਣ ਦੇ ਸਬਬੋ ਤੁਸੀਂ ਆਖੋ ਕਈ ਬੁਰੀ ਵਸਤੇ ਜਿਸ ਦਾ ਹੁਕਮ ਕਰਦਾ ਏ ਤੁਸਾਨੂੰ ਇਮਾਨ ਤੁਹਾਡਾ جے ਤੁਸੀਂ ایمان والے ہو ਤੁਸੀਂ ਆਖੋ ਜੇ ਤੁਹਾਡੇ ਹੀ ਲਈਏ ਘਰ ਆਖਰਤ ਦਾ اللہ ਕੋਲ ਵਖਰਾ ਛੱਡ ਕੇ سارے ਲੋਕਾਂ ਨੂੰ ਤਾਂ ਮੰਗੋ ਮੌਤ ਜੇ ਤੁਸੀਂ ਸੱਚੇ ਹੋ ਤੇ ਉਹ ਕਦੇ ਵੀ ਨਹੀਂ ਮੰਗਣੀ ਉਹਨਾਂ ਉਸ ਬਬੋਂ ਜੋ ਅੱਗੇ ਟੋਰਿਆ ਉਹਨਾਂ ਦੇ ਹੱਥਾਂ ਨੇ ਤੇ ਅੱਲਾ ਜਾਣਦਾ ਏ ਸਾਲਮਾਨੂ ਤੇ ਤੁਸੀਂ ਵੇਖ ਲਓਗੇ ਉਹਨਾਂ ਨੂੰ ਸਭ ਲੋਕਾਂ ਤੋਂ ਜ਼ਿਆਦਾ ਹਿਰਸ ਰੱਖਦੇ ਨੇ ਜੀਉਣ ਦੀ ਵਧਿਕ ਸ਼ਰਕ ਕਰਨ ਵਾਲਿਆਂ ਤੋਂ ਵੀ ਚਾਹਦਾ ਹੈ ਹਰੀ ਕੋਨਾ ਦਾ ਜੋ ਉਮਰ ਪਾਵੇ ਹਜ਼ਾਰ ਬਰੇ ਦੀ ਤੇ ਨਹੀਂ ਬਚਾ ਸਕਦਾ ਉਸ ਨੂੰ ਅਜ਼ਾਬੋਂ ਲੰਮੀ ਉਮਰ ਦਾ ਮਿਲ ਜਾਣਾ ਤੇ ਅੱਲਾਹ ਵੇਖਦਾ ਹੈ ਜੋ ਅਮਲ ਤੇ ਕਰਦੇ ਨੇ اے ਹਬੀਬ ਤੁਸੀਂ ਆਖੋ ਜਿਹੜਾ ਵੈਰੀ ਹੈ ਜਬਰਾਇਲ ਦਾ ਉਹ ਜਾਣ ਲੈ ਪਈ ਜਬਰਾਇਲ ਨੇ ਉਤਾਰਿਆ ਇਹ ਕੁਰਾਨ ਤੁਹਾਡੇ ਦਿਲ ਉਤੇ ਅੱਲਾਹ ਦੇ ਹੁਕਮ ਨਾਲ ਸੱਚਾ ਆਖਦਾ ਹੈ ਆਪ ਤੋਂ ਪਹਿਲੀਆਂ ਕਿਤਾਬਾਂ ਨੂੰ ਤੇ ਰਾਹ ਪਾਉਂਦਾ ਤੇ ਖੁਸ਼ੀ ਸੁਣਾਉਂਦਾ ਮੰਨਣ ਵਾਲਿਆਂ ਨੂੰ ਪਰ ਜਿਹੜਾ ਵੈਰੀ ਹੈ ਅੱਲਾ ਦਾ ਤੇ ਉਹਦੇ ਫਰਿਸ਼ਤਿਆਂ ਦਾ ਤੇ ਉਹਦੇ ਪੈਗੰਬਰਾਂ ਦਾ ਤੇ ਜਿਬਰਾਈਲ ਦਾ ਤੇ ਮੇਕਾਇਲ ਦਾ ਵੀ ਤਾਂ ਅੱਲਾ ਜ਼ਰੂਰ ਵੈਰੀ ਹੈ ਉਹਨਾਂ ਬੇਈਮਾਨਾਂ ਦਾ ਜ਼ਰੂਰੀ ਉਤਾਰੀਆਂ ਨੇ ਅਸਾਂ ਤੁਹਾਡੇ ਵੱਲ ਆਇਤਾਂ ਸਾਫ਼-ਸਾਫ਼ ਤੇ ਕੋਈ ਮੁਨਕਰ ਨਹੀਂ ਹੋਣਾ ਤੋਂ ਬਾਜ ਬੇਫਰਮਾਨਾ ਦੇ ਤੇ ਜਦੋਂ ਇਕਰਾਰ ਕੀਤਾ ਨੇ ਕੋਈ ਵੀ ਇਕਰਾਰ ਸੁਰਲੀ ਤਾਂ ਕਿਸੇ ਨਾ ਕਿਸੇ ਗਰੋਹ ਨੇ ਉਹਨਾਂ ਵਿੱਚੋਂ ਉਹ ਇਕਰਾਰ ਸਗੋਂ ਬਹੁਤੇ ਉਹਨਾਂ ਦੇ ਵਿੱਚੋਂ ਨਹੀਂ ਮੰਨਣ ਵਾਲੇ ਤੇ ਦਜ ਪਹੁੰਚਿਆ ਉਹਨਾਂ ਦੇ ਕੋਲ ਪੈਗੰਬਰ ਅੱਲਾਹ ਕੋਲੋਂ ਸੱਚ ਆਖਦਾ ਉਸ ਕਿਤਾਬ ਨੂੰ ਜੋ ਉਹਨਾਂ ਦੇ ਕੋਲ ਮੌਜੂਦ ਹੈ ਸੁੱਟ ਛੱਡੀ ਇੱਕਣਾ ਨੇ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਮਿਲੀ ਸੀ ਕਿਤਾਬ ਕਿਤਾਬ ਅੱਲਾਹ ਦੀ ਆਪਣੇ ਮਗਰ ਪਿੱਛੇ ਜਿਉਂ ਉਹ ਕੁਝ ਜਾਣਦੇ ਹੀ ਨਹੀਂ ਤੇ ਮਗਰ ਪਏ ਹੋ ਸਿਲਮਦੇ ਜੋ ਪੜਦੇ ਸਨ ਜਿੰਨ ਸੁਲੇਮਾਨ ਦੀ ਬਾਦਸ਼ਾਹੀ ਦੇ ਵੇਲੇ ਤੇ ਨਹੀਂ ਕਾਫਰ ਕੀਤਾ ਸੁਲੇਮਾਨ ਨੇ ਪਰ ਜਿਨ੍ਹਾਂ ਨੇ ਕਾਫਰ ਕੀਤਾ ਜਿਹੜੇ ਸਖਾਂਦੇ ਸਨ ਲੋਕਾਂ ਨੂੰ ਜਾਦੂ ਨਾਲੇ ਮਗਰ ਪਏ ਹੋ ਸਿਲਮਦੇ ਜੋ ਉਤਰਿਆ ਸ਼ਹਿਰ ਬਾਬਲ ਵਿੱਚ ਦੋ ਫਰਿਸ਼ਤੇ ਹਾਰੂਤ ਤੇ ਮਾਰੂਤ ਉੱਤੇ ਹਾਲਾਂਕਿ ਨਹੀਂ ਸਖਾਂਦੇ ਸਨ ਕਿਸੇ ਨੂੰ ਜਦ ਤੱਕ ਆਖ ਨਹੀਂ ਲੈਂਦੇ ਸਨ ਭਾਈ ਅਸੀਂ ਨਿਰੇ ਅਜ਼ਮਾਵਣ ਨੂੰ ਆ ਸੋ ਤੂੰ ਬੇਈਮਾਨ ਨਾ ਬਣ ਫੇਰ ਵੀ ਸਿੱਖਦੇ ਸਨ ਉਹਨਾਂ ਤੋਂ ਉਹ ਚੀਜ਼ ਜਿਸ ਨਾਲ ਜਿਦਾਈ ਪਾਵਨ ਸ਼ਹਰ ਤੇ ਉਹਦੀ بیوی ਵਿੱਚ ਤੇ ਉਹ ਵਗਾੜ ਨਹੀਂ ਸਕਦੇ ਉਸ ਨਾਲ ਕਿਸੇ ਦਾ ਬਿਨੂ ਕਮਲਾ ਦੇ ਫੇਰ ਵੀ ਸਿੱਖਦੇ ਸਨ ਜੋ ਉਹਨਾਂ ਦਾ ਨੁਕਸਾਨ ਕਰੇ ਤੇ ਨਾ ਨਫਾ ਦੇ ਤੇ ਜ਼ਰੂਰ ਹੀ ਜਾਣ ਚੁਕੇ ਨੇ ਭਈ ਜਿਹੜਾ ਖਰੀਦਾਰ ਬਣਿਆ ਉਸ ਦਾ ਨਹੀਂ ਆਖਰਤ ਵਿੱਚ ਉਹਦਾ ਕੋਈ ਹਿੱਸਾ ਤੇ ਕਈ ਬੁਰੀ ਵਸਤੇ ਜਿਸ ਨਾਲ ਵੇਚਿਓ ਨੇ ਆਪਣੀਆਂ ਜਾਨਾਂ ਜੇ ਕਦੇ ਜਾਣਦੇ ਹੁੰਦੇ ਤੇ ਜੇ ਕਦੇ ਉਹ ਮੰਨਦੇ ਤੇ ਬਚਦੇ ਤਾਂ ਬਦਲਾ ਸੀ ਅੱਲਾ ਕੋਲੋਂ ਚੰਗਾ ਕਾਸ਼ ਕਦੇ ਜਾਣਦੇ ਹੁੰਦੇ ਐਈ ਇਮਾਨਦਾਰੋ ਨਾ ਆਖਿਆ ਕਰੋ رائے ਨਾ ਤੇ ਆਖੋ ਉਨ ਦੁਰ ਨਾ ਤੇ ਤਵਜਹ ਨਾਲ ਗੱਲ ਸੁਣਿਆ ਕਰੋ ਉਹਨਾਂ ਬੇਈਮਾਨਾਂ ਨੂੰ ਤੇ ਦੁੱਖ ਦੀ ਮਾਰ ਏ رائے ਨਾ ਦੇ ਦੋ ਮਹਨੇ ਨੇ ਇੱਕ ਤੇ ਇਹ ਜੋ ਸਾਡੇ ਵੱਲ ਧਿਆਨ ਕਰ ਤੇ ਦੂਸਰੇ ਸਾਡਾ ਕੰਮ منافق یہودی حضرت دی مجلس وچ بیٹھ کے آپ دی گلاں سن دے تے جے کوئی گل دوبارہ کے پوچھنی ہوندی تاں اے لفظ آکھ دے اوناں تو سن کے مسلمان بھی رائے نہ آکھن لگے اللہ تعالی نے فرمایا دگے والا لفظ نہ کہو جے آکھنا ہی ہوے تاں ان دور نہ آکھو بلکہ sadde ول دھیان کرو تے پیرا اے دھیان نال سن دے رہیا کرو تاں دوبارہ کے پوچھنا ہی نہ پوے ਨਹੀਂ ਚਾਹੰਦੇ ਜਿਹੜੇ ਬੇਈਮਾਨ ਹੋਏ ਕਿਤਾਬ ਵਾਲੇ ਹੋਣ ਜਾਂ ਸ਼ਰਕ ਕਰਨ ਵਾਲੇ ਜੋ ਉਤਰੇ ਤੁਸਾਂ ਉੱਤੇ ਕੁਛ ਪਲਿਆਈ ਤੁਹਾਡੇ ਰੱਬ ਵੱਲੋਂ ਤੇ ਅੱਲਾ ਚੁਣ ਲੈਂਦਾ ਆਪਣੀ ਮਿਹਰ ਕਰਨ ਲਈ ਜਿਸ ਨੂੰ ਚਾਹੰਦਾ ਹੈ ਤੇ ਅੱਲਾ ਬੜਾ ਫਜ਼ਲ ਫਰਮਾਨ ਵਾਲਾ ਹੈ ਜੋ ਮਕੂਫ ਕਰਨੇ ਅਸੀਂ ਕੋਈ ਆਇਤ ਜਾਂ ਪੁਲਾ ਦੇਣਿਆ ਲਿਓਣਿਆ ਅਸੀਂ ਉਹਨੂੰ ਚੰਗੀ ਜਾਂ ਉਹਦੇ ਜਈ ਭਲਾ ਤੁਸੀਂ ਨਹੀਂ ਜਾਣਦੇ ਭਈ ਅੱਲਾ ਦਾ ਜ਼ਰੂਰ ਹਰ ਕਿਸੇ ਉੱਤੇ ਵਸ ਚਲਦਾ ਹੈ ਭਲਾ ਤੁਸੀਂ ਨਹੀਂ ਜਾਣਦੇ ਭਈ ਜ਼ਰੂਰ ਅੱਲਾ ਹੀ ਦਾ ਰਾਜ ਹੈ ਆਸਮਾਨਾਂ ਤੇ ਜ਼ਮੀਨ ਦਾ ਤੇ ਨਹੀਂ ਤੇ ਸਾਡਾ ਸਵਾਲ ਅੱਲਾ ਦੇ ਕੋਈ ਹਮਾਇਤੀ ਤੇ ਨਾ ਮਦਦਗਾਰ ਮੁਸਲਮਾਨੋ ਕਿਉਂ ਤੁਸੀਂ ਇਹੋ ਚਾਹੁੰਦੇ ਹੋ ਜੋ ਸਵਾਲ ਕਰੋ ਆਪਣੇ ਪੈਗੰਬਰ ਨੂੰ ਜਿਉਂ ਸਵਾਲ ਕੀਤਾ ਗਿਆ موسی ਨੂੰ ਇਹ ਦੂ ਪਹਿਲੇ ਤੇ ਜਿਨ ਵਟਾਈ ਬੇਈਮਾਨੀ ਇਮਾਨ ਤੋਂ

ਤਾਂ ਇਹ ਯਹੂਦੀਆਂ ਨੂੰ ਮਦੀਨੇ ਦੇ ਕੋਲੋਂ ਕੱਢ ਦਿੱਤਾ ਅੱਲਾਹ ਦਾ ਜ਼ਰੂਰ ਹਰ ਕਿਸੇ ਉੱਤੇ ਵਾਸ ਚੱਲਦਾ ਹੈ ਤੇ ਦਰੁਸਤ ਪੜੋ ਨਮਾਜ਼ ਤੇ ਦਿਓ ਜ਼ਕਾਤ ਤੇ ਜੋ ਅੱਗੇ ਟੋਰੋਗੇ ਆਪਣੇ ਵਾਸਤੇ ਕੋਈ ਨੇਕੀ ਉਹ ਲੈ ਲੋਗੇ ਅੱਲਾਹ ਦੇ ਕੋਲ ਚੱਲ ਕੇ ਅੱਲਾਹ ਜ਼ਰੂਰ ਵੇਖਦਾ ਹੈ ਜੋ ਕਰਦੇ ਹੋ ਤੇ ਆਖਿਓ ਨੇ ਕਿਸੇ ਬਹਿਸ਼ਤ 'ਚ ਵਰਨਾ ਹੀ ਨਹੀਂ ਪਰ ਜਿਹੜਾ ਹੋਵੇਗਾ ਯਹੂਦੀ ਐ ਨਸਰਾਨੀ ਇਹ ਸਖਨੀਆਂ ਉਮੀਦਾਂ ਨੇ ਉਹਨਾਂ ਦੀਆਂ ਤੁਸੀਂ ਆਖੋ ਲੈ ਉਹ ਦਲੀਲ ਆਪਣੀ ਜੇ ਤੁਸੀਂ ਸੱਚੇ ਹੋ ਹਾਕੇ ਹੈ ਜਿੰਨੇ ਤਾਬੇ ਕੀਤਾ ਮੂੰਹ ਆਪਣਾ ਅੱਲਾ ਦੇ ਤੇ ਉਹ ਨੇਕੀ ਕਰਨ ਵਾਲਾ ਹੈ ਸੋ ਉਸੇ ਲਈ ਇਹ ਸਵਾਬ ਹੁੰਦਾ ਉਹਦੇ ਰੱਬ ਕੋਲ ਤੇ ਨਾ ਕੁਝ ਡਰਦੇ ਉਹਨਾਂ ਨੂੰ ਤੇ ਨਾ ਚੁਰਨਗੇ ਆਖਿਆ ਯਹੂਦੀਆਂ ਨੇ ਨਸਰਾਨੀ ਕਿਸੇ ਗੱਲ ਉੱਤੇ ਨਹੀਂ ਕਿ ਆਖਿਆ ਨਸਰਾਨੀਆਂ ਨੇ ਯਹੂਦੀ ਕਿਸੇ ਗੱਲ ਉੱਤੇ ਨਹੀਂ ਹਾਲਾਂਕਿ ਉਹ ਸਭ ਪੜਦੇ ਨੇ ਕਿਤਾਬ ਉਹਨਾਂ ਨੇ ਵੀ ਜਿਨ੍ਹਾਂ ਕੋਲ ਕਿਤਾਬ ਦਾ ਇਲਮ ਨਹੀਂ ਇਹਨਾਂ ਨੇ ਵੀ ਜਈ ਗੱਲ ਆਖੀਏ ਸੋ ਅੱਲ੍ਹਾ ਹੀ ਫੈਸਲਾ ਕਰੇਗਾ ਉਹਨਾਂ ਵਿੱਚ ਦਿਨ ਕਿਆਮਤ ਦੇ ਜਿਸ ਬਾਤ ਵਿੱਚ ਉਹ ਝਗੜਦੇ ਸਨ ਉਸ ਨਾਲੋਂ ਵੱਡਾ ਜ਼ਾਲਮ ਕੌਣ ਹੈ ਜਿਨੇ ਰੋਕਿਆ ਅੱਲ੍ਹਾ ਦੀਆਂ ਮਸੀਤਾਂ ਤੋਂ ਜੋ ਯਾਦ ਕੀਤਾ ਜਾਏ ਉੱਥੇ ਨਾ ਮੋਦਾ ਤੇ ਕੋਸ਼ਿਸ਼ ਕੀਤੀ ਉਹਨਾਂ ਦੇ ਉਜਾੜਨ ਵਿੱਚ ਯਾਨੀ ਜੇ ਕੋਈ ਮਸੀਤੇ ਨਾ ਵੜਨ ਦੇ ਤਾ ਜਿੱਥੇ ਖਲੋਕੇ ਕਾਬੇ ਵੱਲ ਮੂੰਹ ਕਰੋ ਉੱਥੇ ਹੀ ਖੁਦਾ ਰਾਜ਼ੀ ਹੈ ਉਹਨਾਂ ਨੂੰ ਲਾਇਕ ਨਹੀਂ ਉੱਥੇ ਵਰਨਾ ਪਰ ਡਰਦੇ ਹੋਏ ਜਾਣ ਉਹਨਾਂ ਲਈ ਦੁਨੀਆਂ ਵਿੱਚ ਭੰਡੀ ਹੈ ਤੇ ਉਹਨਾਂ ਲਈ ਆਖਰਤ ਵਿੱਚ ਬੜੀ ਮਾਰ ਹੈ ਤੇ ਅੱਲਾਹ ਲਈਏ ਚੜਦਾ ਤੇ ਲੈਂਦਾ ਜੇ ਜਿੱਥੋਂ ਮੂੰਹ ਪਾਉ ਤਾਂ ਉੱਥੇ ਹੀ ਰੁਖ ਅੱਲਾ ਦਾ ਹੈ ਅੱਲਾ ਜ਼ਰੂਰ ਸਮਾਈ ਵਾਲਾ ਹੈ ਜਾਣਨ ਵਾਲਾ ਤੇ ਆਖਿਓ ਨੇ ਅਲਾ ਔਲਾਦ ਰੱਖਦਾ ਏ ਉਹ ਤੇ ਹਰ ਐਬੋਂ ਪਾ ਕੇ ਸਗੋਂ ਉਸੇ ਹੀ ਦਾ ਮਾਲ ਏ ਜੋ ਕੁਝ ਆਸਮਾਨਾਂ ਤੇ ਜ਼ਮੀਨ ਵਿੱਚ ਹਰ ਕੋਈ ਉਸੇ ਹੀ ਦੀ ਤਾਬੇ ਨਵੇਂ ਸਿਰਿਓਂ ਬਣਾਉਣੇ ਵਾਲਾ ਆਸਮਾਨਾਂ ਤੇ ਜ਼ਮੀਨ ਦਾ ਤੇ ਜਦ ਕੁਝ ਪੈਦਾ ਕਰਨਾ ਚਾਹੁੰਦਾ ਏ ਤੇ ਇਹਨਾ ਆਖਦਾ ਏ ਉਸ ਨੂੰ ਹੋ ਜਾ ਫਿਰ ਹੋ ਜਾਂਦਾ ਏ ਤੇ ਆਖਿਆ ਉਹਨਾਂ ਨੇ ਜਿਨ੍ਹਾਂ ਨੂੰ ਇਲਮ ਨਹੀਂ ਕਿਉਂ ਨਹੀਂ ਗੱਲ ਕਰਦਾ ਆਪ ਸਾਡੇ ਨਾਲ ਅੱਲਾ ਜਾਂ ਆਵੇ ਸਾਡੇ ਕੋਲ ਕੋਈ ਨਿਸ਼ਾਨੀ ਇਹਨੇ ਆਖਿਆ ਜੀ ਉਹਨਾਂ ਤੋਂ ਅਗਲੇ ਨੇ ਵੀ ਇੰਨਾ ਹੀ ਜਈ ਗੱਲ ਇੱਕੋ ਰੰਗ ਦੇ ਨੇ ਦਿਲ ਇਹਨਾਂ ਦੇ ਅਸੀਂ ਖੂਬ ਜ਼ਾਹਿਰ ਕਰ ਚੁੱਕੇ ਆ ਨਿਸ਼ਾਨੀਆਂ ਯਕੀਨ ਕਰਨ ਵਾਲੇ ਲੋਕਾਂ ਲਈ ਇਹਦੋਂ ਬਜੀਕ ਕੀ ਨਿਸ਼ਾਨੀ ਹੋਏਗੀ ਜੇ ਜ਼ਰੂਰ ਅਸਾਂ ਭੇਜਿਆ ਹੈ ਤੁਹਾਨੂੰ ਠੀਕ ਨਿਸ਼ਾਨੀਆਂ ਦੇ ਕੇ ਖੁਸ਼ੀ ਸੁਣਾਉਣ ਤੇ ਡਰਾਉਣ ਨੂੰ ਤੇ ਤੁਹਾਨੂੰ ਪੁੱਛਣੀ ਹੋਣੀ ਦੋਜ਼ਖ ਵਾਲਿਆਂ ਦੀ ਭਾਈ ਤੁਸੀਂ ਉਹਨਾਂ ਨੂੰ ਮੁਸਲਮਾਨ ਕਿਉਂ ਨਹੀਂ ਕੀਤਾ ਐ ਹਬੀਬ ਰਾਜ਼ੀ ਨਹੀਂ ਹੋਣਾ ਤੇ ਥੋ ਯਹੂਦੀਆਂ ਨੇ ਤੇ ਨਾਨਸਰਾਨੀਆਂ ਨੇ ਜਦ ਤੱਕ ਤੂੰ ਤਾਬੇ ਨਾ ਹੋਵੇਂ ਉਹਨਾਂ ਦੇ دین ਦਾ ਤੁਸੀਂ ਆਖੋ ਜੇ ਅੱਲਾ ਦਾ ਦਸਿਆ ਰਾਹੀ ਸਿੱਧਾ ਰਾਹ ਹੈ ਤੇ ਜੇ ਤੁਸੀਂ ਟੁਰਿਓ ਉਹਨਾਂ ਦੀ ਚਾਹ ਉੱਤੇ ਪਿੱਛੇ ਉਸ ਇਲਮ ਦੇ ਜੋ ਪਹੁੰਚਿਆ ਤੁਹਾਨੂੰ ਨਹੀਂ ਕੋਈ ਤੁਹਾਡਾ ਅੱਲਾਹ ਦੀ ਪਕੜੋ ਹਮਾਇਤੀ ਤੇ ਮਦਦਗਾਰ ਜਿੰਨਾਂ ਨੂੰ ਦਿੱਤੀ ਅਸਾਂ ਕਿਤਾਬ ਪੜ੍ਹ ਦੇ ਨੇ ਉਸ ਨੂੰ ਜਿਸ ਤਰ੍ਹਾਂ ਉਸ ਦੇ ਪੜ੍ਹਨੇ ਦਾ ਹੱਕ ਏ ਕਿਤਾਬ ਦੇ ਪੜ੍ਹਨੇ ਦਾ ਇਹ ਹੱਕ ਏ ਜੋ ਹਲਾਲ ਨੂੰ ਹਲਾਲ ਜਾਣੇ ਤੇ ਹਰਾਮ ਨੂੰ ਹਰਾਮ ਤੇ ਸਿੱਧੀ ਗੱਲ ਨੂੰ ਵੱਲ ਪਾ ਕੇ ਡਿੰਗੀ ਨਾ ਬਣਾਏ ਉਹਨੇ ਮੰਨਦੇ ਉਸ ਕੁਰਾਨ ਨੂੰ ਕਿ ਜਿਹੜਾ ਉਸ ਨੂੰ ਨਾ ਮੰਨੇ ਸੋ ਉਹ ਹੋਏ ਕਾਟੇ ਵਾਲੇ ਐ ਬਣੀ ਇਸرائیਲ ਯਾਦ ਕਰੋ ਇਹਸਾਨ ਮੇਰਾ ਜੋ ਇਹਸਾਨ ਕੀਤਾ ਮੈਂ ਤੁਸਾਂ ਉੱਤੇ ਤੇ ਜੋ ਮੈਂ ਵਿਡਾਈ ਦਿੱਤੀ ਸੀ ਤੁਸਾਂ ਨੂੰ ਸਾਰੇ ਜਹਾਨ ਨਾਲ ਉੱਤੇ ਤੇ ਬਚੋ ਉਸ ਦਿਨ ਤੋਂ ਜੋ ਨਾ ਕਾਮ ਆਵੇ ਕੋਈ ਕਿਸੇ ਦੇ ਇੱਕ ਜ਼ਰਰਾ ਤੇ ਨਾ ਕਬੂਲ ਹੋਵੇ ਉਹਦੇ ਵੱਲੋਂ ਫਿਦਿਆ ਤੇ ਨਾ ਨਫਾ ਦੇ ਉਸ ਨੂੰ ਸ਼ਫਾਤ ਤੇ ਨਾ ਉਹਨਾਂ ਨੂੰ ਮਦਦ ਮਿਲੇ ਯਾਦ ਕਰੋ ਜਦ ਅਜ਼ਮਾਇਆ ਇਬਰਾਹੀਮ ਨੂੰ ਉਹਦੇ ਰੱਬ ਨੇ ਕਈ ਗੱਲਾਂ ਨਾਲ ਉਸ ਨੇ ਉਹ ਪੂੜੀਆਂ ਕੀਤੀਆਂ ਤੇ ਫਰਮਾਇਆ ਗਿਆ ਮੈਂ ਜ਼ਰੂਰ ਬਣਾਵਾਂਗਾ ਤੈਨੂੰ ਲੋਕਾਂ ਦਾ ਪੇਸ਼ਵਾ ਆਖਿਓ ਸੁ ਤੇ ਮੇਰੀ ਔਲਾਦ ਨੂੰ ਵੀ ਫਰਮਾਇਆ ਨਾ ਪਹੁੰਚੇਗਾ ਇਕਰਾਰ ਮੇਰਾ ਜ਼ਾਲਮਾਂ ਨੂੰ ਜਦ ਠਹਿਰਾਇਆ ਸਾ ਖਾਨਾ ਕਾਬਾ ਸਵਾਬ ਦਾ ਥਾ ਲੋਕਾਂ ਲਈ ਤੇ ਅਮਨ ਦਾ ਥਾ ਤੇ ਲੋਕਾਂ ਨੂੰ ਹੁਕਮ ਦਿੱਤਾ ਸੀ ਜੇ ਬਣਾਓ ਇਬਰਾਹੀਮ ਦੇ ਖਲੋਣੇ ਦੀ ਜਗਾ ਨਮਾਜ਼ ਦਿੱਥਾਂ ਤੇ ਹੁਕਮ ਕੀਤਾ ਸਾ ਇਬਰਾਹੀਮ ਤੇ ਇਸਮਾਈਲ ਨੂੰ ਪਈ ਪਾਕ ਰੱਖੋ ਘਰ ਮੇਰਾ ਵਾਸਤੇ ਤਵਾਫ ਕਰਨ ਵਾਲਿਆਂ ਤੇ ਇਤਕਾਫ ਕਰਨ ਵਾਲਿਆਂ ਤੇ ਰਕੂ ਸਜੂਦ ਕਰਨ ਵਾਲਿਆਂ ਲਈ ਤੇ ਜਦ ਆਖਿਆ ਇਬਰਾਹੀਮ ਨੇ ਮੇਰੇ ਰੱਬਾ ਬਣਾਏ ਜਗਾ ਸ਼ਹਿਰ ਅਮਨ ਦਾ ਤੇ ਰੋਜ਼ੀ ਦੇ ਇਥੋਂ ਦੇ ਲੋਕਾਂ ਨੂੰ ਮੇਵੇ ਉਸ ਨੂੰ ਜਿੰਨੇ ਮੰਨਿਆ ਉਹਨਾਂ ਵਿੱਚੋਂ ਅੱਲਾ ਨੂੰ ਤੇ ਦਿਨ ਆਖਰਤ ਨੂੰ فرمایا ਤੇ ਜਿਸ ਨੇ ਨਾ ਮੰਨਿਆ ਸੋ ਫਾਇਦਾ ਦੇਵਾਂਗਾ ਮੈਂ ਉਸ ਨੂੰ ਥੋੜਾ ਫਿਰ ਬੇਵਸ ਕਰਕੇ ਲੈ ਜਾਵਾਂਗਾ ਮੈਂ ਉਸ ਨੂੰ ਅਗਦੇ ਅਜ਼ਾਬ ਵੱਲ ਕਈ ਬੁਰੀ ਜਗ੍ਹਾਏ ਮੜ ਜਾਣ ਦੀ ਤੇ ਯਾਦ ਕਰੋ ਜਦ ਉਸਾਰਦਾ ਸੀ ਇਬਰਾਹੀਮ ਤੇ ਇਸਮਾਈਲ ਨੀਂ ਕਾਬੇ ਦੀਆਂ ਦੁਆ ਕਰਦੇ ਜਾਂਦੇ ਸਨ ਸਾਡੇ ਰੱਬਾ ਕਬੂਲ ਕਰੇ ਖਿਦਮਤ ਸਾਡੀ ਜ਼ਰੂਰ ਤੂੰ ਹੀ ਹੈਂ ਸੁਣਦਾ ਜਾਣਦਾ ਸਾਡੇ ਰੱਬਾ ਤੇ ਬਣਾ ਲੈ ਸਾਨੂੰ ਫਰਮਬਰਦਾਰ ਆਪਣਾ ਨਾਲੇ ਸਾਡੀ ਔਲਾਦ ਵਿੱਚੋਂ ਵੀ ਇੱਕ ਜਮਾਤ ਫਰਮਬਰਦਾਰ ਆਪਣੀ ਤੇ ਬਖਸ਼ ਸਾਨੂੰ ਆਪਣੀ ਇਬਾਦਤ ਦੇ ਦਸਤੂਰ ਤੇ ਮaaf ਕਰ ਸਾਨੂੰ ਜ਼ਰੂਰ ਤੂੰ ਹੀ ਹੈਂ ਮੋੜ ਮੋੜ ਤੋਬਾ ਕਬੂਲ ਕਰਨ ਵਾਲਾ ਬੜੀ ਮਿਹਰ ਵਾਲਾ ਸਾਡੇ ਰੱਬਾ ਤੇ ਖੁਲਾਰ ਉਹਨਾਂ ਵਿੱਚ ਇੱਕ ਪੈਗੰਬਰ ਉਹਨਾਂ ਵਿੱਚੋਂ ਪੜੇ ਉਹਨਾਂ ਅੱਗੇ ਆਇਤਾ ਤੇਰੀਆਂ ਜਿ ਸਖਾਏ ਉਹਨਾਂ ਨੂੰ ਕੁਰਾਨ ਤੇ ਹਕਮਤ ਤੇ ਪਾਕ ਕਰਿਓ ਉਹਨਾਂ ਨੂੰ ਜ਼ਰੂਰ ਤੂਏ ਬੜੇ ਜ਼ੋਰ ਤੇ ਹਕਮਤਾ ਵਾਲਾ ਕਿ ਕੌਣ ਮੂੰਹ ਮੋੜਦਾ ابراہیم ਦੇ ਦੀਨ ਨੂੰ ਉਸ ਬਿਨ ਜਿਹੜਾ ਬੇਖਬਰ ਬਣਿਆ ਆਪਣੀ ਜਾਨ ਤੋਂ ਕਿ ਜ਼ਰੂਰ ਅਸਾਂ ਚੁਣਿਆ ابراہیم ਨੂੰ ਦੁਨੀਆ ਵਿੱਚ ਤੇ ਉਹ ਆਖਰਤ ਵਿੱਚ ਜ਼ਰੂਰ ਪਰੇ ਲੋਕਾਂ ਵਿੱਚ ਹੋਏ ਜਦ ਆਖਿਆ ਉਹਨੂੰ ਉਹਦੇ ਰੱਬ ਨੇ ਤਾਬੇਦਾਰ ਬਣ ਜਾ ਬੋਲਿਆ ਮੈਂ ਤਾਬੇਦਾਰ ਬਣਿਆ ਸਾਰੇ ਜਹਾਨਾ ਦੇ ਪਾਲਨ ਵਾਲੇ ਦਾ ਇਹੋ ਆਗਿਆ ਇਬਰਾਹੀਮ ਆਪਣੇ ਪੁੱਤਰਾਂ ਨੂੰ ਤੇ ਇਹੋ ਆਖਿਆ ਯਾਕੂਬ ਨੇ ਵੀ ਮੇਰੇ ਪੁੱਤਰੋ ਅੱਲਾ ਨੇ ਜ਼ਰੂਰ ਚੁਣ ਦਿੱਤਾ ਹੈ ਤੁਸਾਂ ਨੂੰ ਇਹੋ ਦੀਨ ਸੋ ਨਾ ਮਰਨਾ ਪਰ ਇਸਲਾਮ ਉੱਤੇ ਮੁਸਲਮਾਨ ਰਹਿ ਕੇ ਭਲਾ ਤੁਸੀਂ ਸਾਹਮਣੇ ਸੋ ਜਦ ਆਈ ਯਾਕੂਬ ਨੂੰ ਮੌਤ ਜਦ ਆਖਿਓ ਸੁ ਆਪਣੇ ਪੁੱਤਰਾਂ ਨੂੰ ਕਿਸ ਨੂੰ ਪੂਜੋਗੇ ਮੇਰੇ ਪਿੱਛੋਂ ਆਖਿਓ ਨੇ ਅਸੀਂ ਪੂਜਾਂਗੇ ਤੇਰੇ ਮਹਬੂਦ ਨੂੰ ਤੇ ਤੇਰੇ ਪਿਉ ਦਾਦੇ ਦੇ ਮਹਬੂਦ ਨੂੰ ਇਬਰਾਹੀਮ ਤੇ ਇਸਮਾਈਲ ਤੇ ਇਸਹਾਕ ਦੇ ਰਬ ਯਾਨੀ ਇੱਕੋ ਮਹਬੂਦ ਨੂੰ ਤੇ ਅਸੀਂ ਉਸੇ ਦੇ ਫਰਮਾਨਬਰਦਾਰਾਂ ਉਹ ਇੱਕ ਲੋਕ ਸਨ ਜੋ ਗੁਜ਼ਰ ਗਏ ਉਹ ਨਹੀਂ ਲਈਏ ਜੋ ਕਮਾ ਗਏ ਤੇ ਤੁਹਾਡੇ ਲਈਏ ਜੋ ਤੁਸੀਂ ਕਮਾਇਆ ਤੇ ਤੁਸੀਂ ਤੋਂ ਨਹੀਂ ਪੁੱਛਿਆ ਜਾਣਾ ਜੋ ਕੰਮ ਉਹ ਕਰਦੇ ਸਨ ਇਹ ਆਖਿਓ ਨੇ ਹੋ ਜਾਓ ਯਹੂਦੀ ਯਾ ਨਸਰਾਨੀ ਤਾਂ ਹਿਦਾਇਤ ਪਾਓਗੇ ਹਬੀਬ ਤੁਸੀਂ ਆਖੋ ਸਗੋ ਅਸੀਂ ਤਾਬੇਦਾਰੀ ਕਰਾਂਗੇ دین ਇਬਰਾਹੀਮ ਦੀ ਜੋ ਇੱਕ ਤਰਫਾ ਹੈ ਤੇ ਨਹੀਂ ਸੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਤੁਸੀਂ ਆਖੋ ਅਸਾਂ ਮੰਨਿਆ ਹੈ ਅੱਲਾ ਨੂੰ ਤੇ ਜੋ ਉਤਰਿਆ ਸਾਡੇ ਵੱਲ ਤੇ ਜੋ ਉਤਰਿਆ ਇਬਰਾਹੀਮ ਤੇ ਇਸਮਾਈਲ ਤੇ ਇਸਹਾਕ ਤੇ ਯਾਕੂਬ ਤੇ ਉਹਦੀ ਔਲਾਦ ਵੱਲ ਤੇ ਜੋ ਮਿਲਿਆ موسی ਤੇ ঈਸਾ ਨੂੰ ਤੇ ਜੋ ਮਿਲਿਆ ਸਭ ਪੈਗੰਬਰਾਂ ਨੂੰ ਉਹਨਾਂ ਦੇ ਰੱਬ ਵੱਲੋਂ ਅਸੀਂ ਪਾਲ ਨਹੀਂ ਪਾਉਂਦੇ ਕਿਸੇ ਵਿੱਚ ਉਹਨਾਂ થી ਤੇ ਅਸੀਂ ਉਸੇ ਹੀ ਦੇ ਫਰਮਾਂਬਰਦਾਰ ਆ ਫੇਰ ਜੇ ਮਨਿਓ ਨੇ ਜਿਸ ਤਰ੍ਹਾਂ ਤੂੰ ਸਾਂ ਮੰਨਿਆ ਹੈ ਤਾਂ ਠੀਕ ਰਹਾ ਹੈ ਤੇ ਜੇ ਮੂੰ ਮੋੜਿਓ ਨੇ ਤਾਂ ਉਹਨੇ ਦੇ ਜਿੱਦੂਤੇ ਨੇ ਸੋ ਸੰਭਾਲ ਲਏਗਾ ਤੇਰੀ ਵੱਲੋਂ ਉਹਨਾਂ ਨੂੰ ਅੱਲਾ ਤੇ ਉਹ ਸੁਣਦਾ ਜਾਣਦਾ ਹੈ ਆਖੋ ਅਸੀਂ ਰੰਗੇ ਆ ਅੱਲਾ ਦੇ ਰੰਗਰੋਂ ਤੇ ਅੱਲਾ ਤੋਂ ਸੋਣਾ ਕੌਣ ਜਾਣੇ ਰੰਗਣਾ ਤੇ ਅਸੀਂ ਉਸੇ ਦੇ ਪੁਜਾਰੀ ਆ ਹਬੀਬ ਤੁਸੀਂ ਆਖੋ ਕਿਉਂ ਝਗੜਦੇ ਹੋ ਸਾਡੇ ਨਾਲ ਅੱਲਾਹ ਦੇ ਤੇਰਾ ਮੇਰਾ ਹੋਣ ਵਿੱਚ ਤੇ ਉਹੋ ਹੀ ਪਾਲਣ ਵਾਲਾ ਸਾਡਾ ਤੇ ਪਾਲਣ ਵਾਲਾ ਤੁਹਾਡਾ ਤੇ ਸਾਡੇ ਲਈ ਅਮਲ ਸਾਡੇ ਤੇ ਤੁਹਾਡੇ ਲਈ ਨੇ ਅਮਲ ਤੁਹਾਡੇ ਤੇ ਅਸੀਂ ਖਾਲਸ ਅਮਲ ਕਰਨ ਵਾਲੇ ਆ ਭਲਾ ਤੁਸੀਂ ਆਖਦੇ ਹੋ ਭਈ ਇਬਰਾਹੀਮ ਤੇ ਇਸਮਾਇਲ ਤੇ ਇਸਹਾਕ ਤੇ ਯਾਕੂਬ ਤੇ ਉਹਦੀ اولاد ਜ਼ਰੂਰ ਯਹੂਦੀ ਸੰ ਜਾਂ ਨਸਰਾਨੀ ਤੁਸੀਂ ਆਖੋ ਪੜਾ ਤੁਸੀਂ ਵਦੇਰਾ ਜਾਣਦੇ ਹੋ ਯਾ ਅੱਲਾ ਤੇ ਉਸ ਤੋਂ ਜ਼ਾਲਮ ਕੌਣ ਹੈ ਜਿਸ ਨੇ ਲੁਕਾਈ ਗਵਾਈ ਜੋ ਉਹਦੇ ਕੋਲ ਹੈ ਅੱਲਾ ਵੱਲੋਂ ਤੇ ਅੱਲਾ ਨੂੰ ਭੁੱਲਾ ਹੋਇਆ ਨਹੀਂ ਜੋ ਕਰਦੇ ਹੋ ਉਹ ਇੱਕ ਲੋਕ ਸਨ ਜੋ ਗੁਜ਼ਰ ਗਏ ਉਹਨਾਂ ਹੀ ਰਹੀਏ ਜੋ ਕਮਾ ਗਏ ਤੇ ਤੁਸਾਂ ਲਈਏ ਜੋ ਤੁਸਾਂ ਕਮਾਇਆ ਤੇ ਤੁਸਾਂ ਤੋਂ ਨਹੀਂ ਪੁੱਛਿਆ ਜਾਣਾ ਜੋ ਕੰਮ ਉਹ ਕਰਦੇ ਸਨ ਜਦੋਂ ਆਹਜ਼ਾ ਸੱਲੱਲਾਹੁ ਅਲੈਹਿ ਵਸੱਲਮ ਮੱਕਾ ਨੂੰ ਮਦੀਨੇ ਆਏ ਸਵਾਵਰੇ ਤੱਕ ਨਮਾਜ਼ ਪੜੀ ਬੈਤੁਲ ਮਕਦਸ ਵੱਲ ਮੁਹ ਕਰਕੇ ਫਿਰ ਹੁਕਮ ਆਇਆ ਪਈ ਕਦੇ ਵੱਲ ਮੁਹ ਕਰਕੇ ਪੜੋ ਇਰਸ਼ਾਦ ਹੋਇਆ ਹੁਣੇ ਆਖਣਗੇ ਮੂਰਖ ਲੋਗ ਕਿਸ ਨੇ ਫੇਰ ਦਿੱਤਾ ਇਹਨਾਂ ਨੂੰ ਇਹਨਾਂ ਦੇ ਕਿਬਲਿਆਂ ਜਿਸ ਤੇ ਹਸਨ ਤੁਸੀਂ ਆਖੋ ਅੱਲਾਹ ਦਾ ਇਹ ਚੜਦਾ ਤੇ ਲੈਂਦਾ ਜਿੰਨੂੰ ਚਾਹੇ ਸਿੱਧੇ ਰਾਹ ਪਾਏ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਡਾ ਕਿਬਲਾ ਸਭ ਕਿਬਲਿਆਂ ਤੋਂ ਚੰਗਾ ਏ ਬਣਾਇਆ ਏ ਅਸਾਂ ਤੁਸਾਨੂੰ ਚੰਗੇ ਲੋਕ ਤਾਂ ਤੁਸੀਂ ਗਵਾਹ ਹੋਵੋ ਲੋਕਾਂ ਉੱਤੇ ਤੇ ਹੋਵੇ پیغمبر ਤੁਸਾਂ ਉੱਤੇ ਗਵਾਹ ਤੇ ਨਹੀਂ ਠਹਿਰਾਇਆ ਸੀ ਅਸਾਂ ਕਿਬਲਾ ਜਿਸ ਉੱਤੇ ਤੁਸੀਂ ਰਹਿ ਸੋ ਪਰ ਤਾਂ ਜੋ ਅਸੀਂ ਜਾਚੀਏ ਕੌਣ ਤਾਬੇਦਾਰੀ ਕਰਦਾ پیغمبر ਦੀ ਨਿਖੜ ਕੇ ਉਸ ਤੋਂ ਜਿਹੜਾ ਮੁੜ ਜਾਂਦਾ ਹੈ ਆਪਣੇ ਪਿਛਲੇ ਪੈਰੀਂ ਤੇ ਮਾਮਲਾ ਹੋ ਜ਼ਰੂਰੀ ਪਾਰਾ ਸੀ ਯਾਨੀ ਬੈਤੁਲ ਮਕਦਸ ਦਾ ਕਿਬਲਾ ਹੋਣਾ ਪਾਰਾ ਸੀ ਪਰ ਨਹੀਂ ਹੋਣਾ ਤੇ ਜਿਨ੍ਹਾਂ ਨੂੰ ਰਾਹ ਪਾਇਆ ਅੱਲਾ ਨੇ ਤੇ ਅੱਲਾ ਅਜੇ ਨਹੀਂ ਜੋ ਐਵੇਂ ਗੁਆਏ ਨਮਾਜ਼ ਤੁਹਾਡੀ ਅੱਲਾ ਜ਼ਰੂਰੀ ਲੋਕਾਂ ਤੇ نہایت ਮਿਹਰਬਾਨ ਰਹਿਮ ਕਰਨ ਵਾਲਾ ਹੈ ਯਾਨੀ ਤੁਹਾਡਾ ਕਿਬਲਾ حضرت ابراہیم ਅਲੈ ਸਲਾਮ ਦੇ ਵਕਤ ਤੋਂ ਕਾਬਾ ਹੀ ਮੁਕਰਰ ਹੈ ਈਮਾਨ ਅਜ਼ਮਾਨ ਲਈ ਥੋੜੇ ਦਿਨ ਬੈਤੁਲ ਮਕਦਸ ਠਹਿਰਾਇਆ ਸੀ ਜੋ ਇਸ ਕੰਮ ਵਿੱਚ ਇਮਾਨ ਤੇ ਖਲੋਤੇ ਰਹੇ ਉਹਨਾਂ ਦਾ ਬੜਾ ਦਰਜਾ ਹੈ ਕਦੇ ਕਦੇ ਐ ਹਬੀਬ ਅਸੀਂ ਵੇਖਣੇ ਆ ਤੇਰਾ ਮੂੰਹ ਕਰਨਾ ਅਸਮਾਨ ਵੱਲ ਸੋ ਜ਼ਰੂਰੀ ਮੂੰਹ ਪਵਾਨੇ ਦਾ ਹੁਕਮ ਦੇਾਂਗੇ ਅਸੀਂ ਤੈਨੂੰ ਜਿਸ ਕਿਬਲੇ ਵੱਲ ਤੁਸੀਂ ਰਾਜ਼ੀ ਹੋਵੋ ਹੁਣ ਪਵਾਓ ਮੂੰਹ ਆਪਣਾ ਅਦਬ ਦੀ ਮਸਜਿਦ ਵੱਲ ਯਾਨੀ ਖਾਨੇ ਕਾਬੇ ਵੱਲ ਉਹਦਾ ਅਦਬ ਹੋਰ ਮਸਜਿਦਾਂ ਨਾਲੋਂ ਜ਼ਿਆਦਾ ਹੈ ਤੇ ਜਿੱਥੇ ਕਿਤੇ ਤੁਸੀਂ ਹੋਵੋ ਭਾਉ ਮੂੰਹ ਆਪਣੇ ਉਸ ਵੱਲ ਤੇ ਜਿਨ੍ਹਾਂ ਨੂੰ ਮਿਲੀ ਇਹ ਕਿਤਾਬ ਉਹ ਜ਼ਰੂਰ ਜਾਣਦੇ ਨੇ ਭਾਈ ਇਹ ਹੁਕਮ ਜ਼ਰੂਰ ਦਰਸਤ ਹੈ ਉਹਨਾਂ ਦੇ ਰੱਬ ਵੱਲੋਂ ਤੇ ਅੱਲਾ ਭੁੱਲਾ ਹੋਇਆ ਨਹੀਂ ਜੋ ਕਰਦੇ ਨੇ ਤੇ ਜੇ ਤੁਸੀਂ ਲਿਆਓ ਉਹਨਾਂ ਕੋਲ ਜਿਨ੍ਹਾਂ ਨੂੰ ਮਿਲੀ ਇਹ ਕਿਤਾਬ ਹਰ ਇੱਕ ਨਿਸ਼ਾਨੀ ਨਾ ਮੰਨਣਗੇ ਕਿਬਲਾ ਤੁਹਾਡਾ ਤੇ ਨਾ ਤੁਸੀਂ ਮੰਨਣਾ ਕਿਬਲਾ ਉਹਨਾਂ ਦਾ ਤੇ ਨਾ ਕੋਈ ਉਹਨਾਂ ਵਿੱਚੋਂ ਮੰਨਦਾ ਕਿਬਲਾ ਕਿਸੇ ਦਾ ਤੇ ਜੇ ਤੁਸੀਂ ਤੁਰੇ ਉਹਨਾਂ ਦੇ ਮਨ ਦੀ ਚਾਹ ਹੁੰਤੇ ਪਿੱਛੇ ਉਹ ਸਿਲਮ ਦੇਵ ਜੋ ਪਹੁੰਚਿਆ ਤੁਹਾਨੂੰ ਤੁਸੀਂ ਵੀ ਤਦ ਜ਼ਰੂਰ ਲਾਲਵਾ ਵਿੱਚੋਂ ਜਿਨ੍ਹਾਂ ਨੂੰ ਅਸਾਂ ਦਿੱਤੀ ਹੈ ਕਿਤਾਬ ਉਹ ਪਛਾਣਦੇ ਨੇ ਉਹਨੂੰ ਯਾਨੀ ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਨੂੰ ਜਿਵੇਂ ਪਛਾਣਦੇ ਨੇ ਆਪਣੇ ਪੁੱਤਰਾਂ ਨੂੰ ਤੇ ਇੱਕ ਲੋਕੋਨਾਂ ਵਿੱਚੋਂ ਜ਼ਰੂਰੀ ਛੁਪਾਉਂਦੇ ਨੇ ਸੱਚੀ ਗੱਲ ਨਾਲੇ ਉਹ ਜਾਣਦੇ ਨੇ ਸੱਚੀ ਗੱਲ ਤੇਰੇ ਰੱਬ ਵੱਲੋਂ ਐ ਸੋ ਤੂੰ ਨਾ ਹੋ ਸ਼ੱਕ ਕਰਨ ਵਾਲਿਆ ਥੀ ਤੇ ਵਾਸਤੇ ਆ ਰਿਖ ਦੇ ਇੱਕ ਰੋਖ ਹੈ ਉਹ ਉਸਰਫ ਮੂੰਹ ਕਰਨ ਵਾਲਾ ਐ ਸੋ ਤੁਸੀਂ ਵੱਧ ਕੇ ਕਰੋ ਨੇਕੀਆਂ ਜਿੱਥੇ ਕਿਥੇ ਤੁਸੀਂ ਹੋਵੋਗੇ ਲਿਆਵੇਗਾ ਤੁਸਾਨੂੰ ਅੱਲਾ ਸਾਰਿਆਂ ਨੂੰ ਮੋੜ ਕੇ ਅੱਲਾ ਦਾ ਜ਼ਰੂਰ ਹਰ ਕਿਸੇ ਉੱਤੇ ਵਾਸ ਚੱਲਦਾ ਹੈ ਤੇ ਜਿੱਥੋਂ ਵੀ ਤੁਸੀਂ ਬਾਹਰ ਨਿਕਲੋ ਤਾਂ ਪਵਾਓ ਮੂੰਹ ਆਪਣਾ ਅਦਬ ਦੀ ਮਸੀਤ ਵੱਲ ਤੇ ਜ਼ਰੂਰ ਇਹੋ ਪੱਕੀ ਗੱਲ ਐ ਤੁਹਾਡੇ ਰੱਬ ਵੱਲੋਂ ਤੇ ਅੱਲਾ ਨੂੰ ਭੁੱਲਾ ਹੋਇਆ ਨਹੀਂ ਜੋ ਕਰਦੇਓ ਤੇ ਜਿੱਥੋਂ ਤੂੰ ਬਾਹਰ ਨਿਕਲੇ ਤਾਂ ਪਵਾ ਮੂੰਹ ਆਪਣਾ ਅਦਬ ਦੀ ਮਸਜਿਦ ਵੱਲ ਤੇ ਜਿੱਥੇ ਕਿਤੇ ਹੋਵੋ ਤਾਂ ਪਾਓ ਮੂੰਹ ਆਪਣੇ ਉਸ ਵੱਲ ਤਾਂ ਨਾ ਰਵੇ ਲੋਕਾਂ ਦੀ ਤੁਸਾਂ ਉੱਤੇ ਪੁੱਝ ਪੁਛਾ ਪਰ ਕਹਿੰਦੇ ਰਹਿਣ ਕਿ ਜਿਹੜੇ ਉਹਨਾਂ ਵਿੱਚੋਂ ਜ਼ਾਲਮ ਨੇ ਸੋ ਨਾ ਡਰੋ ਉਹਨਾਂ ਤੋਂ ਤੇ ਡਰੋ ਮੈਂ ਤੋਂ ਨਾਲੇ ਤਾਂ ਜੋ ਮੈਂ ਪੂਰਾ ਕਰਾਂ ਤੁਸਾਂ ਉੱਤੇ ਫਜ਼ਲ ਆਪਣਾ ਨਾਲੇ ਤਾਂ ਜੋ ਤੁਸੀਂ ਠੀਕ ਰਾਹ ਉੱਤੇ ਆਓ ਗਿਰੰਟੇ ਜੇ ਆਸਾਂ ਤੁਸਾਂ ਵਿੱਚਿਆ ਇੱਕ ਪੈਗੰਬਰ ਤੁਸਾਂ ਵਿੱਚੋਂ ਪੜਦਾ ਤੁਸਾਂ ਅੱਗੇ ਆਇਤਾ ਸਾਡੀਆਂ ਤੇ ਪਾਕ ਕਰਦਾ ਤੁਸਾਨੂੰ ਤੇ ਸਿਖਾਂਦਾ ਤੁਸਾਨੂੰ ਕੁਰਾਨ ਤੇ ਹਕਮਤ ਤੇ ਸਿਖਾਂਦਾ ਤੁਸਾਨੂੰ ਜੋ ਤੁਸੀਂ ਨਹੀਂ ਸੋ ਜਾਣਦੇ ਸੋ ਯਾਦ ਕਰੋ ਮੈਨੂੰ ਮੈਂ ਯਾਦ ਕਰਾਂਗਾ ਤੁਸਾਨੂੰ ਤੇ ਇਰਸ਼ਾਨ ਮੰਨੋ ਮੇਰਾ ਤੇ ਨਾ ਸ਼ੁਕਰੀ ਨਾ ਕਰੋ ਮੇਰੀ ਐ ਇਮਾਨ ਵਾਲਿਓ ਤਾਕਤ ਦਿਓ ਜੀ ਨੂੰ ਸਬਰ ਨਾਲ ਤੇ ਨਮਾਜ਼ ਨਾਲ ਅੱਲਾ ਜ਼ਰੂਰ ਹੈ ਸਬਰ ਕਰਨ ਵਾਲਿਆਂ ਦੇ ਨਾਲ ਤੇ ਨਾਲ ਕੋ ਨੂੰ ਜਿਹੜਾ ਮਾਰਿਆ ਜਾਏ ਅੱਲਾਹ ਦੇ ਰਾਹ ਵਿੱਚ ਭਾਈ ਮਰਦਾ ਏ ਸਗੋ ਜਿੰਦਾ ਨੇ ਪਰ ਤੁਸੀਂ ਸਮਝ ਨਹੀਂ ਸਕਦੇ ਉਹਨਾਂ ਦੀ ਜ਼ਿੰਦਗੀ ਨੂੰ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਵਾਂਗੂ ਨਹੀਂ ਬਲਕਿ ਹੋਰ ਹੀ ਤਰ੍ਹਾਂ ਦੀ ਏ ਤੇ ਅਸਾਂ ਜ਼ਰੂਰ ਹੀ ਅਜ਼ਮਾਨਾ ਹੈ ਤੁਹਾਨੂੰ ਕੁਛ ਜ਼ਰਾ ਕੁ ਡਰ ਤੇ ਭੁੱਖ ਨਾਲ ਤੇ ਘਾਟੇ ਨਾਲ ਮਾਲਾ ਤੇ ਜਾਨਾ ਤੇ ਨਾਲ ਫਲਾਂ ਦੇ ਤੇ ਖੁਸ਼ੀ ਸੁਣਾਉ ਸਬਰ ਕਰਨ ਵਾਲਿਆਂ ਨੂੰ ਜਿੰਨਾ ਉੱਤੇ ਮੁਸੀਬਤ ਆਵੇ ਆਖਦੇ ਨੇ ਅਸੀਂ ਜ਼ਰੂਰ ਅੱਲਾ ਹੀ ਦਿਆਂ ਤੇ ਅਸਾਂ ਉਸੇ ਵੱਲ ਮੁੜ ਜਾਣਾ ਹੈ ਉਹੋ ਨੇ ਜਿਨ੍ਹਾਂ ਉੱਤੇ ਮਿਹਰ ਦੀਆਂ ਨਜ਼ਰਾਂ ਨੇ ਉਹਨਾਂ ਦੇ ਰੱਬ ਵੱਲੋਂ ਤੇ ਰਹਿਮਤ ਤੇ ਉਹੋ ਹੀ ਨੇ ਰਾਹ ਤੇ ਪਏ ਹੋਏ ਸਫਾ ਤੇ ਮਰਵਾ ਜ਼ਰੂਰ ਅੱਲਾ ਦੇ ਨਿਸ਼ਾਨਾਂ ਵਿੱਚੋਂ ਨੇ ਸਫਾ ਤੇ ਮਰਵਾ ਮੱਕੇ ਵਿੱਚ ਦੋ ਪਹਾੜ ਨੇ ਉਹਨਾਂ ਦੇ ਵਿਚਕਾਰ ਫੇਰੀਆਂ ਲੈਣਾ حضرت ابراہیم ਦੇ ਵਕਤ ਤੋਂ ਇਬਾਦਤ ਮੁقرਰ ਹੋਇਆ ਹੋਇਆ ਚੱਲਿਆ ਆਉਂਦਾ ਫੇਰ ਜਿਹੜਾ ਹੱਜ ਕਰੇ ਬੈਤੁਲਾ ਦਾ ਜਾਂ ਉਮਰਾ ਕਰੇ ਤਾਂ ਕੁਝ ਗੁਨਾ ਨਹੀਂ ਹੋਦੇ ਸਿਰੇ ਜੋ ਫੇਰੀਆਂ ਲੈ ਉਹਨਾਂ ਵਿੱਚ ਤੇ ਜਿਹੜਾ ਚਾਹ ਨਾਲ ਕਰੇ ਕੁਝ ਨੇਕੀ ਤਾਂ ਅੱਲਾ ਜ਼ਰੂਰ ਕਦਰ ਕਰਨ ਵਾਲਾ ਤੇ ਜਾਣਨ ਵਾਲਾ ਹੈ ਜਿਹੜੇ ਲੋਕ ਛੁਪਾਉਂਦੇ ਨੇ ਜੋ ਉਤਾਰੇ ਨੇ ਅਸਾਂ ਸਾਫ਼ ਪਤੇ ਤੇ ਰਾਹ ਦੀ ਖਬਰ ਪਿੱਛੇ ਉਸ ਦੇ ਜੋ ਖੂਬ ਜ਼ਾਹਿਰ ਕਰ ਚੁੱਕੇ ਆ ਸੀ ਉਸ ਨੂੰ ਲੋਕਾਂ ਦੀ ਕਿਤਾਬ ਵਿੱਚ ਜ਼ਰੂਰ ਉਹ ਨੇ ਜਿਨ੍ਹਾਂ ਨੂੰ ਫਟਕਾਰਦਾ ਹੈ ਅੱਲਾ ਤੇ ਫਟਕਾਰਦੇ ਨੇ ਫਟਕਾਰਨ ਵਾਲੇ ਪਰ ਜਿਨ੍ਹਾਂ ਤੋਬਾ ਕੀਤੀ ਤੇ ਸਵਾਰਿਆ ਤੇ ਜ਼ਾਹਿਰ ਕੀਤਾ ਫਿਰ ਉਹ ਨੇ ਜਿਨ੍ਹਾਂ ਦੀ ਮੈਂ ਤੋਬਾ ਕਬੂਲ ਕਰਨਾ ਤੇ ਮੈਂ ਹੀ ਆਂ ਮੋੜ ਮੋੜ ਤੋਬਾ ਕਬੂਲ ਕਰਨ ਵਾਲਾ ਬੜੀ ਮਿਹਰ ਵਾਲਾ ਜਿਹੜੇ ਬੇਈਮਾਨ ਹੋਏ ਸ਼ਰਾ ਦਾ ਇਲਮ ਛੁਪਾਣ ਨਾਲ ਤੇ ਮਰ ਗਏ ਤੇ ਉਹ ਬੇਈਮਾਨ ਹੀ ਰਹੇ ਜ਼ਰੂਰ ਉਹ ਨੇ ਜਿਨ੍ਹਾਂ ਉੱਤੇ ਫਟਕਾਰੇ ਅੱਲਾ ਦੀ ਤੇ ਫਰਿਸ਼ਤਿਆਂ ਦੀ ਤੇ ਲੋਕਾਂ ਸਾਰਿਆਂ ਦੀ ਸਦਾ ਰਹਿਣਗੇ ਉਸ ਵਿੱਚ ਨਾ ਹਲਕਾ ਹੋਵੇਗਾ ਉਹਨਾਂ ਨੂੰ ਅਜ਼ਾਬ ਤੇ ਨਾ ਉਹਨਾਂ ਨੂੰ ਸਾਹ ਲੈਣਾ ਮਿਲੇਗਾ ਤੇ ਮਾਬੂਦ ਤੁਹਾਡਾ ਇੱਕੋ ਮਾਬੂਦ ਹੈ ਉਸ ਬਾਝੋਂ ਕੋਈ ਪੂਜਾ ਦੇ ਲਾਇਕ ਨਹੀਂ نہایت ਤਰਸ ਕਰਨ ਵਾਲਾ ਬਹੁਤ ਮਿਹਰ ਕਰਨ ਵਾਲਾ ਤੇ ਨਿਸ਼ਾਨੀਆਂ ਨੇ ਵਿੱਚ ਬਣਾਣੇ ਆਸਮਾਨਾਂ ਤੇ ਜ਼ਮੀਨ ਦੇ ਤੇ ਆਣੇ ਜਾਣੇ ਰਾਤ ਤੇ ਦਿਨ ਦੇ ਤੇ ਬੇੜੀ ਦੇ ਜਿਹੜੀ ਤੁਰਦੀ ਹੈ ਸਮੁੰਦਰ ਵਿੱਚ ਉਸ ਚੀਜ਼ ਨਾਲ ਜੋ ਨਫਾ ਦੇ ਲੋਕਾਂ ਨੂੰ ਤੇ ਉਸ ਪਾਣੀ ਦੇ ਜੋ ਉਤਾਰਿਆ ਹੈ ਅੱਲਾ ਨੇ ਅਸਮਾਨੋਂ ਫਿਰ ਜੋਾਈ ਉਸ ਨਾਲ ਜ਼ਮੀਨ ਪਿੱਛੇ ਉਸ ਦੇ ਮਰਨੇ ਦੇ ਤੇ ਖਿਲਾਰੇ ਉਸ ਵਿੱਚ ਹਰ ਤਰ੍ਹਾਂ ਦੇ ਜਾਨਦਾਰ ਤੇ ਫਿਰ ਨੇ ਹਵਾਵਾਂ ਤੇ ਬੱਦਲ ਜੋ ਤਾਬੇ ਵਿੱਚ ਅਸਮਾਨ ਤੇ ਜ਼ਮੀਨ ਦੇ ਜ਼ਰੂਰੀ ਪਤੇ ਨੇ ਲੋਕਾਂ ਲਈ ਜੋ ਅਕਲ ਵਾਲੇ ਨੇ ਪਤੇ ਨੇ ਲੋਕਾਂ ਲਈ ਯਾਨੀ ਪਤੇ ਮੰਨਣ ਨੂੰ ਮਬੂਦ ਹੋਣ ਦੇ ਤੇ ਨਿਹਰੇ ਉਸੇ ਦੀ ਪੂਜਾ ਦੇ ਲਾਇਕ ਹੋਣ ਦੇ ਤੇ نہایت ਤਰਸ ਕਰਨ ਵਾਲਾ ਬਹੁਤ ਮਿਹਰ ਕਰਨ ਵਾਲਾ ਹੋਣ ਦੇ ਤੇ ਇਹ ਸਾਰੇ ਪਤੇ ਇਸ ਵਾਸਤੇ ਲਾਇਏ ਨੇ ਤਾਂ ਕੋਈ ਕਿਸੇ ਹੋਰੀ ਨੂੰ ਉਹਦੇ ਬਰਾਬਰ ਦਾ ਨਾ ਜਾਣੇ ਇਹ ਆਦਮੀਆਂ ਵਿੱਚੋਂ ਇਹ ਜਿਹੜਾ ਬਣਾਉਂਦਾ ਹੈ ਗੈਰ ਅੱਲਾ ਨੂੰ ਬਰਾਬਰ ਅੱਲਾ ਦੇ ਪਿਆਰਾ ਜਾਣਦੇ ਉਹਨਾਂ ਨੂੰ ਅੱਲਾ ਨੂੰ ਪਿਆਰਾ ਜਾਣਣ ਵਾਂਗੂ ਤੇ ਜਿਨ੍ਹਾਂ ਮੰਨਿਆ ਹੈ ਉਹ ਬੜੇ ਪੱਕੇ ਨੇ ਅੱਲਾ ਨੂੰ ਪਿਆਰਾ ਜਾਣਨ ਵਿੱਚ ਤੇ ਜੇ ਕਦੇ ਜਾਣਨ ਜਿੰਨਾ ਜ਼ੁਲਮ ਕੀਤਾ ਹੈ ਜਦ ਵੇਖਣਗੇ ਅਜ਼ਾਬ ਇਹ ਜੋ ਜ਼ਰੂਰ ਜ਼ੋਰ ਸਾਰਾ ਅੱਲਾ ਹੀ ਵਿੱਚ ਹੈ ਤੇ ਇਹ ਜੋ ਅੱਲਾ ਦੀ ਮਾਰ ਜ਼ਰੂਰ ਸਖਤ ਹੈ ਤਾਂ ਕਿਸੇ ਨੂੰ ਅੱਲਾ ਦੇ ਬਰਾਬਰ ਨਾ ਜਾਣਨ ਨਾ ਮੁਹੱਬਤ ਵਿੱਚ ਤੇ ਨਾ ਤਾਜ਼ੀਮ ਵਿੱਚ ਜਦ ਅਲੱਗ ਹੋ ਜਾਣਗੇ ਜਿਨ੍ਹਾਂ ਦੀ ਤਾਬੇਦਾਰੀ ਕੀਤੀ ਸੀ ਤਾਬੇਦਾਰੀ ਕਰਨ ਵਾਲਿਆਂ ਤੋਂ ਤੇ ਵੇਖਣਗੇ ਅਜ਼ਾਬ ਤੇ ਟੁੱਟ ਜਾਣਗੇ ਉਹਨਾਂ ਦੇ ਸਬਬ ਤੇ ਵਸੀਲੇ ਤੇ ਆਖਣਗੇ ਜਿਨ੍ਹਾਂ ਤਾਬੇਦਾਰੀ ਕੀਤੀ ਹੈ ਗੈਰ ਅੱਲਾ ਦੀ ਜੇ ਕਦੇ ਸਾਨੂੰ ਮੁੜ ਕੇ ਜਾਣਾ ਮਿਲੇ ਤਾਂ ਅਸੀਂ ਅਲੱਗ ਹੋ ਜਾਈਏ ਉਹਨਾਂ ਤੋਂ ਜਿਉਂ ਅਲੱਗ ਹੋ ਗਏ ਨੇ ਸਾਥੋਂ ਐਸੀ ਤਰ੍ਹਾਂ ਵਿਖਾਏਗਾ ਉਹਨਾਂ ਨੂੰ ਅੱਲਾ ਕਰਤਬ ਉਹ ਨਾ ਦੇ ਹਾਏ ਪਛੋਤਾਵਾ ਉਹਨਾਂ ਤੇ ਤੇ ਨਹੀਂ ਉਹਨਾਂ ਨਿਕਲਣਾ ਅੱਗ ਵਿੱਚੋਂ ਐ ਲੋਕੋ ਖਾਓ ਜ਼ਮੀਨ ਦੀਆਂ ਚੀਜ਼ਾਂ ਵਿੱਚੋਂ ਹਲਾਲ ਪਾਕ ਤੇ ਮਗਰ ਨਾ ਤੁਰੋ ਸ਼ੈਤਾਨ ਦੇ ਕਦਮਾਂ ਦੇ ਉਹ ਜ਼ਰੂਰ ਤੁਹਾਡਾ ਦੁਸ਼ਮਣ ਹੈ ਜ਼ਾਇਰਾ ਉਹ ਹੁਕਮ ਕਰਦਾ ਹੈ ਤੁਸਾਂ ਨੂੰ ਨਿਹਰਾ ਬੁਰੀਾਈ ਤੇ ਗੰਦੇ ਕੰਮ ਦਾ ਤੇ ਸਿਖਾਉਂਦਾ ਹੈ ਤੁਹਾਨੂੰ ਜੇ ਤੁਸੀਂ ਅੱਲਾ ਦੇ ਨਾਮ ਉੱਤੇ ਉਹ ਗੱਲਾਂ ਆਖੋ ਜੋ ਨਹੀਂ ਜਾਣਦੇ ਤੁਸੀਂ ਤੇ ਜਦ ਕੋਈ ਆਖੇ ਉਹਨਾਂ ਨੂੰ ਤੁਰੋ ਅੱਲਾ ਦੇ ਉਤਾਰੇ ਹੋਏ ਹੁਕਮ ਉੱਤੇ ਆਖਦੇ ਨੇ ਸਗੋਂ ਅਸੀਂ ਟੁਰਾਂਗੇ ਜੀ ਸੁਤੇ ਜਿੱਥੇ ਨੇ ਅਸਾਂ ਪਿਓ ਦਾਦੇ ਆਪਣੇ ਭਾਵੇਂ ਜੇਕਰ ਹੁਣ ਪਿਓ ਦਾਦੇ ਉਹਨਾਂ ਦੇ ਅਕਲ ਨਾ ਰੱਖਦੇ ਕਿਸੇ ਗੱਲ ਦੀ ਤੇ ਨਾ ਠੀਕ ਰਾਹ ਤੇ ਪੈਣ ਦੀ ਤੇ ਹਾਲ ਉਹਨਾਂ ਦਾ ਜਿਹੜੇ ਬੇਈਮਾਨ ਹੋਏ ਨੇ ਉਸ ਡੰਗਰ ਵਾਂਗੂ ਐ ਜੋ ਅੜਾਂਦਾ ਉਸ ਹਵਾਲ ਨਾਲ ਜੋ ਆਪ ਨਹੀਂ ਸੁਣਦਾ ਸਵਾਰ ਸੱਦ ਤੇ ਫਰਿਆਦ ਦੇ ਬੋਲੇ ਗੂੰਗੇ ਅੰਨੇ ਨੇ ਸੋ ਉਹਨਾਂ ਨੂੰ ਅਕਲ ਨਹੀਂ ਆਉਂਦੀ ਐ ਮਾਨ ਵਾਲਿਓ ਖਾਓ ਪਾਕ ਤੇ ਸੁਥਰਾ ਸਾਡੇ ਦਿੱਤਿਓ ਤੇ ਸ਼ੁਕਰ ਕਰੋ ਅੱਲਾ ਦਾ ਜੇ ਤੁਸੀਂ ਨਿਹਰਾ ਉਸੇ ਨੂੰ ਪੂਜਦੇ ਹੋ ਨਿਹਰਾ ਇਹੋ ਹੀ ਹਰਾਮ ਕੀਤਾ ਸੂ ਤੁਸਾਂ ਤੇ ਮਰਦਾਰ ਤੇ ਲਹੂ ਤੇ ਗੋਸ਼ਤ ਸੂਰ ਦਾ ਤੇ ਜੋ ਜਾਨਵਰ ਮਸ਼ਹੂਰ ਕੀਤਾ ਗਿਆ ਅੱਲਾ ਦੇ ਸਿਵਾ ਹੋਰੀ ਕਿਸੇ ਦੇ ਨਾਮ ਦਾ ਫੇਰ ਜਿਹੜਾ ਲਾਚਾਰ ਹੋਇਆ ਨਾ ਬੇਹੁਕਮੀ ਕਰਦਾ ਤੇ ਨਾ ਹੱਦੋਂ ਟੱਪਦਾ ਤਾਂ ਉਹਦੇ ਸਿਰ ਕੋਈ ਗੁਨਾਹ ਨਹੀਂ جے انہ حرام چیزاں وچوں کوئی چیز کھا کے اپنی جان بچا لے اللہ ضرور بخشنا رہے بڑی مہر والا جڑے چھپاندے نے جو اتاری اللہ نے کتاب تے تھوڑے فائدے لئی لیندے نے بدلے او دے مول تھوڑا جیا او لوگ ضرور نہیں پار دے اپنی ٹڈا مچ پر آگ تے نہ گل کرے گا انہوں نے اللہ دن قیامت دے تے نہ پاک کرے گا انہوں نے گناہ دی میل تو تے انہوں نے دکھ دی مارے جنا مول لیا کرا بدلے راہ دے تے عذاب بدلے بخشش دے پھر کئی نے ضرور اتاری کتاب سچ نال تے جنا اختلاف کیتا کتاب جو کچھ کتاب فرمایا ہے پرچاوے نے یا سچ مچ ایسے طرح ہو جانا ہے وہ ضرور ہی فوٹو دور حق تو ਨਈਏ ਨੇਕੀ ਇਹੋ ਜੋ ਭੋਂ ਤੁਸੀਂ ਮੂੰਹ ਆਪਣੇ ਚੜਦੇ ਤੇ ਲਹਿੰਦੇ ਵੱਲ ਪਰ ਨੇਕੀ ਉਹਦੀ ਏ ਜਿਹਨੇ ਮੰਨਿਆ ਅੱਲਾ ਨੂੰ ਤੇ ਦਿਨ ਆਖਰਤ ਨੂੰ ਤੇ ਫਰਿਸ਼ਤਿਆਂ ਨੂੰ ਤੇ ਕਿਤਾਬ ਨੂੰ ਤੇ ਪੈਗੰਬਰਾਂ ਨੂੰ ਤੇ ਦਿੱਤਾ ਮਾਲ ਮਾਲ ਦੀ ਮੁਹੱਬਤ ਦੇ ਬਾਵਜੂਦ ਸਾਾਕਾਂ ਸੈਨਾ ਤੇ ਯਤੀਮਾਂ ਤੇ ਭੁੱਖਿਆਂ ਤੇ ਰਾਈ ਤੇ ਮੰਗਤਿਆਂ ਨੂੰ ਤੇ ਗਰਦਨ ਸੁੜਾਣੇ ਵਿੱਚ ਤੇ ਦਰੁਸਤ ਪੜੀ ਨਮਾਜ਼ ਤੇ ਦਿੱਤੀ ਜ਼ਕਾਤ ਤੇ ਪੂਰੇ ਕਰਨ ਵਾਲੇ ਆਪਣੇ ਇਕਰਾਰ ਦੇ ਜਾਂ ਇਕਰਾਰ ਕਰਨ ਦਸਨ ਵਾਲੇ ਭੁਖਾਂਗ ਤੇ ਬਿਮਾਰੀ ਵਿੱਚ ਤੇ ਵਕਤ ਲੜਾਈ ਜਿਹਹਾਦ ਦੇ ਉਹੋ ਨੇ ਜਿਹੜੇ ਸੱਚੇ ਹੋਏ ਤੇ ਉਹੋ ਹੀ ਨੇ ਪ੍ਰੇਰਗਾਰ ਐ ਇਮਾਨ ਵਾਲਿਓ ਲਿਖਿਆ ਗਿਆ ਹੈ ਤੁਹਾਡੇ ਸਿਰ ਕੇ ਸਾਸ ਕਤਲ ਹੋਇਆ ਵਿੱਚ ਆਜ਼ਾਦ ਬਦਲੇ ਆਜ਼ਾਦ ਦੇ ਗੁਲਾਮ ਬਦਲੇ ਗੁਲਾਮ ਦੇ ਔਰਤ ਬਦਲੇ ਔਰਤ ਦੇ ਫਿਰ ਜਿਸ ਨੂੰ ਮਾਫ ਹੋਇਆ ਕਤਲ ਹੋਣ ਵਾਲੇ ਦੇ ਸਾਾਕਾਂ ਵੱਲੋਂ ਤਾਂ ਮਗਰ ਲਗਣਾ ਨੇਕ ਤਰ ਨਾਲ ਤੇ ਪਹੁੰਚਣਾ ਏ ਉਸ ਵੱਲ ਖੂਨ ਬਹਾ ਇਹਸਾਨ ਨਾਲ ਯਾਨੀ ਹਾਕਮਾਂ ਨੂੰ ਚਾਹੀਦਾ ਕਿ ਖੂਨ ਦਾ ਬਦਲਾ ਦਵਾਨ ਵਿੱਚ ਸੁਸਤੀ ਨਾ ਕਰਨ ਤਾਂ ਅਗੋਂ ਖੂਨ ਹੋਣਾ ਬੰਦ ਹੋਵੇ ਇਹ ਸਜ਼ਾ ਘੱਟ ਕਰਨਾ ਤੁਹਾਡੇ ਰੱਬ ਵੱਲੋਂ ਤੇ ਮਿਹਰਬਾਨੀ ਹੈ ਫੇਰ ਜਿੰਨੇ ਵਾਦਾ ਕੀਤਾ ਪਿੱਛੇ ਇਸ ਦੇ ਤਾਂ ਉਹਨੂੰ ਦੁੱਖ ਦੀ ਮਾਰੇ ਤੇ ਤੁਸਾਂ ਵਾਸਤੇ ਖੂਨ ਦਾ ਬਦਲਾ ਦਵਾਨੇ ਵਿੱਚ ਜ਼ਿੰਦਗਾਨੀ ਹੈ اے ਅਕਲ ਵਾਲਿਓ تاں جے تسی بچو خلاف ورزی تو لکھیا گیا ہے تو آڈے سیر جاد آوے کسے تو آڈے نو موت جے چھڑے مال مسیحت کرے دلوا جان دی والدین نو تے سکیا نو دستور نال ضرور اے پریزگاران دے سیر کفر دے ویلے برسا نیلا پتر نو دین دے سن ہوری نو نہیں سن دین دے تاں اے حکم فرمایا سی پھر جد اللہ تعالیٰ نے ہر حصے دار دا حصہ آپ ٹھہرا دیتا ਤਾਂ ਹੁਣ ਮੋੜੇ ਦਾ ਦਿਲਵਾ ਜਾਣਾ ਮੌਕੂਫ ਹੈ ਫੇਰ ਜਿਹੜਾ ਬਦਲੇਗਾ ਉਸ ਵਸੀਅਤ ਨੂੰ ਪਿੱਛੇ ਇਸ ਦੇ ਜੋ ਸੁਣਿਓ ਸੁ ਉਸ ਕੋਲੋਂ ਤਾਂ ਗੁਨਾਹ ਉਸ ਦਾ ਨਿਰਾ ਉਹਨਾਂ ਹੀ ਦੇ ਸਿਰੇ ਜਿਹੜਾ ਬਦਲਦੇ ਨੇ ਉਸ ਵਸੀਅਤ ਨੂੰ ਅੱਲਾ ਜ਼ਰੂਰ ਸੁਣਦਾ ਜਾਣਦਾ ਹੈ ਫੇਰ ਜਿਹੜਾ ਡਰਿਆ ਵਸੀਅਤ ਕਰਨ ਵਾਲੇ ਦੀ ਗਲਤੀ ਹੋ ਜਾਂ ਗੁਨਾਹ ਫੇਰ ਸੁਲਾ ਕਰਾ ਦਿੱਤੀ ਉਹਨਾਂ ਵਿੱਚ ਤਾਂ ਉਹਦੇ ਸਿਰ ਕੁਝ ਗੁਨਾਹ ਨਹੀਂ ਅੱਲਾ ਜ਼ਰੂਰ ਬਖਸ਼ਨ ਹਾਰੇ ਬੜੀ ਮਿਹਰ ਵਾਲਾ اے ایمان ਵਾਲਿਓ ਲਿਖਿਆ ਗਿਆ ਹੈ ਤਾਂ ਸਾਡੇ ਸਿਰ ਤੇ ਰੋਜ਼ਾ ਜਿਵੇਂ ਲਿਖਿਆ ਗਿਆ ਸੀ ਤੁਸਾਂ ਤੋਂ ਅਗਲੇ ਹੰਦੇ ਸਿਰ ਤਾਂ ਤੁਸੀਂ بچੋ ਚੰਦ ਦਿਨ ਗਿਨੇ ਹੋਏ ਰੋਜ਼ੇ ਨੇ ਫਿਰ ਜਿਹੜਾ ਹੋਵੇ ਤੁਸਾਂ ਵਿੱਚੋਂ ਬਿਮਾਰ ਜਾਂ ਸਫਰ ਵਿੱਚ ਤਾਂ ਗਿਣਤੀ ਇਹ ਹੋਰ ਦਿਨਾ ਥੀ ਜਿਨ੍ਹਾਂ ਵਿੱਚ ਗਿਣਤੀ ਪੂਰੀ ਕਰੋ ਤੇ ਜਿਨ੍ਹਾਂ ਨੂੰ ਤਾਕਤ ਉਸ ਦੀ ਕੇ ਰੋਜ਼ਾ ਰੱਖ ਸਕਣ ਉਹਨਾਂ ਦੇ ਸਿਰ ਬਦਲਾਏ ਖਾਣਾ ਇੱਕ ਭੁੱਖੇ ਦਾਗਰ ਨਾ ਰੱਖਣ ਤੇ ਫਿਰ ਜਿਹੜਾ ਚਾਹ ਨਾਲ ਕਰੇ ਨੇਕੀ ਤਾਂ ਚੰਗੀ ਓ ਦੇ ਲਈ ਤੇ ਰੋਜ਼ਾ ਰੱਖਣਾ ਤੁਸਾਂ ਦਾ ਚੰਗਾ ਏ ਤੁਸਾਂ ਲਈ ਜੇ ਤੁਸੀਂ ਜਾਣਦੇ ਹੋ ਮਹੀਨਾ ਰਮਜ਼ਾਨ ਦਾ ਓਏ ਜਿਸ ਵਿੱਚ ਉਤਰਿਆ ਹੈ ਕੁਰਾਨ ਰਾਹ ਦੱਸਦਾ ਲੋਕਾਂ ਨੂੰ ਸਾਫ ਪਤੇ ਸਿੱਧੇ ਰਾਹ ਦੇ ਤੇ ਫੈਸਲਾ ਕਰਦਾ ਹੈ ਹੱਕ ਤੇ ਬਾਤਲ ਦਾ ਫਿਰ ਜਿੰਨੇ ਮਲੂਮ ਕੀਤਾ ਤੁਸਾਂ ਵਿੱਚੋਂ ਇਹ ਮਹੀਨਾ ਤਾਂ ਲਾਜ਼ਮ ਹੈ ਰੋਜ਼ੇ ਰੱਖਣੇ ਉਸ ਦੇ ਕਿ ਜਿਹੜਾ ਹੋਵੇ ਬਿਮਾਰ ਜਾਂ ਸਫ਼ਰ ਵਿੱਚ ਤਾਂ ਗਿਣਤੀ ਇਹ ਹੋਰ ਨਾ ਦੇਣਾ ਥੀ ਅੱਲਾਹ ਚਾਹਂਦਾ ਤੁਸਾਂ ਨੂੰ ਸੌਖਾ ਰੱਖਣਾ ਤੇ ਨਹੀਂ ਚਾਹਂਦਾ ਤੁਸਾਂ ਨੂੰ ਔਖਾ ਕਰਨਾ ਤੇ ਤਾਂ ਜੋ ਤੁਸੀਂ ਪੂਰੀ ਕਰ ਸਕੋ ਗਿਣਤੀ ਤੇ ਤਾਂ ਜੋ ਤੁਸੀਂ ਵੜਾਈ ਕਰੋ ਅੱਲਾਹ ਦੀ ਉਸ ਨਿਮਤ ਉੱਤੇ ਜੋ ਰਾਹ ਦੱਸਿਆ ਸੂ ਤੁਸਾਂ ਨੂੰ ਤੇ ਤਾਂ ਜੋ ਇਹਸਾਨ ਮੰਨੋ ਤੇ ਜਦ ਹੈ ਹਬੀਬ ਪੁੱਛਣ ਤੁਹਾਨੂੰ ਮੇਰੇ ਬੰਦੇ ਮੇਰਾ ਹਾਲ ਸੋ ਮੰਨੀਆਂ ਇਹ ਕਬੂਲ ਕਰਨਾ ਦੁਆ ਦੁਆ ਕਰਨ ਵਾਲੇ ਦੀ ਜਦ ਮੇਰੇ ਅੱਗੇ ਦੁਆ ਕਰੇ ਸੋ ਚਾਹੀਏ ਜੋ ਮੇਰਾ ਹੁਕਮ ਮੰਨਨ ਕਿ ਮੇਰੇ ਉੱਤੇ ਯਕੀਨ ਲਿਓ ਤਾਂ ਉਹ ਨੇਕ ਰਾਹ ਤੈਣ ਹਲਾਲ ਹੋਇਆ ਤੁਸਾਂ ਨੂੰ ਰੋਜ਼ੇ ਦੀ ਰਾਤੀ ਜਾਣਾ ਆਪਣੀਆਂ ਬੀਵੀਆਂ ਕੋਲ ਉਹ ਪੋਸ਼ਾਕ ਨੇ ਤੁਹਾਡੀ ਤੇ ਤੁਸੀਂ ਪੋਸ਼ਾਕ ਉਹਨਾਂ ਦੀ ਜਾਣਦਾ ਸੀ ਅੱਲਾਹ ਪਾਈ ਤੁਸੀਂ ਜ਼ਰੂਰ ਖਿਆਨਤ ਪਾਉਂਦੇ ਹੋ ਆਪਣੇ ਆਪ ਨੂੰ ਫਿਰ ਕਬੂਲ ਕੀਤੀ ਤੋਬਾ ਤੁਹਾਡੀ ਤੇ ਮਾਫ ਕੀਤਾ ਤੁਸਾਨੂੰ ਸੋ ਹੁਣ ਉਹਨਾਂ ਨਾਲ ਮਿਲੋ ਮਲਾਓ ਤੇ ਚਾ ਰੱਖੋ ਉਸ ਦੀ ਜੋ ਲਿਖਿਆ ਅੱਲਾ ਨੇ ਤੁਸਾਂ ਲਈ ਤੇ ਖਾਓ ਤੇ ਪੀਓ ਜਦ ਤੱਕ ਸਾਫ ਨਜ਼ਰ ਨਾ ਆਵੇ ਤੁਸਾਨੂੰ ਤਾਰੀ ਸਫੈਦ ਤੇ ਤਾਰੀ ਕਾਲੀ ਠੀ ਜੋ ਫਜਰ ਫਿਰ ਪੂਰਾ ਕਰੋ ਰੋਜ਼ਾ ਰਾਤ ਤੱਕ ਤੇ ਉਹਨਾਂ ਦੇ ਪਿੰਡੇ ਨਾਲ ਪਿੰਡਾ ਨਾ ਲਾਓ ਜਦ ਤੁਸੀਂ ਇਤਕਾਫ ਬੈਠੇ ਹੋ ਮਸੀਤਾਂ ਵਿੱਚ ਇਹ ਹੱਦਾਂ ਨੇ ਅੱਲਾ ਦੀਆਂ ਸੋ ਨੇੜੇ ਨਾ ਜਾਓ ਇਹਨਾਂ ਦੇ ਇਸੇ ਤਰ੍ਹਾਂ ਬਿਆਨ ਕਰਦਾ ਹੈ ਅੱਲਾ ਤਾਂ ਆਪਣੀਆਂ ਲੋਕਾਂ ਲਈ تاں او بچ جان جد روزہ فرض ہویا تا مسلمان سارا رمضان رات نو عورت کول نہ نا جاندے نالے پہلی او متا مانگو رات نو سو جان تو پچھے نہ کھاندے نہ پیندے دے, پین دے مسلمان رہ نہ سکے تا حضور علیہ السلام اگرز کی تی تا دے آئیت اتری پو پھٹنے تک کھان پین وغیرہ دی کھل کر دیتی پر اعتقاف دی راتی عورت کول نہ جاوے تے نہ کھاؤ مال ਇੱਕ ਦੂਸਰੇ ਦਾ ਆਪਸ ਵਿੱਚ ਨਾ ਹੱਕ ਤੇ ਨਾ ਪਹਚਾਓ ਉਹਨਾਂ ਨੂੰ ਹਾਕਮਾਂ ਤੱਕ ਯਾਨੀ ਵੱਡੀ ਤਰਿਸ਼ਤ ਨਾ ਦਿਓ ਨਾ ਖਾ ਜਾਓ ਇੱਕ ਸਾਲ ਲੋਕਾਂ ਦੇ ਮਾਲਾਂ ਵਿੱਚੋਂ ਗੁਨਾਹ ਨਾਲ ਤੇ ਤੁਸੀਂ ਜਾਣਦੇ ਹੋ ਐ ਹਬੀਬ ਪੁੱਛਦੇ ਨੇ ਤੈਨੂੰ ਚੰਨਾਂ ਦਾ ਹਾਲ ਤੁਸੀਂ ਆਖੋ ਉਹ ਤਰੀਖਾਂ ਦੱਸਣ ਦਾ ਨਿਸ਼ਾਨ ਨੇ ਵਾਸਤੇ ਲੋਕਾਂ ਦੇ ਤੇ ਹੱਜ ਦੇ ਅਤੇ ਪਿਛਵਾੜਿਓਂ ਘਰੀ ਆਉਣਾ ਕੁਝ ਨੇਕੀ ਦਾ ਕੰਮ ਨਹੀਂ ਲੋਕਾਂ ਨੇ ਮਸਲਾ ਬਣਾਇਆ ਹੋਇਆ ਸੀ ਭਈ ਜਦ ਹੱਜ ਦੀ ਨੀਅਤ ਕਰਕੇ ਟੁਰ ਪਏ ਜੇ ਰਾਹ ਵਿੱਚੋਂ ਮੁੜ ਕੇ ਘਰ ਆਉਣ ਦੀ ਜ਼ਰੂਰਤ ਹੋ ਪਈ ਤਾਂ ਪਿਛਵਾੜਿਓਂ ਟੱਪ ਕੇ ਆਉਂਦੇ ਸਨ ਦਰਵਾਜ਼ੇ ਦੇ ਰਾਹ ਨਹੀਂ ਆਉਂਦੇ ਸਨ ਅੱਲਾਹ ਤਾਲਾ ਨੇ ਇਸ ਨੂੰ ਗਲਤ ਛਹਿਰਾਇਆ ਨੇਕੀ ਉਹਦੀ ਹੈ ਜਿਹੜਾ ਬਚਿਆ ਤੇ ਆਓ ਘਰੀ ਦਰਵਾਜ਼ਿਆਂ ਵੱਲੋਂ ਤੇ ਬਚੋ ਅੱਲਾਹ ਤੋਂ ਤਾਂ ਤੁਸੀਂ ਮੁਰਾਦ ਪਾਓ ਤੇ ਲੜੋ ਅੱਲਾਹ ਦੇ ਰਾਹ ਵਿੱਚ ਉਹਨਾਂ ਨਾਲ ਜਿਹੜੇ ਲੜਦੇ ਨੇ ਤੁਸਾਂ ਨਾਲ ਤੇ ਵਾਦਾ ਨਾ ਕਰੋ ਅੱਲਾ ਨੂੰ ਜ਼ਰੂਰ ਨਹੀਂ ਪਾਉਂਦੇ ਵਾਦਾ ਕਰਨ ਵਾਲੇ ਤੇ ਮਾਰੋ ਉਹਨਾਂ ਨੂੰ ਜਿੱਥੇ ਦੇਖੋ ਉਹਨਾਂ ਨੂੰ ਤੇ ਕੱਢ ਦਿਓ ਉਹਨਾਂ ਨੂੰ ਜਿੱਥੋਂ ਕੱਢਿਆ ਸਾਨੇ ਤੁਸਾਂ ਨੂੰ ਵਕਤ ਪਾ ਦੇਣਾ ਬਧੇਰਾ ਸਖਤ ਤੇ ਖੂਨ ਕਰਨ ਤੋਂ ਤੇ ਨਾ ਲੜੋ ਉਹਨਾਂ ਨਾਲ ਅਦਬ ਦੀ ਮਸੀਦ ਕੋਲ ਜਦ ਤੱਕ ਨਾ ਲੜਨ ਤੁਸਾਂ ਨਾਲ ਹਲੂਥ ਥੇ ਫੇਰ ਜੇ ਲੜਨ ਤੁਸਾਂ ਨਾਲ ਤਾਂ ਮਾਰੋ ਉਹਨਾਂ ਨੂੰ ਐਸੀ ਤਰ੍ਹਾਂ ਸਜ਼ਾ ਬੇਈਮਾਨਾਂ ਦੀ ਫੇਰ ਜੇ ਬਾਹਰ ਆ ਜਾਣ تا اللہ ضرور بخشنا نہ رہے بڑی مہربان تے لڑو نال جد تک نہ رہے فتنہ تے ہو جائے دین اللہ ہی آ جان تا نہیں وعدہ سوائے دے مہینہ ادب دا بدلے ہے مہینے ادب دے تے ادب رکھنے برابر نے پھر جڑا وعدہ کرے تسا اتنے تا تسی وعدہ کرو ادھے اتنے جنا ہوتے تے ڈرو اللہ تو ਤੇ ਜਾਣ ਰੱਖੋ ਭਈ ਅੱਲਾ ਜ਼ਰੂਰ ਨਾਲੇ ਡਰਨ ਵਾਲਿਆਂ ਦੇ ਤੇ ਖਰਚ ਕਰੋ ਅੱਲਾ ਦੇ ਰਾਹ ਵਿੱਚ ਤੇ ਨਾ ਸੁੱਟੋ ਆਪਣੇ ਆਪ ਨੂੰ ਬਰਬਾਦੀ ਵਿੱਚ ਤੇ ਇਹਸਾਨ ਕਰੋ ਅੱਲਾ ਨੂੰ ਜ਼ਰੂਰ ਪਿਆਰੇ ਲੱਗਦੇ ਨੇ ਇਹਸਾਨ ਕਰਨ ਵਾਲੇ ਤੇ ਪੂਰਾ ਬੁਝਾ ਲਿਓ ਹੱਜ ਤੇ ਉਮਰਾ ਅੱਲਾ ਦੀ ਖਾਤਰ ਫੇਰ ਜੇ ਤੁਸੀਂ ਕਿਧਰੇ ਘਟ ਜਾਓ ਤਾਂ ਜੋ ਜੁੜੇ ਕੁਰਬਾਨੀ ਪੇਸ਼ ਕਰ ਦਿਓ ਤੇ ਨਾ ਮਨਵਾਓ ਸਿਰ ਆਪਣੇ ਜਦ ਤੱਕ ਨਾ ਪਹੁੰਚੇ ਕੁਰਬਾਨੀ ਆਪਣੇ ਹਲਾਲ ਹੋਣ ਦੀ ਜਗ੍ਹਾ ਫਿਰ ਜਿਹੜਾ ਹੋਵੇ ਤੁਸਾਂ ਵਿੱਚੋਂ ਬਿਮਾਰ ਜਾਂ ਉਹਨੂੰ ਤਕਲੀਫ ਹੈ ਸਿਰ ਦੀ ਜਿਸ ਕਰਕੇ ਸਿਰ ਮੁਨਾ ਬੈਠੇ ਤਾਂ ਫਿਦੀਆ ਨੇ ਰੋਜ਼ੇ ਜਾਂ ਖੈਰਾਤ ਕਰੇ ਜਾਂ ਕੁਰਬਾਨੀ ਕਰੇ ਫਿਰ ਜਦ ਅਮਨ ਹੋ ਜਾਵੇ ਫਿਰ ਫਾਇਦਾ ਲਵੇ ਉਮਰੇ ਤੋਂ ਹਜ ਤੱਕ ਤਾਂ ਜੋ ਜੁੜੇ ਕੁਰਬਾਨੀ ਕਰ ਦੇ ਫਿਰ ਜੇ ਕੁਰਬਾਨੀ ਨਾ ਦੇ ਸਕੇ ਤਾਂ ਰੋਜ਼ੇ ਰੱਖੇ ਕਿੰਨਾ ਦਿਨਾਂ ਦੇ ਹਜ ਵਿੱਚ ਤੇ ਸੱਤ ਰੋਜ਼ੇ ਜਦ ਮੁੜ ਕੇ ਜਾਵੇ ਕਰਨੂ ਹਜ ਦੇ ਪਿੱਛੋਂ ਇਹ ਦੱਸ ਨੇ ਪੂਰੇ ਇਹ ਹੁਕਮ ਹੈ ਉਹਦੇ ਲਈ ਜਿਸ ਦਾ ਘਰ ਅਦਬ ਦੀ ਮਸਜਿਦ ਦੇ ਕੋਲ ਨਾ ਹੋਵੇ ਤੇ ਬਚੋ ਅੱਲਾ ਤੋਂ ਤੇ ਜਾਣ ਲੱਖੋ ਭਈ ਅੱਲਾ ਦੀ ਮਾਰ ਜ਼ਰੂਰ ਸਖਤ ਹੈ ਹਜ ਦੇ ਮਹੀਨੇ ਨੇ ਮਸ਼ਹੂਰ ਫਿਰ ਜੋ ਹਜ ਦਾ ਫਰਜ਼ ਪੂਰਾ ਕਰੇ ਤਾਂ ਨਹੀਂ ਹੈ ਔਰਤ ਨਾਲ ਸੋਣਾ ਤੇ ਨਾ ਗੁਨਾਹਗਾਰ ਬਣਨਾ ਤੇ ਨਾ ਝਗੜਨਾ ਹਜ ਵਿੱਚ ਤੇ ਜੋ ਕਰੋਗੇ ਨੇਕੀ ਜਾਣ ਲੇਗਾ ਉਸ ਨੂੰ ਅੱਲਾ

یاد کرو نو جو سکھایا سو تو سانو تے پہلے اس دے ضروری پلے ہو ایسا ہو پھر تو آپ نو چلو جتوں تو آپ نو چل دینے لوگ تے بخشش منگو اللہ تھی اللہ ضرور بخشن مہربان ہے پھر جد پورے کر چکو اپنے حج دے کام تا دے یاد کرو اللہ نو اپنے پیو دادے وانگو یاد کرنا یا بدھیرہ یاد کرنا پھر لوکاں بچوں ہے جڑا آخدہ ہے ساڑیا ربا دے سب کچھ سانو دنیا بچے ਕਿ ਨਹੀਂ ਉਹਦਾ ਆਖਰਤ ਵਿੱਚ ਕੋਈ ਹਿੱਸਾ ਕਿਉਂਕਿ ਇਸ ਵਾਸਤੇ ਉਸਨੇ ਨੀਰੀ ਦੁਨੀਆਈ ਦਾ ਸਵਾਲ ਕੀਤਾ ਸੀ ਤੇ ਜਿਹੜਾ ਆਖਦਾ ਸਾਡੇ ਰੱਬਾ ਦੇ ਸਾਨੂੰ ਦੁਨੀਆ ਵਿੱਚ ਨੇਮਤ ਤੇ ਆਖਰਤ ਵਿੱਚ ਨੇਮਤ ਤੇ ਬਚਾ ਸਾਨੂੰ ਅੱਗ ਦੇ ﻋザਬੋਂ ਇਹ ਨਹੀਂ ਜਿੰਨਾਂ ਦਾ ਹਿੱਸਾ ਹੈ ਉਸ ਕੰਮ ਤੋਂ ਜੋ ਕੀਤਾ ਨੇ ਤੇ ਅੱਲਾ ਜਲਦੀ ਦੇਖ ਲੈਣ ਵਾਲਾ ਹੈ ਤੇ ਯਾਦ ਕਰੋ ਅੱਲਾ ਨੂੰ ਵਿੱਚ ਦਿਨਾਂ ਗਿਣਿਆ ਹੋਇਆਂ ਦੇ ਫਿਰ ਜਿੰਨੇ ਸ਼ਤਾਬੀ ਕੁਝ ਕੀਤਾ ਦੋ ਦਿਨ ਵਿੱਚ ਤਾਂ ਉਹਦੇ ਸਿਰ ਕੁਝ ਗੁਨਾਹ ਨਹੀਂ ਤੇ ਜਿਹਨੇ ਦੇਰ ਲਾਈ ਉਹਦੇ ਸਿਰ ਵੀ ਕੁਝ ਗੁਨਾਹ ਨਹੀਂ ਉਸ ਲਈ ਜਿਹੜਾ ਡਰੇ ਅੱਲਾਹ ਤੋਂ ਤੇ ਡਰੋ ਅੱਲਾਹ ਤੋਂ ਤੇ ਜਾਨ ਰੱਖੋ ਜੋ ਜ਼ਰੂਰ ਉਸੇ ਹੀ ਵਾਲਾ ਇਕੱਠਿਆ ਹੋਣਾ ਜੇ ਤੇ ਲੋਕਾਂ ਵਿੱਚ ਉਹ ਵੀ ਇਹ ਅਨੋਖੀ ਲੱਗਦੀ ਏ ਤੈਨੂੰ ਗੱਲ ਉਹਦੀ ਵਿੱਚ ਜਿਉਨੇ ਦੁਨੀਆਂ ਦੇ ਤੇ ਗਵਾਹ ਰੱਖਦਾ ਏ ਅੱਲਾਹ ਨੂੰ ਆਪਣੇ ਦਿਲ ਦੀ ਗੱਲ ਉੱਤੇ ਉਹ ਤੇ ਬੜਾ ਸੱਚਾ ਗੜੂ ਏ ਤੇ ਇਹ ਗੱਲਾਂ ਕਰਕੇ ਜਦ ਮੁਰ ਜਾਂਦਾ ਹੈ دوڑدا ملک وچ تا بیرانی کرے اس وچ تے فنا کرے پیلی تے ڈنگر تے اللہ نو نہیں پاوندا فساد تے جد آکھی اے اونوں ڈر خدا تو چکدا اے اونوں غرور گناہ ہوتے سو چنگا اے اونوں دوزخ تے کیا برا بچھاونا اے تے لوکاں وچوں کوئی اجیا وی اے جو اپنی جان ویچدا اے اللہ دی رضا مندی لئی تے اللہ بڑا مہربان اے بندیاں اوتے اے ایمان والے او آ جاؤ مسلمانی دے سارے کماں وچ پورے پورے

ਕਿੰਨੀਆਂ ਦਿੱਤੀਆਂ ਸਾਨੂੰ ਉਹਨਾਂ ਨੂੰ ਨਿਸ਼ਾਨੀਆਂ ਸਾਫ਼-ਸਾਫ਼ ਤੇ ਜਿਹੜਾ ਬਟਾਏ ਨਿਮਤ ਅੱਲਾਹ ਦੀ ਪਿੱਛੇ ਇਸ ਦੇ ਜੋ ਪਹੁੰਚ ਚੁੱਕੀ ਉਹਨੂੰ ਤਾਂ ਅੱਲਾਹ ਦੀ ਮਾਰ ਜ਼ਰੂਰ ਸਖਤ ਹੈ ਸੋਹਣਾ ਲੱਗਦਾ ਹੈ ਬੇਈਮਾਨਾਂ ਨੂੰ ਜੀਉਣਾ ਦੁਨੀਆਂ ਦਾ ਤੇ ਠੱਠਾ ਕਰਦੇ ਨੇ ਇਮਾਨਦਾਰਾਂ ਨੂੰ ਤੇ ਜਿਹੜਾ ਡਰੇ ਉਹ ਉੱਚੇ ਨੇ ਉਹਨਾਂ ਤੋਂ ਦਿਨ ਕਿਆਮਤ ਦੇ ਤੇ ਅੱਲਾਹ ਰਿਸਕ ਦਿੰਦਾ ਜਿੰਨੂੰ ਚਾਹੇ ਬੇਹਿਸਾਬਾ ਹੈ ਸਨ ਲੋਕ ਪਹਿਲਾਂ ਇਕੋ ਟੋਲਾ ਫੇਰ ਵੱਖਰੇ-ਵੱਖਰੇ ਹੋ ਗਏ ਤੇ ਪੇ ਜੇ ਅੱਲਾ ਨੇ ਪੈਗੰਬਰ ਖੁਸ਼ਖਬਰੀ ਸੁਣਾਉਂਦੇ ਤੇ ਡਰਾਉਂਦੇ ਤੇ ਉਤਾਰੀ ਨਾਲ ਉਹਨਾਂ ਦੇ ਕਿਤਾਬ ਸਚਾਈ ਨਾਲ ਤਾਂ ਹੌਸਲਾ ਕਰੇ ਲੋਕਾਂ ਵਿੱਚ ਜਿਸ ਬਾਤ ਵਿੱਚ ਝਗੜਾ ਕਰਨ ਤੇ ਨਹੀਂ ਝਗੜਾ ਪਾਇਆ ਉਸ ਵਿੱਚ ਪਰ ਆਪੇ ਵਿੱਚ ਦੇ ਦੁੱਖ ਨਾਲ ਉਹਨਾਂ ਹੀ ਨੇ ਜਿਨ੍ਹਾਂ ਨੂੰ ਮਿਲੀ ਸੀ ਉਹ ਕਿਤਾਬ ਪਿੱਛੇ ਇਸ ਦੇ ਜੋ ਪਹੁੰਚ ਚੁਕੇ ਉਹਨਾਂ ਨੂੰ ਸਾਫ਼ ਹੁਕਮ ਤਾਂ ਲੈ ਨੇ ਰਾਹ ਦੱਸਿਆ ਇਮਾਨਦਾਰਾਂ ਨੂੰ ਉਸ ਸੱਚੀ ਗੱਲ ਦਾ ਜਿਸ ਵਿੱਚ ਉਹਨਾਂ ਝਗੜਾ ਪਾਇਆ ਸੀ ਆਪਣੇ ਅੱਖ ਨਾਲ تے اللہ سدھا راہ دستا ہے جنو چاہے تھے جاتا ہے جے ایویں ہی چل بڑو گے بہشت بچ حالی تو تے نال وہ نہیں ہوئی جڑی پہلے نال ہوئی سی پہنچی انہوں نے سختی تے دکھ تے تکے لگے ایتھوں تک جو آخر لگے پیغمبر تے جنا منیا سی نال اس دے کدو ملے گی مدد اللہ دی سن لو مدد اللہ دی ضرور نیڑے ہے اے حبیب پوچھتے نے تینوں کی کچھ خرچ کرن ਤੂੰ ਆਖ ਜੋ ਮਾਲ ਖਰਚ ਕਰੋ ਆਪਣੇ ਮਾਪਿਆਂ ਤੇ ਸਕਿਆਂ ਤੇ ਯਤੀਮਾਂ ਤੇ ਭੁਖਿਆਂ ਤੇ ਰਾਈ ਨੂੰ ਦਿਓ ਤੇ ਜੋ ਨੇਕ ਕੰਮ ਕਰੋਗੇ ਸੋ ਅੱਲਾ ਜ਼ਰੂਰ ਉਸ ਨੂੰ ਜਾਣਦਾ ਹੈ। ਦਿਸਿਆ ਗਿਆ ਹੈ ਤੁਹਾਡੇ ਸਿਰ ਲੜਨਾ ਤੇ ਉਹ ਬੁਰਾ ਲੱਗਦਾ ਹੈ ਤੁਹਾਨੂੰ ਤੇ ਸ਼ਾਇਦ ਤੁਸੀਂ ਬੁਰਾ ਜਾਣੋ ਇੱਕ ਚੀਜ਼ ਨੂੰ ਤੇ ਉਹ ਚੰਗੀ ਹੋਵੇ ਤੁਸਾਂ ਵਾਸਤੇ ਤੇ ਸ਼ਾਇਦ ਤੁਸੀਂ ਪਿਆਰਾ ਜਾਣੋ ਇੱਕ ਚੀਜ਼ ਨੂੰ ਤੇ ਉਹ ਬੁਰੀ ਹੋਵੇ ਤੁਸਾਂ ਵਾਸਤੇ ਤੇ ਅੱਲਾ ਜਾਣਦਾ ਹੈ ਤੇ ਤੁਸੀਂ ਨਹੀਂ ਜਾਣਦੇ। ਅਹਬੀਬ ਪੁੱਛਦੇ ਨੇ ਤੈਨੂੰ ਮਹੀਨੇ ਅਦਬ ਦੇ ਵਿੱਚ ਲੜਨੇ ਦਾ ਤੂੰ ਆਖ ਲੜਨਾ ਉਸ ਵਿੱਚ ਬੜਾ ਗੁਨਾਹ ਹੈ ਤੇ ਰੋਕਣਾ ਅੱਲਾ ਦੇ ਰਾਹੋਂ ਤੇ ਨਾ ਮੰਨਣਾ ਉਹਨੂੰ ਤੇ ਰੋਕਣਾ ਅਦਬ ਦੀ ਮਸੀਤੋਂ ਤੇ ਉਥੋਂ ਦੇ ਲੋਕਾਂ ਨੂੰ ਉਥੋਂ ਕੱਢ ਦੇਣਾ ਵਧੇਰੇ ਬੜੇ ਗੁਨਾਹ ਨੇ نزدਿਕ ਅੱਲਾ ਦੇ ਤੇ ਵਕਤ ਪਾਣਾ ਵਧੇਰਾ ਬੜਾ ਗੁਨਾਹ ਹੈ ਖੂਨ ਕਰਨ ਨਾਲੋਂ ਤੇ ਹਮੇਸ਼ਾ ਲੜਦੇ ਰਹਿਣਗੇ ਤੁਸਾਂ ਨਾਲ ਇਥੋਂ ਤੱਕ ਜੋ ਫੇਰ ਦੇਣ ਤੁਹਾਨੂੰ ਤੁਹਾਡੇ ਦੀਨੋਂ ਜਿਵਾ ਲੱਗੇ ਨੇ ਕਿ ਜਿਹੜਾ ਫਿਰ ਜਾਏਗਾ ਤੁਸਾਂ ਵਿੱਚੋਂ ਆਪਣੇ ਦੀਨੋਂ ਫਿਰ ਮਰ ਜਾਏਗਾ ਤੇ ਉਹ ਹੈ ਬੇਈਮਾਨ ਉਹ ਲੋਕ ਨੇ ਉਹ ਗਤ ਗਏ ਅਮਲ ਜਿੰਨਾ ਦੇ ਦੁਨੀਆ ਤੇ ਆਖਰਤ ਵਿੱਚ ਤੇ ਉਹ ਲੋਕ ਨੇ ਰਹਿਣ ਵਾਲੇ ਅਗ ਦੇ ਉਹਨਾਂ ਉੱਥੇ ਸਦਾ ਰਹਿਣਾ ਹੈ ਜਿੰਨਾ ਮੰਨਿਆ ਹੈ ਤੇ ਜਿੰਨਾ ਵਤਨ ਛੱਡਿਆ ਹੈ ਤੇ ਲੜੇ ਨੇ ਅੱਲਾ ਦੇ ਰਾਹ ਵਿੱਚ ਜ਼ਰੂਰ ਉਹਨਾਂ ਨੂੰ ਉਮੀਦਵਾਰ ਅੱਲਾ ਦੀ ਮਿਹਰ ਦੇ ਤੇ ਅੱਲਾ ਬਖਸ਼ਨ ਹਾਰ ਮਿਹਰਬਾਨ ਹੈ ਇਹ ਹਬੀਬ ਪੁੱਛਦੇ ਨੇ ਤੈਨੂੰ ਸ਼ਰਾਬ ਤੇ ਜੂਏ ਦਾ ਤੂੰ ਆਖ ਇਨਨ ਵਿੱਚ ਗੁਨਾਹ ਆਏ ਬੜਾ ਤੇ ਫਾਇਦਾ ਵੀ ਇਹ ਲੋਕਾਂ ਲਈ ਤੇ ਗੁਨਾਹ ਇਹਨਾਂ ਦਾ ਬਹੁਤਾ ਹੈ ਇਹਨਾਂ ਦੇ ਫਾਇਦੇ ਨਾਲੋਂ ਫੇਰੇ ਦੇ ਪਿੱਛੋਂ ਜੂਆ ਤੇ ਸ਼ਰਾਬ ਸੂਰਾ ਮਾਇਦਾ ਵਿੱਚ ਹਰਾਮ ਫਰਮਾ ਦਿੱਤਾ ਹੈ ਤੇ ਪੁੱਛਦੇ ਨੇ ਤੈਨੂੰ ਕਿਤਨਾ ਕੁਝ ਖਰਚ ਕਰਨ ਤੂੰ ਆਖ ਜਿੰਨਾ ਸਾਨੀ ਨਾਲ ਕਰ ਸਕੋ ਇਸੇ ਤਰ੍ਹਾਂ ਬਿਆਨ ਕਰਦਾ ਹੈ ਅੱਲਾ ਤੁਸਾਂ ਲਈ ਆਇਤਾ ਤਾਂ ਤਾਂ ਤੁਸੀਂ ਫਿਕਰ ਕਰੋ ਦੁਨੀਆ ਤੇ ਆਖਰਤ ਵਿੱਚ ਤੇ ਪੁੱਛਦੇ ਨੇ ਤੈਨੂੰ ਯਤੀਮਾਂ ਬਾਰੇ ਤੁਸੀਂ ਆਖੋ ਉਹਨਾਂ ਦਾ ਕੰਮ ਸਵਾਰ ਦੇਣਾ ਚੰਗਾ ਏ ਤੇ ਜੇ ਨਾਲ ਲਾ ਲਓ ਉਹਨਾਂ ਨੂੰ ਤਾਂ ਭਰਾ ਨਹੀਂ ਤੁਹਾਡੇ ਤੇ ਅੱਲਾਹ ਜਾਣਦਾ ਹੈ ਵਿਗਾੜਨ ਵਾਲੇ ਨੂੰ ਸਵਾਰਨ ਵਾਲੇ ਤੋਂ ਤੇ ਜੇ ਕਦੇ ਚਾਹਦਾ ਅੱਲਾਹ ਤਾਂ ਤੰਗ ਕਰਦਾ ਤੁਹਾਨੂੰ ਅੱਲਾਹ ਜ਼ਰੂਰ ਜ਼ੋਰ ਆਵਰ ਤੇ ਹਕਮਤ ਵਾਲਾ ਏ ਤੇ ਨਾ ਨਕਾ ਕਰੋ ਸ਼ਰਕ ਕਰਨ ਵਾਲੀਆਂ ਔਰਤਾਂ ਨਾਲ ਜਦ ਤੀਕ ਉਹ ਮੁਸਲਮਾਨ ਨਾ ਹੋ ਜਾਣ ਤੇ ਕਨੀਜ਼ ਇਮਾਨ ਵਾਲੀ ਜ਼ਰੂਰ ਚੰਗੀ ਏ ਸ਼ਰਕ ਕਰਨ ਵਾਲੀ ਨਾਲ ਪਾਵੇਂ ਸ਼ਰਕ ਕਰਨ ਵਾਲੀ ਔਰਤ ਚੰਗੀ ਲੱਗੇ ਤੁਹਾਨੂੰ ਤੇ ਨਾ ਵਿਆਹ ਦਿਓ ਸ਼ਰਕ ਕਰਨ ਵਾਲਿਆਂ ਨੂੰ ਜਦ ਤੱਕ ਮੁਸਲਮਾਨ ਨਾ ਹੋ ਜਾਣ ਤੇ ਗੁਲਾਮ ਮੁਸਲਮਾਨ ਜ਼ਰੂਰ ਚੰਗਾ ਹੈ ਸ਼ਰਕ ਕਰਨ ਵਾਲੇ ਨਾਲੋਂ ਭਾਵੇਂ ਖੁਸ਼ ਲੱਗੇ ਤੁਹਾਨੂੰ ਇਹ ਲੋਕ ਸਾਦੇ ਨੇ ਆਗਵਲ ਕਿ ਅੱਲਾ ਸਾਦਾ ਹੈ ਬਿਹਸ਼ਤ ਤੇ ਬਖਸ਼ਿਸ਼ ਵਾਲ ਆਪਣੇ ਹੁਕਮ ਨਾਲ ਤੇ ਬਿਆਨ ਕਰਦਾ ਹੈ ਤਾਂ ਆਪਣੀਆਂ ਲੋਕਾਂ ਵਾਸਤੇ ਤਾਂ ਉਹ ਨਸੀਹਤ ਫੜਨ ਤੇ ਪੁੱਛਦੇ ਨੇ ਤੈਨੂੰ ਹੈਜ਼ ਦਾ ਤੂੰ ਆਖੋ ਗੰਦਗੀ ਹੈ ਸੋ ਦੂਰ ਰਹੋ ਔਰਤਾਂ ਤੋਂ ਹੈਜ਼ ਵਿੱਚ ਤੇ ਨੇੜੇ ਨਾ ਜਾਓ ਉਹਨਾਂ ਦੇ ਜਦ ਤੱਕ ਪਾਕ ਨਾ ਹੋ ਲੈਣ ਫਿਰ ਜਦ ਖੂਬ ਪਾਕ ਹੋ ਲੈਣ ਤਾਂ ਜਾਓ ਉਹਨਾਂ ਕੋਲ ਜਿੱਥੋਂ ਹੁਕਮ ਦਿੱਤਾ ਹੈ ਤੁਹਾਨੂੰ ਅੱਲਾ ਨੇ ਅੱਲਾ ਨੂੰ ਜ਼ਰੂਰ ਪਿਆਰੇ ਲੱਗਦੇ ਨੇ ਮੁਰਮੁਰ ਤੋਬਾ ਕਰਨ ਵਾਲੇ ਤੇ ਪਿਆਰੇ ਲੱਗਦੇ ਨੇ ਪਾਕ ਰਹਿਣ ਵਾਲੇ ਔਰਤਾਂ ਤੁਹਾਡੀਆਂ ਪਹਿਲੀ ਨੇ ਤੁਹਾਡੀ ਸੋ ਆਓ ਆਪਣੀ ਪਹਿਲੀ ਵਿੱਚ ਜਿੱਧਰੋਂ ਚਾਹੋ ਤੇ ਅੱਗੇ ਕੱਲੋ ਆਪਣੀਆਂ ਜਾਨਾਂ ਵਾਸਤੇ ਯਾਨੀ ਆਪਣੇ ਮੁਸਤਕਬਲ ਦੀ ਫਿਕਰ ਕਰੋ ਤੇ ਬਚੋ ਅੱਲਾਹ ਤੋਂ ਤੇ ਜਾਨ ਰੱਖੋ ਭਈ ਤੁਸੀਂ ਜ਼ਰੂਰ ਉਹਨੂੰ ਮਿਲਣਾ ਹੈ ਤੇ ਖੁਸ਼ਖਬਰੀ ਸੁਣਾ ਦਿਓ ਈਮਾਨ ਵਾਲਿਆਂ ਨੂੰ ਤੇ ਨਾ ਠਹਿਰਾਓ ਨਾਮ ਅੱਲਾਹ ਦਾ ਰੋਕ ਆਪਣੀਆਂ ਕਸਮਾਂ ਦੀ ਨੇਕ ਕੰਮ ਕਰਨ ਤੋਂ ਤੇ ਤਕਵੇ ਤੋਂ ਤੇ ਲੋਕਾਂ ਵਿੱਚ ਸੁਲਾ ਕਰਾਣੇ ਤੋਂ ਤੇ ਅੱਲਾਹ ਸੁਣਦਾ ਹੈ ਜਾਣਦਾ ਹੈ ਨਹੀਂ ਪਕੜਦਾ ਤੁਹਾਨੂੰ ਅੱਲਾਹ ਐਵੇਂ ਮੂੰਹ ਨਿਕਲ ਜਾਣ ਤੋਂ ਵਿੱਚ ਕਸਮਾਂ ਤੁਹਾਡੀਆਂ ਦੇ ਪਰ ਫਰਜ਼ ਹੈ ਤੁਹਾਨੂੰ ਉਸ ਤੋਂ ਜੋ ਕਮਾਇਆ ਦਿਲਾਂ ਤੁਹਾਡਿਆਂ ਨੇ ਤੇ ਅੱਲਾ ਬਖਸ਼ਨਾਰ ਤਾਂ ਮੁੱਲ ਵਾਲਾ ਹੈ ਵਾਸਤੇ ਉਹਨਾਂ ਦੇ ਜਿਹੜੇ ਸੌਂ ਖਾਂਦੇ ਨੇ ਔਰਤਾਂ ਆਪਣੀਆਂ ਤੋਂ ਤਾਲੁਕ ਖਤਮ ਕਰਨ ਦੀ ਤਾਂ ਉਡੀਕਣਾ ਹੈ 4 ਮਹੀਨੇ ਫਿਰ ਜੇ ਭੌਂ ਪਏ ਤਾਂ ਅੱਲਾ ਜ਼ਰੂਰ ਬਖਸ਼ਨਾਰ ਮਿਹਰਬਾਨ ਹੈ ਕਿ ਜੇ ਪੱਕੀ ਨੀਅਤ ਬਦੀ ਹੋ ਜੇ ਤਲਾਕ ਦੀ ਤਾਂ ਅੱਲਾ ਜ਼ਰੂਰ ਸੁਣਦਾ ਜਾਣਦਾ ਹੈ ਤੇ ਤਲਾਕ ਵਾਲੀਆਂ ਉਡੀਕ ਵਿੱਚ ਰੱਖਣਾ ਆਪਣੇ ਆਪ ਨੂੰ ਤਿੰਨ ਹਜ਼ਰ ਤੱਕ ਤੇ ਚਾਹੀਦਾ ਨਹੀਂ ਉਹਨਾਂ ਔਰਤਾਂ ਨੂੰ ਲੁਕਾ ਰੱਖਣਾ ਉਸ ਦਾ ਜੋ ਪੈਦਾ ਕੀਤਾ ਅੱਲਾਹ ਨੇ ਉਹਨਾਂ ਦੇ ਪੇਟਾਂ ਵਿੱਚ ਜੇ ਮੰਨਦੀਆਂ ਨੇ ਅੱਲਾਹ ਨੂੰ ਤੇ ਦਿਨ ਆਖਰਤ ਨੂੰ ਤੇ ਉਹਨਾਂ ਦੇ ਖਸਮਾਂ ਦਾ ਵਦੀਰਾ ਹੱਕੇ ਉਹਨਾਂ ਨੂੰ ਮੋੜ ਰੱਖਣ ਦਾ ਵਿੱਚ ਇਸ ਦੇ ਜੇ ਇਰਾਦਾ ਕਰਨ ਸਵਾਰਨ ਦਾ ਤੇ ਔਰਤਾਂ ਦਾ ਹੱਕ ਕੇ ਉਸ ਹੱਕ ਜਿਆ ਜਿਹੜਾ ਉਹਨਾਂ ਦੇ ਜ਼ਿਮੇ ਹੈ ਰਿਵਾਜ ਨਾਲ ਤੇ ਮਰਦਾਂ ਦਾ ਉਹਨਾਂ ਉੱਤੇ ਦਰਜਾਏ ਤੇ ਅੱਲਾਹ ਜ਼ੋਰ ਆਵਦੇ ਹਕਮਤ ਵਾਲਾ ਤਲਾਕ ਦੋ ਵਾਰੀ ਫਿਰ ਰੱਖ ਲੈਣਾ ਹੈ ਸਲੂਕ ਨਾਲ ਜਾਂ ਖਲਾਸੀ ਕਰਨਾ ਹੈ ਇਹਸਾਨ ਨਾਲ ਤੇ ਰਵਾ ਨਹੀਂ ਤੁਸਾਨੂੰ ਲੈਣਾ ਇੱਕ ਜ਼ਰਾ ਵੀ ਉਸ ਮਾਲ ਵਿੱਚੋਂ ਜੋ ਦੇ ਚੁਕੇ ਹੋ ਉਹਨਾਂ ਨੂੰ ਪਰ ਜਦ ਦੋਵੇਂ ਡਰਨ ਜੋ ਕਾਇਮ ਨਾ ਰੱਖਣ ਕਿ ਹੱਦਾਂ ਅੱਲਾ ਦੀਆਂ ਫਿਰ ਜੇ ਤੁਸੀਂ ਡਰੋ ਭਈ ਨਾ ਕਾਇਮ ਰੱਖ ਸਕਣਗੇ ਹੱਦਾਂ ਅੱਲਾ ਦੀਆਂ ਤਾਂ ਨਹੀਂ ਕੁਝ ਗੁਨਾਹ ਉਹਨਾਂ ਦੇ ਸਿਰੇ ਵਿੱਚ ਉਸ ਦੇ ਜੋ ਛੁਡਵਾਈ ਦੇਵੇ ਔਰਤ ਇਹ ਹੱਦਾਂ ਨੇ ਅੱਲਾ ਦੀਆਂ ਸੋ ਇਹਨਾਂ ਤੋਂ ਅੱਗੇ ਨਾ ਲੰਘੋ ਤੇ ਜਿਹੜਾ ਅੱਗੇ ਲੰਗੇਗਾ ਅੱਲਾ ਦੀਆਂ ਹੱਦਾਂ ਦੇ ਸੋ ਉਹ ਹੀ ਲੋਕ ਨੇ ਜ਼ਾਲਿਮ ਫਿਰ ਜੇ ਤਲਾਕ ਦਿੱਤੀ ਉਸ ਨੂੰ ਤੀਸਰੀ ਵਾਰੀ ਤਾਂ ਔਰਤ ਰਵਾ ਨਹੀਂ ਉਹਨੂੰ ਪਿੱਛੇ ਇਸ ਦੇ ਜਦ ਤੱਕ ਨਕਾ ਨਾ ਕਰੇ ਹੋਰੀ ਖਸਮ ਨਾਲ ਫਿਰ ਜੇ ਉਹ ਤਲਾਕ ਦੇ ਤੇ ਉਹਨੂੰ ਤਾਂ ਨਹੀਂ ਕੁਝ ਗੁਨਾਹ ਉਹਨਾਂ ਦੇ ਸਿਰ ਜੋ ਮੁਰਕ ਨਿਕਾ ਕਰ ਲੈ ਜੇ ਜਾਣਨ ਪਾਈ ਕਾਇਮ ਰੱਖਣ ਕਿ ਹੱਦਾਂ ਅੱਲਾ ਦੀਆਂ ਤੇ ਇਹ ਹੱਦਾਂ ਨੇ ਅੱਲਾ ਦੀਆਂ ਬਿਆਨ ਕਰਦਾ ਏ ਇਹਨਾਂ ਦਾ ਵਾਸਤੇ ਉਹਨਾਂ ਲੋਕਾਂ ਦੇ ਜੋ ਜਾਣਦੇ ਨੇ ਇਹਨਾਂ ਹੱਦਾਂ ਨੂੰ ਤੋੜਨ ਦਾ ਅੰਜਾਮ ਤੇ ਜਦ ਤਲਾਕ ਦਿੱਤੀ ਉਹ ਜੇ ਔਰਤਾਂ ਨੂੰ ਫਿਰ ਅਪੜ ਜਾਣ ਨੇੜੇ ਆਪਣੀ ਇੱਜ਼ਤ ਦੇ ਤਦ ਰੱਖ ਲੋ ਉਹਨਾਂ ਨੂੰ ਸਲੂਕ ਨਾਲ ਜਾਂ ਖਲਾਸੀ ਕਰੋ ਉਹਨਾਂ ਦੀ ਸਲੂਕ ਨਾਲ ਤੇ ਨਾ ਰੋਕ ਲੋ ਉਹਨਾਂ ਨੂੰ ਦੁੱਖ ਦੇਣ ਲਈ ਤੇ ਜ਼ੁਲਮ ਕਰਨ ਲਈ ਤੇ ਜਿਹੜਾ ਕਰੇਗਾ ਇਹ ਕੰਮ ਸੋ ਉਸਨੇ ਜ਼ੁਲਮ ਕੀਤਾ ਆਪਣੀ ਹੀ ਜਾਨ ਉੱਤੇ ਤੇ ਨਾ ਬਣਾਓ ਆਇਤਾ ਅੱਲਾ ਦੀਆਂ ਨੂੰ ਮਖੌਲ ਤੇ ਰਵਾਜੀ ਹਲਾਲਾ ਕਰਨ ਵਾਲਾ ਅੱਲਾ ਦੀਆਂ ਆਇਤਾਂ ਦਾ ਮਖੌਲ ਕਰਦਾ ਹੈ ਤੇ ਹਲਾਲੇ ਦੀ ਜੋ ਰਸਮ ਇਸ ਮੁਲਕ ਵਿੱਚ ਪਈ ਹੋਈ ਏ ਉਸ ਉੱਤੇ ਸ਼ਰਅ ਨੇ ਫਟਕਾਰ ਪਾਈ ਏ ਉਹ ਬਿਲਕੁਲ ਹਰਾਮ ਹੈ ਤੇ ਯਾਦ ਕਰੋ ਨੇਮਤ ਅੱਲਾ ਦੀ ਉੱਤੇ ਆਪਣੇ ਤੇ ਜੋ ਉਤਾਰਿਆ ਸੂਤ ਉਸ ਉਤੇ ਕੁਰਾਨ ਤੇ ਹਕਮਤ ਨਸੀਹਤ ਕਰਦਾਏ ਤੁਸਾਂ ਨੂੰ ਉਸ ਨਾਲ ਤੇ ਡਰੋ ਅੱਲਾਹ ਤੋਂ ਤੇ ਜਾਣ ਰੱਖੋ ਭਈ ਅੱਲਾਹ ਜ਼ਰੂਰ ਹਰ ਕਿਸੇ ਦਾ ਜਾਣੂ ਹੈ ਤੇ ਜਦ ਤਲਾਕ ਦਿੱਤੀਓ ਜੇ ਔਰਤਾਂ ਨੂੰ ਫਿਰ ਪਹੁੰਚ ਚੁਕੀਆਂ ਇੱਦਤ ਆਪਣੀ ਨੂੰ ਤਦ ਨਾ ਰੋਕੋ ਉਹਨਾਂ ਨੂੰ ਨਕਾ ਕਰਨ ਤੋਂ ਹੋਰ ਖਸਮ ਨਾਲ ਜਦ ਰਾਜ਼ੀ ਹੋਣ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਇਸ ਨਾਲ ਨਸੀਹਤ ਮਿਲਦੀ ਹੈ ਉਹਨੂੰ ਜਿਹੜਾ ਮੰਨਦਾ ਰਿਹਾ ਹੈ ਤੁਸਾਂ ਵਿੱਚੋਂ ਅੱਲਾਹ ਨੂੰ ਤੇ ਦਿਨ ਆਖਰਤ ਨੂੰ ਇਹ ਜੇ ਬੜੀ ਸੁਥਰੀ ਗੱਲ ਤੁਸਾਂ ਲਈ ਤੇ ਬੜੀ ਪਾਕੀ ਦਾ ਅੱਲਾ ਜਾਣਦਾ ਏ ਤੇ ਤੁਸੀਂ ਨਹੀਂ ਜਾਣਦੇ ਤੇ ਮਾਵਾਂ ਦੁੱਧ ਪਿਆਮਣ ਔਲਾਦ ਆਪਣੀ ਨੂੰ 2 ਬਰਸ ਪੂਰੇ ਵਾਸਤੇ ਉਹ ਦੇ ਜਿਹੜਾ ਪੂਰੀ ਕਰਨਾ ਚਾਵੇ ਦੁੱਧ ਪਿਆਣ ਦੀ ਮੁੱਦਤ ਤੇ ਪਿਓ ਤੇ ਰੋਟੀ ਕਪੜਾ ਔਲਾਦ ਦਾ ਰਿਵਾਜ ਦੇ ਮੁਤਾਬਕ ਨਹੀਂ ਖੇਚਲ ਦਿੱਤੀ ਕਿਸੇ ਨੂੰ ਪਰ ਉਹਦੀ ਤਾਕਤ ਸਿਰ ਤੇ ਨਾ ਦੁੱਖ ਦੇਵੇ ਕੋਈ ਕਿਸੇ ਮਾਂ ਨੂੰ ਆਪਣੀ ਔਲਾਦ ਪਾਰੋਂ ਤੇ ਨਾ ਕਿਸੇ ਪਿਓ ਨੂੰ ਆਪਣੀ ਔਲਾਦ ਦੇ ਸਬੱਬੋਂ ਤੇ ਵਾਰਿਸ ਉੱਤੇ ਹੈ ਉਸੇ ਤਰ੍ਹਾਂ ਨਾਲ ਜੇ ਬਾਪ ਮਰ ਜਾਏ ਤਾਂ ਔਲਾ ਵਾਰਿਸ ਦੇ ਫੇਰ ਜੇ ਚਾਹਣ ਦੁੱਧ ਛੁਡਾਣਾ ਆਪਣੀ ਮਰਜ਼ੀ ਨਾਲ ਤੇ ਸਲਾਹ ਨਾਲ ਤਾਂ ਨਹੀਂ ਕੋਈ ਗੁਨਾਹ ਉਹਨਾਂ ਦੇ ਸਿਰ ਤੇ ਜੇ ਤੁਸੀਂ ਚਾਹੋ ਦੁੱਧ ਪਿਆਣਾ ਕਿਸੇ ਗੈਰ ਔਰਤ ਦਾ ਆਪਣੀ ਔਲਾਦ ਨੂੰ ਤਾਂ ਨਹੀਂ ਕੁਝ ਗੁਨਾਹ ਤੁਹਾਡੇ ਛੇੜੇ ਜਿਆਦਾ ਵਾਲੇ ਕਰੋ ਮੁਆਵਜ਼ਾ ਜੋ ਦੇਣਾ ਕੀਤਾ ਜੇ ਸੋਹਣੀ ਤਰ੍ਹਾਂ ਨਾਲ ਤੇ ਡਰੋ ਅੱਲਾਹ ਤੋਂ ਤੇ ਜਾਣ ਰੱਖੋ ਭਾਈ ਅੱਲਾਹ ਜ਼ਰੂਰ ਵੇਖਦਾ ਹੈ ਜੋ ਕਰਦੇ ਹੋ ਤੇ ਜਿਹੜੇ ਫੌਤ ਹੋ ਜਾਂਦੇ ਨੇ ਤੁਸਾਂ ਵਿੱਚੋਂ ਤੇ ਛੱਡ ਜਾਂਦੇ ਨੇ ਬੀਵੀਆਂ ਉਡੀਕ ਵਿੱਚ ਰੱਖਣ ਆਪਣੇ ਆਪ ਨੂੰ 4 ਮਹੀਨੇ ਤੇ 10 ਦਿਨ ਫੇਰ ਜਦ ਪਹੁੰਚਣ ਮੁੱਦਤ ਆਪਣੀ ਨੂੰ ਤਾ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਉਸ ਕੰਮ ਵਿੱਚ ਜੋ ਕਰਨ ਆਪਣੇ ਲਈ ਸੋਹਣੀ ਤਰ੍ਹਾਂ ਨਾਲ ਕਿ ਅੱਲਾਹ ਨੂੰ ਖਬਰ ਹੈ ਜੋ ਕਰਦੇ ਹੋ ਤਲਾਕ ਵਾਲੀ ਇদ্দਤ ਤਨ ਹੈਜ਼ ਤੇ ਬੇਵਾਦੀ 4 ਮਹੀਨੇ 10 ਦਿਨ ਫਰਮਾਈ ਹੈ ਇਹ ਦੋਵੇਂ ਗੱਲਾਂ ਤਾਂ ਨੇ ਜੇ ਪੇਟ ਵਿੱਚ ਬੱਚੀ ਬੱਚਾ ਨਾ ਹੋਏ ਤੇ ਜੇ ਹੋਵੇ ਤਾਂ ਜੰਮਣ ਤੱਕ ਇদ্দਤ ਤੇ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਵਿੱਚ ਉਸ ਦੇ ਜੋ ਬੁਝਾਰਤ ਨਾ ਲੱਖੋ ਤੁਸੀਂ ਗੱਲ ਤਲਬੇ ਨਕਾਔਰਤਾਂ ਦੀ ਯਾ ਛੁਪਾ ਰੱਖੋ ਤੁਸੀਂ ਆਪਣੇ ਦਿਲਾਂ ਵਿੱਚ ਜਾਣਦਾ ਹੈ ਅੱਲਾ ਜੋ ਤੁਸੀਂ ਉਹਨਾਂ ਦੀਆਂ ਗੱਲਾਂ ਕਰੋਗੇ ਪਰ ਵਾਦਾ ਨਾ ਕਰੋ ਉਹਨਾਂ ਨਾਲ ਲੁੱਕ ਕੇ ਜੋ ਗੱਲ ਆਖੋ ਸੁਣੀ ਤਨਾਖੋ ਤੇ ਨਾ ਪੱਕੀ ਕਰੋ ਗੰਢ ਨਕਾ ਦੀ ਜਦ ਤੱਕ ਨਾ ਪਹੁੰਚੇ ਲਿਖਤ ਮੁੱਦਤ ਆਪਣੀ ਨੂੰ ਤੇ ਜਾਣ ਰੱਖੋ ਜੋ ਅੱਲਾ ਜ਼ਰੂਰ ਜਾਣਦਾ ਹੈ ਜੋ ਤੁਹਾਡੇ ਦਿਲਾਂ ਵਿੱਚ ਸੋਬਚੋ ਉਸ ਤੋਂ ਤੇ ਜਾਣ ਰੱਖੋ ਜੋ ਅੱਲਾ ਜ਼ਰੂਰ ਬਖਸ਼ਨਹਾਰ ਹੈ ਜਿਗਰੇ ਵਾਲਾ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਜੇ ਤਲਾਕ ਦਿੱਤੀ ਹੋ ਜੇ ਔਰਤਾਂ ਨੂੰ ਜਦ ਤੱਕ ਨਹੀਂ ਹੱਥ ਲਾਇਆ ਜੇ ਉਹਨਾਂ ਨੂੰ ਜਾਂ ਨਹੀਂ ਬੰਨਿਆ ਜੇ ਉਹਨਾਂ ਲਈ ਮਹਰ ਤੇ ਕਪੜੇ ਦਾ ਜੋੜਾ ਦਿਓ ਉਹਨਾਂ ਨੂੰ ਦੌਲਤ ਵਾਲੇ ਆਪਣੀ ਪਹੁੰਚ ਸਿਰ ਤੇ ਗਰੀਬ ਆਪਣੀ ਪਹੁੰਚ ਸਿਰ ਤੇ ਜੋੜਾ ਦੇਣਾ ਸੋਹਣੀ ਤਰ੍ਹਾਂ ਨਾਲ ਜ਼ਰੂਰੀ ਹੈ ਇਹਸਾਨ ਕਰਨ ਵਾਲਿਆਂ ਤੇ ਤੇ ਜੇ ਤਲਾਕ ਦਿੱਤੀ ਹੋ ਜੇ ਉਹਨਾਂ ਨੂੰ پہلے انہوں نے ہاتھ لان دے تے بان چکے ہو انہوں دا مار تاں ادا اس دا جو بدہ جے پر جو او معاف کر دیں یا معاف کر دے جس دے ہاتھ بچے گنڈ نکا دی، تے تو اڈا معاف کرنا و نیڑے ہے پریزگاری دے تے نہ بلاو احسان کرنا آپس بچ اللہ ضرور ویکھ دا ہے جو کردے ہو لیکن بانی کرو نمازان دی تے نماز بچکار لی دی ਤੇ ਕੋ ਲੋ ਵੋ ਅੱਗੇ ਅੱਲਾ ਦੇ ਅਦਬ ਨਾਲ ਫੇਰ ਜੇ ਡਰਿਓ ਤਾਂ ਪੜ ਰੋ ਖਾਂ ਪਿਆਦੇ ਜਾਂ ਸਵਾਰ ਹੋਏ ਫੇਰ ਜਦ ਅਮਨ ਹੋ ਜਾਵੇ ਤਦ ਯਾਦ ਕਰੋ ਅੱਲਾ ਨੂੰ ਜਿਸ ਤਰ੍ਹਾਂ ਸਿਖਾਇਆ ਸੂ ਤੁਸਾਂ ਨੂੰ ਜੋ ਨਹੀਂ ਸੋ ਤੁਸੀਂ ਜਾਣਦੇ ਯਾਨੀ ਜੇ ਲੜਾਈ ਦੇ ਵੇਲੇ ਲਾਚਾਰੀ ਹੋਵੇ ਤਾਂ ਪਿਆਦਾ ਟੁਰਦਿਆਂ ਜਾਂ ਸਵਾਰੀ ਉੱਤੇ ਸਹਨਤ ਨਾਲ ਵੀ ਨਮਾਜ਼ ਰਵਾਏ ਭਾਵੇਂ ਮੂੰਹ ਕਿਬਲੇ ਵੱਲ ਨਾ ਵੀ ਹੋਵੇ ਜੇ ਜੜੇ ਫੌਤ ਹੋ ਜਾਣ ਤੁਸਾਂ ਵਿੱਚੋਂ ਤੇ ਛੱਡ ਜਾਣ ਬੀਵੀਆਂ ਤਾਕੀਦ ਕਰ ਜਾਣਾ ਆਪਣੀ ਬੀਵੀਆਂ ਲਈ ਪੂਰਾ ਖਰਚ ਦੇਣਾ ਇੱਕ ਵੜੇ ਤੀਕ ਕੱਢ ਨਾ ਦੇਣਾ ਕਰੋ ਫੇਰ ਜੇ ਨਿਕਲ ਜਾਣ ਤਾਂ ਨਹੀਂ ਕੁਝ ਗੁਨਾਹ ਤੁਹਾਡੇ ਸਿਰ ਉਸ ਕੰਮ ਵਿੱਚ ਜੋ ਕਰਨ ਆਪਣੀਆਂ ਜਾਨਾਂ ਵਿੱਚ ਕੋਈ ਨੇਕ ਕੰਮ ਤੇ ਅੱਲਾਹ ਜ਼ੋਰ ਆਵਰੇ ਹਕਮਤ ਵਾਲਾ ਤੇ ਤਲਾਕ ਵਾਲੀਆਂ ਜੋੜਾ ਦੇਣਾ ਸੋਹਣੀ ਤਰ੍ਹਾਂ ਨਾਲ ਜ਼ਰੂਰੀ ਹੈ ਨੇਕਾਂ ਨੂੰ ਇਸੇ ਤਰ੍ਹਾਂ ਬਿਆਨ ਕਰ ਦਿਆ ਅੱਲਾ ਤੁਸਾਂ ਲਈ ਆਪਣੀਆਂ ਆਇਤਾਂ ਤਾਂ ਤੁਸੀਂ ਅਕਲ ਕਰੋ ਭਲਾ ਤੁਸਾਂ ਨਹੀਂ ਜਿੱਠਾ ਉਹਨਾਂ ਵਾਲੇ ਜਿਹੜੇ ਨਿਕਲੇ ਆਪਣੇ ਘਰਾਂ ਤੋਂ ਮੌਤੋਂ ਡਰ ਕੇ ਤੇ ਉਹ ਕਈ ਹਜ਼ਾਰ ਨੇ ਫਿਰ ਆਖਿਆ ਉਹਨਾਂ ਨੂੰ ਅੱਲਾ ਨੇ ਮਰ ਜਾਓ ਤਾਂ ਮਰ ਗਏ ਫਿਰ ਜਿਵਾਇਆ ਉਹਨਾਂ ਨੂੰ ਅੱਲਾ ਜ਼ਰੂਰ ਫਜ਼ਲ ਵਾਲਾ ਹੈ ਲੋਕਾਂ ਉਤੇ ਪਰ ਬਹੁਤੇ ਲੋਕ ਕਦਰ ਨਹੀਂ ਜਾਣਦੇ ਤੇ ਲੜੋ ਅੱਲਾ ਦੇ ਰਾਹ ਵਿੱਚ ਤੇ ਜਾਣ ਲੱਖੋ ਭਾਈ ਅੱਲਾ ਜ਼ਰੂਰ ਸੁਣਦਾ ਜਾਣਦਾ ਹੈ ਕੌਣ ਹੈ ਉਹ ਜਿਹੜਾ ਕਰਜ਼ ਦੇ ਅੱਲਾ ਨੂੰ ਕਰ ਦੇਣਾ ਸੋਣਾ ਤਾਂ ਦੂਨੇ ਕਰ ਦੇ ਉਹਦੇ ਉਸ ਨੂੰ ਬਹੁਤੇ ਦੂਨੇ ਤੇ ਅੱਲਾ ਤੰਗੀ ਕਰਦਾ ਹੈ ਤੇ ਕੁਸ਼ਾਇਦ ਕਰਦਾ ਹੈ ਤੇ ਉਸੇ ਹੀ ਵੱਲ ਮੁੜੋਗੇ اے ਹਬੀਬ ਪਲਾ ਤੁਸਾਂ ਨਹੀਂ ਡਿਠਾ ਸਰਦਾਰਾਂ ਦੀ ਜਮਾਤ ਵਾਲੇ ਬਨੀ ਇਸਰਾਇਲ ਠੀਂ ਪਿੱਛੇ موسی ਦੇ ਜਦ ਆਖਿਓ ਨੇ ਆਪਣੇ ਪੈਗੰਬਰ ਨੂੰ ਭਾਈ ਖੜਾ ਕਰ ਸਾਡੇ ਲਈ ਇੱਕ ਬਾਦਸ਼ਾਹ ਤਾਂ ਅਸੀਂ ਲੜੀਏ ਅੱਲਾ ਦੇ ਰਾਹ ਵਿੱਚ ਪੈਗੰਬਰ ਆਖਣ ਲਗਾ ਤੁਸਾਨੂੰ ਜ਼ਰੂਰ ਉਮੀਦ ਹੈ ਜੇ ਲਿਖਿਆ ਗਿਆ ਤੁਹਾਡੇ ਜਿੰਮੇ ਲੜਨਾ ਤੇ ਫੇਰ ਤੁਸੀਂ ਨਾ ਲੜੋਗੇ ਆਖਿਓ ਨੇ ਤੇ ਕੀ ਹੈ ਸਾਨੂੰ ਜੋ ਅਸੀਂ ਨਾ ਲੜਾਂਗੇ ਅੱਲਾ ਦੇ ਰਾਹ ਵਿੱਚ ਨਾਲੇ ਕੱਢੇ ਗਏ ਆ ਅਸੀਂ ਕਹਾਂ ਆਪਣੇ ਤੇ ਪੁੱਤਰਾ ਆਪਣੇ ਤੋਂ ਫੇਰ ਜਦ ਲਿਖਿਆ ਗਿਆ ਜਿੰਮੇ ਉਹਨਾਂ ਦੇ ਲੜਨਾ ਮੂੰਹ ਫੇਰ ਲਿਉਨੇ ਪਰ ਥੋੜਿਆਂ ਨੇ ਉਹਨਾਂ ਵਿੱਚੋਂ ਤੇ ਅੱਲਾ ਜਾਣਦਾ ਹੈ ਜ਼ਾਲਮਾਂ ਨੂੰ ਤੇ ਆਖਿਆ ਉਹਨਾਂ ਨੂੰ ਉਹਨਾਂ ਦੇ ਪੈਗੰਬਰ ਨੇ ਭਾਈ ਅੱਲਾਹ ਨੇ ਜ਼ਰੂਰ ਹੀ ਖੜਾ ਕੀਤਾ ਤੁਸਾਂ ਲਈ ਤਾਲੂਤ ਨੂੰ ਬਾਦਸ਼ਾ ਆਖਣ ਲੱਗੇ ਕਿੱਥੋਂ ਹੋਵੇਗੀ ਅਸਲੀ ਬਾਦਸ਼ਾਹੀ ਸਾਡੇ ਉੱਤੇ ਤੇ ਅਸੀਂ ਬਧੇਰੇ ਹੱਕਦਾਰਾਂ ਬਾਦਸ਼ਾਹੀ ਦੇ ਉਸ ਨਾਲੋਂ ਤੇ ਉਹਨੂੰ ਨਹੀਂ ਮਿਲਿਆ ਖੁੱਲਾ ਮਾਲ ਆਖਿਓ ਸੁ ਅੱਲਾਹ ਨੇ ਜ਼ਰੂਰ ਚੁਣ ਲਿਆ ਉਹਨੂੰ ਤੁਸਾਂ ਵੀ ਚੋ ਤੇ ਜ਼ਿਆਦਾ ਹੈ ਉਹ ਚੋਖੇ ਇਲਮ ਤੇ ਜੁਸੇ ਵਿੱਚ ਤੇ ਅੱਲਾਹ ਦਿੰਦਾ ਹੈ ਬਾਦਸ਼ਾਹੀ ਆਪਣੀ ਜਿਸ ਨੂੰ ਚਾਹੇ ਤੇ ਅੱਲਾਹ ਖੁੱਲਾ ਡੁੱਲਾ ਜਾਣਨ ਵਾਲਾ ਤੇ ਆਖਿਆ ਉਹਨਾਂ ਨੂੰ ਉਹਨਾਂ ਦੇ ਪੈਗੰਬਰ ਨੇ ਭਾਈ ਉਹਦੀ ਬਾਦਸ਼ਾਹੀ ਦੀ ਇਹ ਨਿਸ਼ਾਨੀ ਹੈ ਜੋ ਆਵੇਗਾ ਤੁਸਾਂ ਕੋਲ ਉਹ ਸੰਦੂਕ ਜਿਸ ਵਿੱਚ ਤਸल्ली ਧਰੀ ਹੋਈ ਹੈ ਜਿਸ ਰੱਬ ਤੁਹਾਡੇ ਨੇ ਤੇ ਬਾਕੀ ਬੱਚਿਆਂ ਆ ਚੀਜ਼ਾਂ ਨੇ ਉਸ ਵਿੱਚ ਜੋ ਛੱਡੀਆਂ ਨੇ موسی ਦੀ اولاد ਤਿਹਾਰੂਨ ਦੀ اولاد ਨੇ ਚੁੱਕਦੇ ਨੇ ਉਹਨੂੰ ਫਰਿਸ਼ਤੇ ਇਸ ਵਿੱਚ ਜ਼ਰੂਰੀ ਨਿਸ਼ਾਨੀ ਹੈ ਜੇ ਤੁਸੀਂ ਮੰਨਣ ਮਾ ਲਿਓ ਬਣੀ ਇਸਰਾਇਲ ਵਿੱਚ ਇੱਕ ਸੰਦੂਕ ਚਲਿਆ ਆਉਂਦਾ ਸੀ ਉਸ ਵਿੱਚ موسی ਤੇ ਹਾਰੂਨ ਅਲੈਹੁਮ ਸਲਾਮ ਦੇ ਵਕਤ ਦੇ ਤਬਰਕਾਤ ਸਨ ਲੜਾਈ ਦੇ ਵੇਲੇ ਉਸ ਨੂੰ ਸਰਦਾਰ ਦੇ ਅੱਗੇ ਲੈ ਕੇ ਟੁਰਦੇ ਸਨ ਤੇ ਜਦ ਦੁਸ਼ਮਣ ਉੱਤੇ ਹੱਲਾ ਕਰਦੇ ਸਨ ਉਸ ਨੂੰ ਅੱਗੇ ਰੱਖ ਲੈਂਦੇ ਸਨ ਅੱਲਾਹ ਤਾਲਾ ਫਤਿਹ ਦੇ ਦਿੰਦਾ ਸੀ ਉਹ ਸੰਦੂਕ ਕੋਈ ਦੁਸ਼ਮਣ ਖੋ ਕੇ ਲੈ ਗਿਆ ਸੀ ਫਿਰ ਹੁਣ ਜਦ ਤਾਲੂਤ ਬਾਦਸ਼ਾਹ ਬਣਿਆ ਉਹ ਸੰਦੂਕ ਉਸ ਦੇ ਦਰਵਾਜ਼ੇ ਉੱਤੇ ਫਰਿਸ਼ਤਿਆਂ ਨੇ ਲਿਆ ਰੱਖਿਆ ਇਸਾਇਤ ਵਿੱਚ ਉਧਰ ਇਸ਼ਾਰਾ ਫਿਰ ਜਦ ਤੁਰਿਆ ਤਾਲੂਤ ਫੌਜਾਂ ਲੈ ਕੇ ਆਕਿਓਸੂ ਅੱਲਾ ਜ਼ਰੂਰ ਅਜ਼ਮਾਂਦਾ ਤੁਹਾਨੂੰ ਇੱਕ ਨਹਿਰ ਉੱਤੇ ਫਿਰ ਜਿੰਨੇ ਪਾਣੀ ਪੀਤਾ ਉਸ ਤੋਂ ਉਹ ਨਹੀਂ ਮੇਰੇ ਨਾਲ ਦਾ ਤੇ ਜਿੰਨੇ ਨਾ ਚੱਖਿਆ ਉਸ ਤੋਂ ਤਾਂ ਉਹ ਜ਼ਰੂਰ ਮੇਰੇ ਨਾਲ ਦਾ ਹੈ ਪਰ ਜਿੰਨੇ ਪਰ ਲਈ ਇੱਕ ਲੱਪ ਆਪਣੇ ਹੱਥ ਨਾਲ ਫਿਰ ਪੀਤੋ ਨੇ ਉਸ ਤੋਂ ਪਰ ਥੋੜਿਆਂ ਨੇ ਉਹਨਾਂ ਵਿੱਚੋਂ ਫਿਰ ਜਦ ਪਾਰ ਲੰਘਿਆ ਉਸ ਤੋਂ ਉਹ ਤੇ ਜਿਹੜੇ ਈਮਾਨ ਵਾਲੇ ਨੇ ਨਾਲ ਉਹਦੇ ਆਖਿਓ ਨੇ ਸਾਡੇ ਵਿੱਚ ਅੱਜ ਜ਼ੋਰ ਨਹੀਂ ਲੜੰਦਾ ਜਾਲੂਤ ਤੇ ਉਹਦੀਆਂ ਫੌਜਾਂ ਨਾਲ ਆਖਣ ਲੱਗੇ ਜਿਹੜੇ ਜਾਣਦੇ ਸਨ ਭਾਈ ਉਹਨਾਂ ਨੇ ਜ਼ਰੂਰ ਜਾਣਾ ਹੈ ਅੱਲਾਹ ਕੋਲ ਕਈ ਵਾਰੀ ਜਮਾਤ ਥੋੜੀ ਨੇ ਹਰਾ ਦਿੱਤਾ ਹੈ ਜਮਾਤ ਬਹੁਤੀ ਨੂੰ ਅੱਲਾਹ ਦੇ ਹੁਕਮ ਨਾਲ ਤੇ ਅੱਲਾਹ ਨਾਲ ਸਬਰ ਕਰਨ ਵਾਲਿਆਂ ਦੇ ਤੇ ਜਦ ਸਾਹਮਣੇ ਹੋਏ ਜਾਲੂਤ ਤੇ ਉਹਦੀਆਂ ਫੌਜਾਂ ਦੇ ਆਕਿਰਨੇ ਸਾਡੇ ਰੱਬਾ ਪਾ ਦੇ ਸਾਡੇ ਵਿੱਚ ਸਬਰ ਤੇ ਪੱਕੇ ਕਰ ਪੈਰ ਸਾਡੇ ਤੇ ਮਦਦ ਕਰ ਸਾਡੀ ਬੇਈਮਾਨਾ ਲੋਕਾਂ ਤੇ ਫੇਰ ਹਰਾ ਦਿੱਤੋ ਨੇ ਉਹਨਾਂ ਨੂੰ ਅੱਲਾ ਦੇ ਹੁਕਮ ਨਾਲ ਤੇ ਮਾਰ ਦਿੱਤਾ 다ਊਦ ਨੇ ਜਾਲੂਤ ਨੂੰ ਤੇ ਦਿੱਤੀ ਉਹਨੂੰ ਅੱਲਾ ਨੇ ਬਾਦਸ਼ਾਹੀ ਤੇ ਪੈਗੰਬਰੀ ਤੇ ਸਿਖਾਇਆ ਉਹਨੂੰ ਜਿਸ ਇਲਮ ਵਿੱਚੋਂ ਆਇਆ ਤੇ ਜੇ ਕਦੇ ਨਾ ਦਫਾ ਕਰਦਾ ਅੱਲਾ ਲੋਕਾਂ ਨੂੰ ਕਿਸੇ ਨੂੰ ਕਿਸੇ ਦੇ ਹੱਥੋਂ ਤਾਂ ਵੀਰਾਨ ਹੀ ਰਹਿੰਦੀ ਜ਼ਮੀਨ ਪਰ ਅੱਲਾ ਫਜ਼ਲ ਵਾਲਾ ਹੈ ਸਾਰੇ ਜਹਾਨਾਂ ਉੱਤੇ ਇਹ ਨੇ ਗੱਲਾਂ ਅੱਲਾ ਦੀਆਂ ਅਸੀਂ ਪੜ੍ਹਨੇ ਆ ਇਹਨਾਂ ਨੂੰ ਤੇਰੇ ਅੱਗੇ ਠੀਕ ਤਰ੍ਹਾਂ ਨਾਲ ਕਿ ਐ ਹਬੀਬ ਤੁਸੀਂ ਜ਼ਰੂਰ ਹੀ ਪੈਗੰਬਰਾਂ ਵਿੱਚੋਂ ਹੋ ਇਹ ਨੇ ਪੈਗੰਬਰ ਵਡਿਆਈ ਦਿੱਤੀ ਅਸਾਂ ਇੱਕ ਨੂੰ ਦੂਜੇ ਉੱਤੇ ਕਿਸੇ ਨਾਲ ਉਹਨਾਂ ਵਿੱਚੋਂ ਗੱਲਾਂ ਕੀਤੀਆਂ ਅੱਲਾ ਨੇ ਤੇ ਕਿਸੇ ਦੇ ਉੱਚੇ ਕੀਤੇ ਦਰਜੇ ਤੇ ਦਿੱਤੀਆਂ ਅਸਾਂ ਮਰੀਮ ਦੇ ਪੁੱਤਰ ਈਸਾ ਨੂੰ ਨਿਸ਼ਾਨੀਆਂ ਪੱਕੀਆਂ ਯਾਨੀ ਮੌਜੂਦੇ ਤੇ ਜ਼ੋਰ ਦਿੱਤਾ ਸਾਂ ਉਹਨੂੰ ਰੂਹ پاک ਨਾਲ ਤੇ ਜੇ ਕਦੇ ਚਾਹਦਾ ਅੱਲਾ ਤਾਂ ਨਾ ਲੜ ਮਰਦੇ ਜਿਹੜੇ ਪਿੱਛੇ ਨੇ ਉਹਨਾਂ ਦੇ ਪਿੱਛੇ ਇਸ ਦੇ ਜ ਪਹੁੰਚ ਚੁੱਕੀਆਂ ਉਹਨਾਂ ਨੂੰ ਨਿਸ਼ਾਨੀਆਂ ਸਾਫ ਪਰ ਆਪੇ ਵਿੱਚ ਫੁੱਟ ਪਾਈਓ ਨੇ ਫਿਰ ਕਿਸੇ ਨੇ ਉਹਨਾਂ ਵਿੱਚੋਂ ਮੰਨਿਆ ਯਾਨੀ ਆਪਣੇ ਅਗਲੇ ਮੰਨਣੇ ਉੱਤੇ ਖਲੋਤਾ ਰਿਹਾ ਤੇ ਕਿਸੇ ਨੇ ਉਹਨਾਂ ਵਿੱਚੋਂ ਨਾ ਮੰਨਿਆ ਤੇ ਜੇ ਕਦੇ ਚਾਹਦਾ ਅੱਲਾ ਤਾਂ ਨਾ ਲੜ ਮਰਦੇ ਪਰ ਅੱਲਾ ਕਰਦਾ ਹੈ ਜੋ ਚਾਹੇ ਐ ਈਮਾਨ ਵਾਲਿਓ ਖਰਚ ਕਰੋ ਸਾਡੇ ਦਿੱਤੇ ਵਿੱਚੋਂ ਪਹਿਲੇ ਆਵਣ ਉਸ ਦਿਨ ਦੇ ਜਿਸ ਵਿੱਚ ਨਹੀਂ ਖਰੀਦ ਫਰੋਖਤ ਤੇ ਨਾ ਦੋਸਤੀ ਤੇ ਨਾ ਸ਼ਫਾਤ ਸਫਾਰਿਸ਼ ਤੇ ਜੋ ਬੇਈਮਾਨ ਨੇ ਉਹ ਹੀ ਨੇ ਜ਼ਾਲਿਮ ਅੱਲਾ ਹੈ ਜਿਸ ਬਾਜੂ ਕਿਸੇ ਦੀ ਸੇਵਾ ਨਹੀਂ ਅਸਲ ਜਿੰਦਾ ਸਭ ਦਾ ਸੰਭਾਲਣ ਵਾਲਾ ਨਹੀਂ ਫੜਦੀ ਉਹਨੂੰ ਊਂਗ ਤੇ ਨਾ ਨੀਂਦ ਉਸ ਹੀ ਦਾ ਹੈ ਜੋ ਕੁਝ ਆਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਹੈ ਕੌਣ ਜਿਹੜਾ ਸ਼ਫਾਤ ਕਰੇ ਕੋਲ ਉਹਦੇ ਬਿਨ ਹੁਕਮ ਹੋ ਦੇ ਜਾਣਦਾ ਹੈ ਜੋ ਅੱਗੇ ਹੈ ਉਹਨਾਂ ਦੇ ਤੇ ਜੋ ਪਿੱਛੇ ਹੈ ਉਹਨਾਂ ਦੇ ਤੇ ਨਹੀਂ ਉਹਨਾਂ ਦੇ ਫੇਰ ਵਿੱਚ ਉਹਦੇ ਜਾਣੇ ਹੋਏ ਵਿੱਚੋਂ ਇੱਕ ਜ਼ਰਾ ਵੀ ਪਰ ਜਿੰਨਾ ਉਹ ਚਾਵੇ ਸਮਾ ਲਿਆ ਹੈ ਉਹਦੀ ਕੁਰਸੀ ਯਾਨੀ ਹਕੂਮਤ ਨੇ ਅਸਮਾਨਾਂ ਤੇ ਜ਼ਮੀਨ ਨੂੰ ਤੇ ਨਹੀਂ ਪਾਰ ਲੱਗਦੀ ਉਹਨੂੰ ਨਿਗਰਾਨੀ ਉਹਨਾਂ ਦੀ ਤੇ ਉਹ ਉੱਚਾ ਹੈ ਵੱਡੀ ਸ਼ਾਨ ਵਾਲਾ ਨਹੀਂ ਇਹ ਤੱਕਾ ਕਰਨਾ دین ਵਿੱਚ ਸਾਫ਼ ਜ਼ਾਹਿਰ ਹੋ ਚੁੱਕੀ ਹੈ ਹਦਾਇਤ ਗੁੰਮਰਾਹੀ ਥੀ ਫੇਰ ਜਿਹੜਾ ਨਾ ਮੰਨੇ ਹੱਦ ਟੱਪਣ ਦਾ ਹੁਕਮ ਕਰਨ ਵਾਲੇ ਨੂੰ ਤੇ ਮਨੇ ਮਨੇ ਅੱਲਾ ਨੂੰ ਸੋ ਉਸ ਨੇ ਪੱਕੀ ਕਰਕੇ ਫੜੀ ਹੱਥੀ ਪੱਕੀ ਜਿਸ ਟੁੱਟਣਾ ਨਹੀਂ ਤੇ ਅੱਲਾ ਸੁਣਦਾ ਜਾਣਦਾ ਹੈ ਅੱਲਾ ਕੰਮ ਬਣਾਉਣ ਵਾਲਾ ਹੈ ਈਮਾਨ ਵਾਲਿਆਂ ਦਾ ਕੱਢਦਾ ਹੈ ਉਹਨਾਂ ਨੂੰ ਹਨੇਰਿਆਂ ਤੋਂ ਈਮਾਨ ਦੇ ਚਾਨਣ ਵੱਲ ਤੇ ਜਿਹੜੇ ਬੇਈਮਾਨ ਨੇ ਉਹਨਾਂ ਦੇ ਕੰਮ ਬਣਾਉਣ ਵਾਲੇ ਹੱਦੋਂ ਟੱਪਣ ਦਾ ਹੁਕਮ ਕਰਨ ਵਾਲੇ ਨੇ ਕੱਢ ਦੇ ਨਹੀਂ ਉਹਨਾਂ ਨੂੰ ਚਾਨਣ ਤੋਂ ਹਨੇਰਿਆਂ ਵੱਲ ਉਹ ਨੇ ਰਹਿਣ ਵਾਲੇ ਅਗਦੇ ਉਹਨਾਂ ਉੱਥੇ ਸਦਾ ਰਹਿਣਾ ਹੈ ਜਿੱਥੇ ਹਨੇਰ ਤੁੰਦੂਕਾਰ ਹੈ ਪਲਾਦ ਤੂੰ ਸਨ ਨਹੀਂ ਦਿੱਤਾ ਉਹਦੇ ਵੱਲ ਜਿਹੜਾ ਝਗੜਿਆ ਇਬਰਾਹੀਮ ਨਾਲ ਉਹਦੇ ਰੱਬ ਦੇ ਬਾਰੇ ਵਿੱਚ ਇਸ ਤੋਂ ਜੋ ਦਿੱਤੀ ਉਹਨੂੰ ਅੱਲਾ ਨੇ ਬਾਦਸ਼ਾਹੀ ਜਦ ਆਖਿਆ ਇਬਰਾਹੀਮ ਨੇ ਮੇਰਾ ਰਾਬੋ ਹੈ ਜਵਾਨ ਦਾ ਹੈ ਤੇ ਮਾਰਦਾ ਹੈ ਆਖਣ ਲਗਾ ਮੈਂ ਜਵਾਨ ਦੇਣਾ ਤੇ ਮਾਰ ਦੇਣਾ ਆਖਿਆ ਇਬਰਾਹੀਮ ਨੇ ਤਾ ਅੱਲਾ ਜ਼ਰੂਰ ਲਿਆਉਂਦਾ ਸੂਰਜ ਚੜ੍ਹ ਦਿਓ ਫੇਰ ਜੇ ਤੂੰ ਅੱਲਾ ਹੈ ਤੇ ਲਿਆਉ ਉਹਨੂੰ ਲੈੰਦੇ ਹੋ ਫੇਰ ਹੈਰਾਨ ਰਹਿ ਗਿਆ ਤੇ ਪੈੜਾ ਪੈ ਗਿਆ ਬੇਈਮਾਨ ਤੇ ਅੱਲਾ ਨਹੀਂ ਰਾਹ ਦੱਸਦਾ ਲੋਕਾਂ ਦਾ ਅਲਮਨ ਜੇ ਵੇਖੋ ਜੇ ਸ਼ਖਸ ਵੱਲ ਜੋ ਲੰਘਿਆ ਇੱਕ ਸ਼ਹਿਰ ਦੇ ਕੋਲੋਂ ਕਿ ਉਹ ਟੱਠਾ ਹੋਇਆ ਹੈ ਆਪਣੀ ਛੱਤਾਂ ਉੱਤੇ ਯਾਨੀ ਪਹਿਲੇ ਛੱਤ ਡਿੱਗ ਗਈ ਫੇਰ ਛੱਤ ਉੱਤੇ ਕੰਧਾਂ ਡਿੱਗ ਪਈਆਂ ਆ ਕੋਸੂ ਕਿੱਥੋਂ ਜਿੰਦਾ ਕਰੇਗਾ ਇਸ ਨੂੰ ਅੱਲਾਹ ਪਿੱਛੇ ਇਸ ਦੇ ਮਰਨ ਦੇ ਫਿਰ ਮਾਰਿਆ ਉਹਨੂੰ ਅੱਲਾਹ ਨੇ 100 ਵਾਰੀ ਠੀਕ ਫਿਰ ਉਠਾਇਆ ਉਹਨੂੰ فرمایا ਕਿਤਨਾ ਠਹਿਰੇ ਆਂ ਆਖਿਓ ਤੂੰ ਠਹਿਰੇ ਆਂ ਇੱਕ ਦਿਨ ਹੀ ਆਈ ਕਹਾਸਾ ਦਿੰਦਾ فرمایا ਸਗੋਂ ਠਹਿਰੇ ਆਂ ਤੂੰ 100 ਵਾਰੀ ਫਿਰ ਵੇਖ ਆਪਣੇ ਖਾਨ ਤੇ ਪੀਣ ਦੀ ਚੀਜ਼ ਵੱਲ ਬੁਸੀ ਨਹੀਂ ਤੇ ਵੇਖ ਆਪਣੇ ਖੋਤੇ ਵੱਲ ਤੇ ਤਾਂ ਜੋ ਬਣਾਈਏ ਅਸੀਂ ਤੈਨੂੰ ਨਿਸ਼ਾਨੀ ਲੋਕਾਂ ਵਾਸਤੇ تے نظر کر کھوتے دیاں ہڈیاں وال کس طرح کھڑا کرنے آسی ہونا نو پھر چڑھانے ہونا ہوتے گوشت پھر شد صاف ظاہر ہو گیا ہونو آکھن لگا میں جاننا اللہ ضرور ہر شاہ ہوتے قادر ہے تے جد آکھیں ابراہیم نے میرے عربہ میں نو بخا کس طرح جوانا ہے مویا نو فرمایا کیوں تو نہیں ماندہ آکھوں سو کیوں نہیں پر تاں تسلی پگڑے دل میرا فرمایا تاں پھڑ چار پکی ਫਿਰ ਹਲਾਲ ਹੈ ਉਹਨਾਂ ਨੂੰ ਆਪਣੇ ਨਾਲ ਫਿਰ ਰੱਖ ਦੇ ਹਰ ਇੱਕ ਭਾਲ ਉਤੇ ਉਹਨਾਂ ਦਾ ਇੱਕ ਇੱਕ ਜੁਜ਼ ਜ਼ਬਾ ਕਰਕੇ ਫਿਰ ਸਾਧੋ ਉਹਨਾਂ ਨੂੰ ਆਉਣਗੇ ਤੇਰੇ ਕੋਲ ਦੌੜ ਦੇ ਤੇ ਜਾਣ ਰੱਖ ਜੋ ਅੱਲਾ ਜ਼ਰੂਰ ਜ਼ੋਰ ਆਵਰ ਤੇ ਹਕਮਤ ਵਾਲਾ ਹੈ ਹਾਲ ਉਹਨਾਂ ਦੇ ਖਰਚ ਦਾ ਜਿਹੜੇ ਖਰਚਦੇ ਨੇ ਮਾਲ ਆਪਣਾ ਅੱਲਾ ਦੇ ਰਾਹ ਵਿੱਚ ਇੱਕ ਦਾਣਾ ਉਹਦੇ ਵਾਂਗੂ ਹੈ ਜਿਸੋ ਗਾਇ ਸੱਤ ਸਿੱਟੇ ਹਰ ਸਿੱਟੇ ਵਿੱਚ 100 100 ਦਾਣੇ ਨੇ ਤੇ ਅੱਲਾ ਕਈ ਧੂਨੇ ਕਰ ਦਿੰਦਾ ਹੈ ਜਿਹਦੇ ਲਈ ਚਾਹੇ ਤੇ ਅੱਲਾ ਬੜਾ ਖੁੱਲਾ ਡੁੱਲਾ ਜਾਣਨ ਵਾਲਾ ਹੈ ਜਿਹੜੇ ਖਰਚਦੇ ਨੇ ਮਾਲ ਆਪਣਾ ਅੱਲਾ ਦੇ ਰਾਹ ਵਿੱਚ ਫਿਰ ਨਹੀਂ ਪਿੱਛੇ ਲਾਉਂਦੇ ਕਿਸੇ ਨੂੰ ਆਪਣੇ ਖਰਚ ਕਰਨ ਦੇ ਇਸ਼ਾਨ ਜਿਤਾਉਂਦੇ ਨਾ ਸਤਾਉਂਦੇ ਤੇ ਉਹਨਾਂ ਲਈ ਸਵਾਬ ਹੈ ਉਹਨਾਂ ਦਾ ਉਹਨਾਂ ਦੇ ਰੱਬ ਦੇ ਕੋਲ ਤੇ ਨਾ ਕੋਈ ਡਾਰੇ ਉਹਨਾਂ ਨੂੰ ਤੇ ਨਾ ਉਹ ਚ ਰਣਗੇ ਆਖਣੀ ਗੱਲ ਨੇਕ ਤੇ ਮaaf ਕਰ ਦੇਣਾ ਚੰਗਾ ਏ ਉਸ ਖੈਰਾਤ ਨਾਲ ਜਿਹਦੇ ਪਿੱਛੇ ਸਤਾਇਆ ਜਾਏ ਕਿ ਅੱਲਾ ਬੇਪਰਵਾਹ ਹੈ ਤਹਮਲ ਵਾਲਾ ਐ ਇਮਾਨ ਵਾਲਿਓ ਬਰਬਾਦ ਨਾ ਕਰਨਾ ਖੈਰਾਤਾ ਆਪਣੀਆਂ ਨੂੰ ਇਹਸਾਨ ਜਿਤਾਣ ਤੇ ਸਤਾਨ ਨਾਲ ਉਹਦੇ ਵਾਂਗੂ ਜੋ ਖਰਚਦਾ ਹੈ ਮਾਲ ਆਪਣਾ ਲੋਕਾਂ ਨੂੰ ਵਖਾਣ ਲਈ ਤੇ ਨਹੀਂ ਮੰਨਦਾ ਅੱਲਾ ਨੂੰ ਤੇ ਦਿਨ ਆਖਰਤ ਨੂੰ ਫਿਰ ਹਾਲ ਹੁਦਾ ਇੱਕ ਪੱਥਰ ਦੀ ਹਾਲ ਵਾਂਗੂ ਏ ਜਿਸ ਉਤੇ ਘਟਾਇ ਫਿਰ ਪਹੁੰਚਿਆ ਉਹਨੂੰ ਮੀਂਹ ਜ਼ੋਰ ਦਾ ਫਿਰ ਕਲ ਛੱਡਿਆ ਉਹਨੂੰ ਸਾਫ ਨਹੀਂ ਹਾਥਾਂ ਹੁੰਦਾਂ ਨੇ ਕੁਝ ਵੀ ਆਪਣੀ ਕਮਾਈ ਵਿੱਚੋਂ ਤੇ ਅੱਲਾ ਨਹੀਂ ਜਾ ਪਾਉਂਦਾ ਲੋਕਾਂ ਬੇਈਮਾਨਾਂ ਨੂੰ ਤੇ ਹਾਲ ਉਹਨਾਂ ਦੇ ਖਚਦਾ ਜਿਹੜੇ ਖਚਦੇ ਨੇ ਮਾਲ ਆਪਣਾ ਅੱਲਾ ਦੀ ਰਜ਼ਾਮੰਦੀ ਨੂੰ ਤੇ ਆਪਣੀ ਜੀਆਂ ਨੂੰ ਸਾਬਤ ਰੱਖ ਕੇ ਇੱਕ ਬਾਗ ਦੇ ਹਾਲ ਵਾਂਗੂ ਐ ਉੱਚੇ ਥਾਂ ਵਿੱਚ ਪਹੁੰਚਿਆ ਉਸ ਨੂੰ ਮੀਂਹ ਜ਼ੋਰ ਦਾ ਫਿਰ ਦਿੱਤੋ ਸੁਫਲ ਆਪਣਾ ਦੂਣਾ ਫਿਰ ਜੇ ਨਾ ਪਹੁੰਚਿਆ ਉਹਨੂੰ ਮੀਂਹ ਜ਼ੋਰ ਦਾ ਫੁਹਾਰੀ ਕਾਫੀ ਐ ਤੇ ਅੱਲਾ ਵੇਖਦਾ ਏ ਜੋ ਕਰਦੇ ਹੋ ਪਹਿਲਾ ਤੁਸਾਂ ਵਿੱਚ ਕੋਈ ਇਹ ਜਾਂਦਾ ਹੈ ਜੋ ਹੋਵੇ ਉਹਦਾ ਬਾਗ ਖਜੂਰਾਂ ਦਾ ਤੇ ਅੰਗੂਰਾਂ ਦਾ ਵਗਦੀਆਂ ਨੇ ਹੀਟ ਉਹਦੇ ਨਹਿਰਾਂ ਵਾਸਤੇ ਉਹਦੇ ਉਸ ਵਿੱਚ ਹਰ ਲੰਗਦਾ ਮੇਵਾ ਹੈ ਤੇ ਪਹੁੰਚਿਆ ਉਸ ਨੂੰ ਬੁਢੇਪਾ ਤੇ ਉਹਦੀ ਔਲਾਦ ਇੱਕ ਕਮਜ਼ੋਰ ਫਿਰ ਪਹੁੰਚਿਆ ਬਾਗ ਨੂੰ ਵਾਅ ਬੋਲਾ ਜਿਸ ਵਿੱਚ ਆਗ ਹੈ ਫਿਰ ਸੜ ਗਿਆ ਬਾਗ ਇਸੇ ਤਰ੍ਹਾਂ ਬਿਆਨ ਕਰਦਾ ਹੈ ਅੱਲਾ ਤੁਸਾਂ ਜੀ ਆਇਆਂ ਤਾਂ ਤਾਂ ਤੁਸੀਂ ਫਿਕਰ ਕਰੋ ਐ ਇਮਾਨ ਵਾਲਿਓ ਖਰਚ ਕਰੋ ਆਪਣੀ ਕਮਾਈ ਦੀਆਂ ਚੰਗੀਆਂ ਚੀਜ਼ਾਂ ਵਿੱਚੋਂ ਤੇ ਉਸ ਵਿੱਚੋਂ ਜੋ ਕੱਢਿਆ ਸਤ ਤੁਸੀਂ ਜ਼ਮੀਨੋਂ ਤੇ ਨਾ ਨਿਯਤ ਕਰੋ ਮੰਦੀ ਚੀਜ਼ ਦੇ ਜੋ ਉਸੇ ਵਿੱਚੋਂ ਖਰਚ ਕਰੋ ਤੇ ਤੁਸੀਂ ਆਪ ਅਜਿਹੀ ਚੀਜ਼ ਨਹੀਂ ਲੈਂਦੇ ਹੋ ਪਰ ਲੁਕਾ ਕੇ ਲੈ ਜਾਓ ਉਸ ਵਿੱਚ ਤੇ ਜਾਣ ਰੱਖੋ ਅੱਲਾ ਜ਼ਰੂਰ ਬੇਪਰਵਾਹ ਸਲਾਇਆ ਹੋਇਆ ਸ਼ੈਤਾਨ ਵਾਅਦਾ ਦਿੰਦਾ ਹੈ ਤੁਹਾਨੂੰ ਤੰਗੀ ਦਾ ਤੇ ਹੁਕਮ ਕਰਦਾ ਹੈ ਤੁਹਾਨੂੰ ਗੰਦੇ ਕੰਮ ਦਾ ਤੇ ਅੱਲਾਹ ਵਾਦਾ ਦਿੰਦਾ ਹੈ ਬਖਸ਼ਿਸ਼ ਤਾਂ ਤੁਹਾਨੂੰ ਤੇ ਫਜ਼ਲ ਦਾ ਤੇ ਅੱਲਾਹ ਖੁੱਲਾ ਡੁੱਲਾ ਜਾਣਨ ਵਾਲਾ ਹੈ ਦਿੰਦਾ ਹੈ ਦੀਨ ਦੀ ਸਮਝ ਜਿਸ ਨੂੰ ਚਾਹੇ ਤੇ ਜਿੰਨੂੰ ਮੇਰੇ ਦੀਨ ਦੀ ਸਮਝ ਤਾਂ ਜ਼ਰੂਰ ਉਹਨੂੰ ਮਿਲੀ ਭਲਾਈ ਬਹੁਤ ਤੇ ਨਹੀਂ ਮਤ ਲੈਂਦੇ ਸਵਾਏ ਅਕਲ ਵਾਲਿਆਂ ਦੇ ਕਿ ਜੋ ਉਹ ਖਰਚ ਵੀ ਕਰੋਗੇ ਕੁਝ ਖਰਚ ਜਾਂ ਸੁਖਣਾ ਸੁਖੋਗੇ ਕੋਈ ਸੁਖਣਾ ਸੋ ਅੱਲਾਹ ਜ਼ਰੂਰ ਜਾਣਦਾ ਹੈ ਉਹਨੂੰ ਤੇ ਨਹੀਂ ਜ਼ਾਲਮਾਂ ਦਾ ਕੋਈ ਮਦਦਗਾਰ ਜੇ ਜ਼ਾਹਿਰ ਕਰੋ ਖੈਰਾਤਾਂ ਤਾਂ ਉਹ ਵਾਹ ਵਾਹ ਹੈ ਤੇ ਜੇ ਛਪਾਓ ਖੈਰਾਤਾਂ ਤੇ ਦਿਓ ਉਹ ਮੋਤਾਜਾ ਨੂੰ ਤਾਂ ਉਹ ਬਹੁਤ ਚੰਗਾ ਹੈ ਤੁਸਾਂ ਲਈ ਤੇ ਦੂਰ ਕਰ ਦੇਗਾ ਕੁਝ ਗੁਨਾਹ ਤੁਹਾਡੇ ਅੱਲਾ ਜਾਣਦਾ ਹੈ ਜੋ ਕਰਦੇ ਹੋ ਐ ਹਬੀਬ ਨਹੀਂ ਹੈ ਤੇਰੇ ਸਿਰ ਸਿੱਧੀ ਰਾਹ ਤੇ ਲਿਆਉਣਾ ਉਹਨਾਂ ਦਾ ਪਰ ਅੱਲਾ ਸਿੱਧੀ ਰਾਹ ਤੇ ਲਾਉਂਦਾ ਹੈ ਜਿੰਨੂੰ ਚਾਹੇ ਕਿ ਜੋ ਮਾਲ ਖਰਚ ਕਰੋਗੇ ਸੋ ਤੁਹਾਡੇ ਆਪਣੇ ਲਈ ਹੈ ਤੇ ਨਹੀਂ ਤੁਸੀਂ ਖਰਚ ਕਰਦੇ ਪਰ ਨਿਹਰਾ ਅੱਲਾ ਦੇ ਮੂੰਹ ਨੂੰ ਜੋ ਮਾਲ ਖਰਚੋਗੇ ਪੂਰਾ ਮਿਲੇਗਾ ਤੁਹਾਨੂੰ ਤੇ ਤੁਹਾਡਾ ਹੱਕ ਨਾ ਮਾਰਿਆ ਜਾਏਗਾ ਖੈਰਾਤ ਇਹ ਮੁਤਾਜਾਂ ਲਈ ਜਿਹੜੇ ਰੁਕ ਗਏ ਨੇ ਅੱਲਾ ਦੇ ਰਾਹ ਵਿੱਚ ਤਾਕਤ ਨਹੀਂ ਰੱਖਦੇ ਟੁਰਨ ਫਿਰਨ ਦੀ ਜ਼ਮੀਨ ਵਿੱਚ ਜਾਣਦਾ ਉਹਨਾਂ ਨੂੰ ਨਾ ਵਕਫ ਖੁਸ਼ਹਾਲ ਤੇ ਬੇਪਰਵਾਹ ਨਾ ਮੰਗਣ ਦੇ ਸਬਬੋ ਤੂੰ ਪਛਾਣਨਾ ਉਹਨਾਂ ਨੂੰ ਉਹਨਾਂ ਦੀ ਨਿਸ਼ਾਨੀ ਨਾਲ ਯਾਨੀ ਲਿਸੇ ਤੇ ਪਰੇਸ਼ਾਨ ਹਾਲ ਵੇਖ ਕੇ ਨਹੀਂ ਮੰਗਦੇ ਲੋਕਾਂ ਤੋਂ ਚੰਮੜ ਕੇ ਤੇ ਜੋ ਮਾਲ ਖਰਚ ਕਰੋਗੇ ਸੋ ਅੱਲਾ ਜ਼ਰੂਰ ਉਹਨੂੰ ਜਾਣਦਾ ਹੈ ਜਿਹੜੇ ਖਰਚ ਦੇ ਨੇ ਮਾਲ ਆਪਣੇ ਰਾਤੀ ਤੇ ਦਿਨੀ ਲੁਕਾ ਕੇ ਤੇ ਜ਼ਾਹਿਰ ਕਰਕੇ ਸੋ ਉਹਨਾਂ ਲਈ ਸਵਾਬ ਉਹਨਾਂ ਦਾ ਉਹਨਾਂ ਦੇ ਰੱਬ ਦੇ ਕੋਲ ਤੇ ਨਹੀਂ ਕੋਈ ਖੋਫ ਉਹਨਾਂ ਨੂੰ ਤੇ ਨਾ ਉਹ ਚੁਰਨਗੇ ਜਿਹੜੇ ਖਾਣੇ ਨੇ ਵਿਆਜ ਨਾ ਉਠਣਗੇ ਕਬਰਾਂ ਵਿੱਚੋਂ ਪਰ ਜਿਉਂ ਉੱਠਦਾ ਹੈ ਜਿਸ ਨੂੰ ਖਫਤੀ ਕਰ ਦਿੱਤਾ ਹੈ ਪੁੱਤਰੇ ਨੇ ਚੰਬੜ ਕੇ ਇਹ ਇਸ ਸਬਬ ਨਾਲ ਜੇ ਉਹਨਾਂ ਆਖਿਆ ਤਜਾਰਤ ਵੀ ਆਖਰ ਵਿਆਜ ਵਾਂਗੂ ਹੈ ਕਿ ਹਲਾਲ ਕੀਤਾ ਅੱਲਾ ਨੇ ਤਿਜਾਰਤ ਨੂੰ ਤੇ ਹਰਾਮ ਕੀਤਾ ਵਿਆਜ ਫਿਰ ਜਿੰਨੂੰ ਪਹੁੰਚੀ ਨਸੀਹਤ ਉਹਦੇ ਲੱਭ ਬਲੋਂ ਫਿਰ ਬਾਦ ਆ ਗਿਆ ਉਸ ਲਈਏ ਜੋ ਅੱਗੇ ਬੀਚਿਆ ਤੇ ਕਮ ਉਹਦਾ ਹਵਾਲੇ ਰਿਆ ਅੱਲਾ ਦੇ ਤੇ ਜਿਹੜੇ ਫੇਜ਼ ਉਨੀ ਕਮੀ ਮੁਰਪ ਹੈ ਸੋ ਉਹਨਾਂ ਰਹਿਣ ਵਾਲੇ ਅੱਗ ਦੇ ਉਹਨਾਂ ਉੱਤੇ ਸਦਾ ਰਹਿਣਾ ਹੈ ਫਨਾ ਕਰਦਾ ਹੈ ਅੱਲਾ ਵਿਆਜ ਨੂੰ ਤੇ ਵਧਾ ਦਿੰਦਾ ਹੈ ਖੈਰਾਤਾਂ ਨੂੰ ਯਾਨੀ ਜਿਸ ਮਾਲ ਵਿੱਚ ਵਿਆਜ ਦਾ ਪੈਸਾ ਰੜੇ ਉਸ ਮਾਲ ਨੂੰ ਪਨਾ ਕਰਦਾ ਹੈ ਤੇ ਜਿਸ ਮਾਲ ਵਿੱਚੋਂ ਖੈਰਾਤ ਨਿਕਲੇ ਉਸ ਮਾਲ ਨੂੰ ਵਧਾ ਦਿੰਦਾ ਹੈ ਤੇ ਅੱਲਾ ਨੂੰ ਨਹੀਂ ਪਾਉਂਦਾ ਹੈ ਹਰ ਇੱਕ ਬੇਈਮਾਨ ਪਾਪੀ ਜਿਨ੍ਹਾਂ ਮੰਨਿਆ ਹੈ ਤੇ ਕੀਤੀਆਂ ਨੇ ਪਲਿਆਈਆਂ ਤੇ درست ਪੜੀਏ ਨਮਾਜ਼ ਤੇ ਦਿੱਤੀ ਜ਼ਕਾਤ ਜ਼ਰੂਰ ਉਹਨਾਂ ਲਈ ਸਵਾਦ ਹੈ ਉਹਨਾਂ ਦਾ ਉਹਨਾਂ ਦੇ ਰੱਬ ਦੇ ਕੋਲ ਤੇ ਨਹੀਂ ਕੋਈ ਖੌਫ ਉਹਨਾਂ ਨੂੰ ਤੇ ਨਾ ਉਹ ਚੁਰਨਗੇ ਐ ਇਮਾਨ ਵਾਲਿਓ ਬਚੋ ਅੱਲਾ ਤੋਂ چھٹ دیو جو باقی رہ گیا بیاج جے تسی ایمان والے ہو پھر جے نہ کی تو جے یعنی بیاج نہ چھڑیا تا جان رکھو لڑائی اللہ تے او دے رسول والو تے جے توبہ کی تیو جے تا تسا لئی نے اصلی مال تسا دے نہ ظلم کرو تے نہ ظلم چلو تے جے ہووے تنگ دست تا مول دینا ہاتھ کھلنے تک تے خیرات کر دینا تسا دا چنگا ہے تسا لئی جے تسی جان دے ہو ਤੇ ਬੱਚੋ ਉਸ ਦਿਨ ਤੋਂ ਜਿਸ ਵਿੱਚ ਮੌਰੇ ਜਾਓਗੇ ਅੱਲਾਵਲ ਉੱਥੇ ਜਾਣ ਲਈ ਕੁਝ ਖਰਚ ਤਿਆਰ ਕਰ ਲਓ ਫਿਰ ਪੂਰਾ ਮਿਲੇਗਾ ਹਰ ਇੱਕ ਜੀਵ ਨੂੰ ਜੋ ਕਮਾਇਆ ਸੂ ਤੇ ਉਹਨਾਂ ਉੱਤੇ ਜ਼ੁਲਮ ਨਹੀਂ ਹੋਵੇਗਾ اے ਇਮਾਨ ਵਾਲਿਓ ਜਦ ਆਪੇ ਵਿੱਚ ਲੈਣ ਦੇਣ ਨਾ ਕਰੋ ਕਰਜ਼ ਦਾ ਇੱਕ ਮੁੱद्दਤ ਮੁਕੱਦਰ ਤੱਕ ਤਦ ਲਿਖ ਲਓ ਉਸ ਨੂੰ ਤੇ ਜੋ ਲਿਖ ਦੇ ਤੁਸਾਂ ਵਿੱਚ ਲਿਖਣ ਵਾਲਾ ਇਨਸਾਫ ਨਾਲ ਤੇ ਲਿਖਣ ਵਾਲਾ ਇਨਕਾਰ ਨਾ ਕਰੇ ਲਿਖਣ ਤੋਂ جو سکھایا ہے انو اللہ نے پھر ضرور لکھ دے وے تے عبارت دسے دس جس دے سر کرزے یعنی املا او شخص کرائے جو کرز لیندہ پہ آئے تے چاہی دا دائے جو ڈرے اللہ تو جو رابے ہو دا تے نہ کٹائے او اس تو ایک ذرہ پھر جی ہووے جس دے سر کرزے مورک یا کمزور یا طاقت نہیں رکھ دا جو املا کرائے ਤਾਇ ਬਾਰਤ ਲਿਖਵਾਏ ਉਹਦਾ ਮੁਖਤਿਆਰ ਇਨਸਾਫ ਨਾਲ ਤੇ ਗਵਾ ਕਰ ਲੋ ਦੋ ਗਵਾ ਆਪਣੇ ਮਰਦਾਂ ਵਿੱਚੋਂ ਫੇਰ ਜੇ ਨਾ ਹੋਵਣ ਦੋ ਮਰਦ ਤਾਂ ਇੱਕ ਮਰਦ ਤੇ ਦੋ ਔਰਤਾਂ ਜਿਨ੍ਹਾਂ ਨੂੰ ਪਸੰਦ ਕਰ ਦਿਓ ਗਵਾਥੀ ਤਾਂ ਜੋ ਦੋਵਾਂ ਵਿੱਚੋਂ ਇੱਕ ਨੂੰ ਭੁੱਲ ਜਾਏ ਤਾਂ ਯਾਦ ਕਰਾਏ ਇੱਕ ਦੂਜੀ ਨੂੰ ਤੇ ਗਵਾਵਾਂ ਨੂੰ ਚਾਹੀਦਾ ਹੈ ਜੋ ਇਨਕਾਰ ਨਾ ਕਰਨ ਜਦ ਸੱਦੇ ਜਾਨ ਤੇ ਆਕ ਨਾ ਜਾਓ ਉਸ ਦੇ ਬਿਕ ਰੱਖਣ ਤੋਂ ਉਸ ਦੀ ਮਿਆਦ ਤੱਕ ਭਾਵੇਂ ਮਾਮਲਾ ਥੋੜਾ ਹੋਵੇ ਜਾਂ ਬਹੁਤਾ ਇਹ ਜੇ ਬਧੇਰੇ ਸਵਾਬ ਵਾਲਾ ਕੰਮ ਅੱਲਾ ਕੋਲ ਤੇ ਬਧੇਰਾ ਮਦਦ ਕਰਨੇ ਵਾਲਾ ਗਵਾਈ ਦੀ ਤੇ ਬਧੇਰਾ ਨੇੜੇ ਇਸ ਦੇ ਜੋ ਤੁਸਾਂ ਸ਼ੱਕ ਨਾ ਪਵੇ ਪਰ ਜੋ ਹੋਵੇ ਸੌਦਾ ਹੱਥੋਂ ਹੱਤੀ ਦਾ ਜਿੰਨੂੰ ਫਰਾਂਦੇ ਉਹ ਆਪੇ ਵਿੱਚ ਤਾਂ ਨਹੀਂ ਤੁਹਾਡੇ ਸਿਰ ਕੁਝ ਗੁਨਾਹ ਹੋ ਉਸ ਦੇ ਨਾ ਲਿਖਣੇ ਵਿੱਚ ਤੇ ਗਵਾ ਕਰ ਲੋ ਜਦ ਆਪੇ ਵਿੱਚ ਵੇਚੋ ਜਾਂ ਖਰੀਦੋ ਤੇ ਨਾ ਨੁਕਸਾਨ ਕੀਤਾ ਜਾਏ ਲਿਖਣ ਵਾਲੇ ਦਾ ਨਾਂਗਵਾਦਾ ਤੇ ਜੇ ਕਰੋਗੇ ਤਾਂ ਉਹ ਜ਼ਰੂਰ ਹੁਕਮੋਂ ਬਾਹਰ ਹੋ ਜਾਣਾ ਹੈ ਤੁਹਾਡਾ ਤੇ ਬਚੋ ਅੱਲਾ ਤੋਂ ਤੇ ਸਿਖਾਂਦਾ ਤੁਹਾਨੂੰ ਅੱਲਾ ਤੇ ਅੱਲਾ ਹਰ ਕਿਸੇ ਦਾ ਜਾਣੂ ਹੈ ਤੇ ਜੇ ਹੋਵੇ ਸਫਰ ਵਿੱਚ ਤੇ ਨਾਂ ਜੁੜੇ ਲਿਖਣ ਵਾਲਾ ਤਾਂ ਗਿਰੋ ਹੈ ਹੱਥ ਵਿੱਚ ਦਿੱਤੀ ਹੋਈ ਕੀਮਤੀ ਚੀਜ਼ ਦਾ ਹੇ ਜੇ ਇਤਬਾਰ ਕੀਤਾ ਕਿਸੇ ਤੁਹਾਡੇ ਨੇ ਕਿਸੇ ਦਾ ਤਾਂ ਚਾਹੀਦਾ ਏ ਜੋ ਅਦਾ ਕਰੇ ਅਮਾਨਤੋ ਦੀ ਜਿਸ ਦਾ ਇਤਬਾਰ ਕੀਤਾ ਸੀ ਤੇ ਚਾਹੀਦਾ ਹੈ ਜੋ ਬਚੇ ਅੱਲਾ ਤੋਂ ਜੋ ਰੱਬੇ ਹੁਦਾ ਤੇ ਨਾ ਲੁਕਾਓ ਗਵਾਈ ਤੇ ਜਿਹੜਾ ਲੁਕਾਏਗਾ ਉਹਨੂੰ ਤਾਂ ਜ਼ਰੂਰ ਉਹਦਾ ਦਿਲ ਪਾਪੀ ਏ ਤੇ ਅੱਲਾ ਜਾਣਦਾ ਏ ਜੋ ਕਰਦੇ ਹੋ ਅੱਲਾ ਹੀ ਦਾ ਮਾਲ ਏ ਜੋ ਕੁਝ ਅਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਏ جے ظاہر کرو گے جو توڑے دنہ مچے یا لکاؤ گے اسنو لیکھا لے گا تو سنتوں اسنو اللہ. پھر بخشے گا جس ناگا جس ہے مان لیا رسول نے جو اترا اس او دے رب والوں ایمان والے نے بھی مان لیا ہر ایک نے من او دے فرشتیاں نو کتابا نو پیغمر نو ਇਸ ਹੀ ਅਸੀਂ ਵੇਰਵਾ ਨਹੀਂ ਕਰਦੇ ਕਿਸੇ ਵਿੱਚ ਉਹਦੇ ਪੈਗੰਬਰਾਂ ਥੀ ਤੇ ਆਖਿਓ ਨਹੀਂ ਅਸਾ ਸੁਣਿਆ ਏ ਤੇ ਕਬੂਲ ਕੀਤਾ ਏ ਬਖਸ਼ਿਸ਼ ਤੇਰੀ ਹੀ ਚਾਉਨੇ ਹਾਂ ਸਾਡੇ ਰੱਬਾ ਤੇ ਤੇਰੇ ਹੀ ਵਾਲੇ ਮੋੜਨਾ ਅਸਾਂ ਨਹੀਂ ਦੁੱਖ ਦਿੰਦਾ ਲਾ ਕਿਸੇ ਜੀ ਨੂੰ ਬਿਨਾਂ ਉਹਦੀ ਤਾਕਤ ਦੇ ਉਸੇ ਹੀ ਲਈ ਏ ਜੋ ਕੀਤਾ ਤੋ ਸੂ ਤੇ ਉਸੇ ਦੇ ਸੇਰੇ ਜੋ ਕੀਤਾ ਤੋ ਸੂ ਸਾਡੇ ਰੱਬਾ ਨਾ ਫੜੀ ਸਾਨੂੰ ਜੇ ਸਾਨੂੰ ਵਿਸਰ ਜਾਏ ਜਾਂ ਅਸੀਂ ਖੁੰਝ ਜਾਈਏ ਸਾਡੇ ਰੱਬਾ ਤੇ ਨਾ ਰੱਖ ਸਾਡੇ ਉੱਤੇ ਭਾਰ ਯਾਨੀ ਔਖੇ ਹੁਕਮ ਜਿਉਂ ਉਹ ਰਖਿਆਈ ਸਾਥੋਂ ਪਹਿਲੀਆਂ ਉਮਤਾ ਤੇ ਸਾਡੇ ਰੱਬਾ ਤੇ ਨਾ ਉਠਵਾ ਸਾ ਤੋਂ ਜਿਸ ਦੀ ਤਾਕਤ ਨਹੀਂ ਸਾਨੂੰ ਤੇ ਮਾਫ਼ ਕਰ ਸਾਨੂੰ ਤੇ ਪਰਦਾ ਢੱਕ ਸਾਡਾ ਤੇ ਮਿਹਰ ਕਰ ਸਾਡੇ ਉੱਤੇ ਤੂੰ ਹੈ ਮਾਲਕ ਸਾਡਾ ਸੋ ਮਦਦ ਕਰ ਸਾਡੀ ਫਤਿਹ ਦੇ ਸਾਨੂੰ ਲੋਕਾਂ ਬੇਈਮਾਨਾ ਹੁੰਦੇ